ਸਾਰੀ ਉਮਰ ਸਾਡੇ ਵੱਡਕਿਆਂ ਨੇ ਇਹੀ ਕੱਟੇ ਪੱਛੇ ਹੀ ਰੱਖੇ ਹੋਰ ਅਸੀਂ ਕਿਹੜਾ ਦਿਲ ਦੇ ਸਮਝੇ ਵੀਡੀਓ ਕਹਿੰਦੇ ਤੇਰੀ ਬੜੀ ਚਾਲੀ ਉਹ ਚਾਲੀ ਕੀ ਕੋਈ ਸੁਣਦਾ ਤਾਂ ਹੈ ਕੋਈ ਨਹੀਂ ਦਾਦਾਂ ਨੂੰ ਵੀ ਸਿਰਫ ਮਰਦਮਸ਼ ਮਾਰੀ ਨਹੀਂ ਹੋਰ ਬੜੇ ਕੰਮਾਂ ਦੀ ਧੱਸ ਦਿੰਦੇ ਆ ਮੈਂ ਕਿਹਾ ਵੀ ਰੇਲ ਗੱਡੀ ਦੇ ਵਿੱਚ ਕੋਈ ਜਨਾਨੀ ਚੜੀ ਉਹਦੇ ਕੋਲ ਸਮਾਨ ਬੜਾ ਸੀ ਉਹ ਭਾਈ ਇੱਕ ਖਲੋਤਾ ਤੇ ਉਹਨੇ ਵੇਖਿਆ ਤੇ ਉਹਨੂੰ ਆਪਣਾ ਡੱਬਾ ਫੜਾ ਦਿੱਤਾ ਘੋ ਵਾਲਾ ਹੈ ਦੇਖ ਹੱਥ ਛਾਪਰ ਦੇ ਤਾਂ ਆਪਣਾ ਕਾਕਾ ਵੀ ਫੜਾ ਦਿੱਤਾ ਗਲ ਚ ਉਹਦੇ ਬੈਗ ਫਾਜਦਾ ਜਦੋਂ ਬਾਅਦ ਪੁੱਛਦੀ ਆ ਕਿ ਪੁੱਤ ਮੈਂ ਤੇਰਾ ਨਾਂ ਨਹੀਂ ਪੁੱਛਿਆ ਅਕੇ ਆਮਾ ਮੈਨੂੰ ਟੰਗਣਾ ਕਹਿੰਦੇ ਉਹ ਸ਼ਾਇਦ ਉਹ ਵੀ ਟੰਗ ਲਾ ਕੇ ਹਾਂ ਕਰਦੇ ਆ ਮੈਂ ਕਿ ਮਦਖਲਤ ਖਸਮਾ ਦਾ ਸੇਰਖਾਨ ਕਰੀ ਜਾਂ ਮੇਰਾ ਕੀ ਲੈਂਦੇ ਤੇ ਜਿਹੜੇ ਮੈਂ ਕਿ 75 ਸਾਲਾਂ ਤੋਂ ਨਹੀਂ ਹਟੇ ਉਹ ਮੇਰੇ ਕਹਿਣ ਤੇ ਹਟ ਜਣ ਹਾਂ ਇਹ ਗੱਲ ਮੈਂ ਕਰੀ ਇਹ ਚਾਹੇ ਕੱਟ ਵੀ ਦੇ ਵਿੱਚ ਹਾਂ ਸਰਕਾਰ ਕਣਕ ਤਾਂ ਲੈਂਦੀ ਆ ਵੀ ਰੇਟ ਪੂਰਾ ਸਾਲ ਇੱਕ ਰੱਖਾਂਗੇ ਹੈ ਸਾਡੇ ਕੋ ਤਾਂ ਲੈ ਲਈ 2200 ਨੂੰ ਉਹ ਜਾਂਦੀ ਉਹਨਾਂ ਦੇ ਗੱਲਿਆਂ ਚ ਕੋਈ ਐਸਾ ਸਿਸਟਮ ਲੱਗਿਆ ਉਹ ਜਾਂਦੀ 5000 ਦੀ ਕੋਈ ਲੇਖ ਪੜ ਗਿਆ ਜਾਂ ਬਾਹਰਲੇ ਮੁਲਕ ਚਲਾ ਗਿਆ ਲੈ ਉਹ ਪਿੰਡ ਤੋਂ ਗਿਆ ਹਾਂ ਮੁਰ ਕੇ ਪਿੰਡ ਨੂੰ ਵਟਾ ਨਹੀਂ ਮਾਰਨਾ ਪਿੰਡ ਦੀ ਬਾਤ ਨਹੀਂ ਪੁੱਛਣੀ ਤੇ ਜਦੋਂ ਉੱਥੇ ਜਾ ਕੇ ਉਹ ਮਰ ਜਾਂਦੇ ਫਿਰ ਕਹਿੰਦੇ ਆ ਕਿ ਬਾਪੂ ਕਹਿ ਗਿਆ ਸੀ ਦਫਨਾਣਾ ਪਿੰਡ ਤੇ ਪਿੰਡ ਵਾਲਿਆਂ ਨੇ ਕਬਰ ਨੂੰ ਚਟਣਾ ਹੁਣ ਬੂਟੇ ਸਾਨੂੰ ਲਾਣੇ ਚਾਹੀਦੇ ਆ ਫਿਰ ਪਤਾ ਕੀ ਕਰਦੇ ਆ ਤੂੰ ਦੇਖਿਆ ਨਾ ਕਹਿੰਦਾ ਕਿ ਯਾਰ ਹੁਣ ਚਿੜੀਆਂ ਤੋਤੇ ਨਹੀਂ ਲੱਭਦੇ ਮੈਂ ਕਿਹਾ ਵੀ ਚਿੜੀਆਂ ਤੋਤੇ ਤੁਹਾਡੇ ਰਿਸ਼ਤੇਦਾਰ ਆ ਵੀ ਤੁਹਾਨੂੰ ਘਰਾਂ ਚ ਕੋਠੀਆਂ ਚ ਜਾ ਕੇ ਦੱਕਰੇ ਆ ਕੇ ਮਿਲਣ ਤੋਤੇ ਲਾਉਂਦੇ ਤੇ ਆਪੇ ਲੱਭ ਜਾਂਦੇ ਬੰਦਾ ਮਰ ਗਿਆ ਤੇ ਉਹਦੇ ਕੋ ਫਰਿਸ਼ਤੇ ਗਏ ਤੇ ਉਹ ਫਰਿਸ਼ਤੇ ਨੇ ਕਿਹਾ ਸਾਹਿਬ ਉਹਨੇ ਮੂੰਹ ਪਰਾ ਨੂੰ ਕਰ ਲਿਆ ਉਹ ਫਰਿਸ਼ਤੇ ਪਰਲੇ ਪਾਸੋਂ ਗਏ ਤੇ ਜਾ ਕੇ ਕਹਿੰਦੇ ਉਹ ਸਾਹਿਬ ਉਹਨੇ ਮੂੰਹ ਇਧਰ ਨੂੰ ਕਰ ਲਿਆ ਤੀਜੀ ਵਾਰੀ ਫਰਿਸ਼ਤੇਆਂ ਨੇ ਥੋੜਾ ਜਿਹਾ ਖਿੱਚ ਕੇ ਉਹਨੂੰ ਕਿਹਾ ਸਾਹਬ ਦੇ ਤੇ ਉਹ ਅੱਗੋਂ ਪਤਾ ਕੀ ਕਹਿਣ ਲੱਗਾ ਬਣਾ ਸਵਾਰ ਆਖੇ ਜੇ ਇਹੀ ਹੱਥ ਰੱਖਿਆ ਨਾ ਇੱਥੇ ਬੜਨ ਵੀ ਕੋਈ ਨਹੀਂ ਲੱ ਸਲਾਮ ਵਾਲੇਕਮ ਦੋਸਤੋ ਮੈਂ ਨਾਸਰ ਢਿੱਲੋਂ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਾਇਰ ਦੇ ਨਾਲ ਅੱਜ ਅਸੀਂ ਇੱਕ ਪੰਜਾਬੀ ਲਾਇਰ ਪੋਡਕਾਸਟ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ مختلف ਮੌਜੂਦਾ ਤੇ ਜੇ ਆਪਾਂ ਕਰੀਏ ਪੋਲਿਟੀਕਲ ਮੌਜੂਦਾ ਪੰਜਾਬ ਦੇ ਮੌਜੂਦਾ ਨੂੰ ਲੈ ਕੇ ਸਾਡੇ ਇਸ ਸੋਸਾਇਟੀ ਦੇ ਮੌਜੂਦਾ ਨੂੰ ਲੈ ਕੇ ਬੜੀਆਂ ਸੋਹਣੀਆਂ ਵੀਡੀਓਜ਼ ਬਣਾਉਂਦੇ ਨੇ ਨਾਲ ਥੋੜਾ ਜਿਹਾ ਮਸਾਲਾ ਵੀ ਲਾ ਦਿੰਦੇ ਨੇ ਤਾਂ ਕਿ ਉਹਦੀ ਰੀਚ ਜਿਹੜੀ ਆ ਕਿਉਂਕਿ ਆਡੀਅנס ਦੇ ਵੇਖਣ ਵਾਲੀ ਜਿਹੜੀ ਚੀਜ਼ ਹੁੰਦੀ ਆ ਉਹ ਗੱਲ ਵੀ ਪਹੁੰਚ ਜਾਏ ਤੇ ਨਾਲ ਥੋੜਾ ਜਿਹਾ ਫਨ ਵੀ ਹੋ ਜਾਏ ਉਹਦੇ ਤੇ ਅੱਜ ਗੱਲਬਾਤ ਕਰਨ ਵਾਸਤੇ ਪੋਡਕਾਸਟ ਨੂੰ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਮੇਰੇ ਨਾਲ ਨੇ ਅੰਜਮ ਸਰਾਇਆ ਜੀ ਅੰਜਮ ਸਰਾਇਆ ਜੀ ਵੈਲਕਮ ਆਜ ਦੀ ਪੰਜਾਬੀ ਲਾਇਰ ਦੀ ਪੋਡਕਾਸਟ ਤੇ ਮਿਹਰਬਾਨ ਜੀ ਨਾ ਆਵਾਜ਼ ਆਉਂਦੀ ਤੁਹਾਡੀ ਉਹ ਆਉਂਦੀ ਆਉਂਦੀ ਚੱਲ ਗਿਆ ਚੱਲ ਗਿਆ ਚੱਲ ਗਿਆ ਚੱਲ ਗਿਆ ਮਿਹਰਬਾਨੀ ਜਨਾਬ ਹੋਰ ਅੰਜਮ ਭਾਈ ਕਿਵੇਂ ਤੁਸੀਂ ਸੇਹ ਠੀਕ ਹੈ ਤੁਹਾਡੀ ਠੀਕ ਠਾਕ ਜੀ ਵਧੀਆ ਅੱਲਾ ਦਾ ਸ਼ੁਕਰ ਪਹਿਲਾਂ ਤੇ ਦੱਸ ਦਿਓ ਤੁਸੀਂ ਇੱਥੇ ਰਹਿੰਦੇ ਕਿੱਥੇ ਹੋ ਕਿਹੜਾ ਆਪਣਾ ਜਿੱਥੇ ਆਪਾਂ ਬੈਠੇ ਆ ਰਮੇਸ਼ਾ ਪਿੰਡ ਆ ਜੀ ਇਹ ਰਮੇਸ਼ਾ ਹਾਂ 452 ਗਾਹ ਬੇ ਰਮੇਸ਼ਾ ਤੇ ਇਹ ਕਿਸ ਤਰ੍ਹਾਂ ਆ ਗਿਆ ਖਿਆਲ ਚ ਵੀ ਇਹ ਪੋਲਿਟੀਕਲ ਮੌਜੂਦਾਰ ਨੂੰ ਵੀ ਛੇੜਨਾ ਤੇ ਵੀਡੀਓ ਬਣਾਉਣੇ ਸ਼ੁਰੂ ਕਰ ਦੇ ਉਹ ਵੀਡੀਓ ਤਾਂ ਬਣਾਉਂਦਾ ਇਹ ਨਾ ਮਸਲੇ ਸਾਡੇ ਬਹੁਤ ਆ ਤੇ ਕੋ ਸੁਣਦਾ ਹੈ ਨਹੀਂ ਸੀ ਤੇ ਉਹ ਵੀਡੀਓ ਤਾਂ ਬਣਾਈ ਮੈਨੂੰ ਨਹੀਂ ਸੀ ਪਤਾ ਵੀ ਇੰਨੀ ਚੱਲ ਜੂਗੀ ਅੱਛਾ ਕਿਸ ਤਰ੍ਹਾਂ ਹਾਂ ਵੀਡੀਓ ਬਣਾਈ ਸੀ ਉਹ ਕਟਿਆ ਵਾਲੀ ਤੋਂ ਤੁਹਾਨੂੰ ਦੱਸਿਆ ਸੀ ਕਿ ਕਟਿਆ ਵਾਲੀ ਤੋਂ ਸ਼ੁਰੂ ਕੀਤੀ ਸੀ ਅੱਛਾ ਉਹ ਗੱਲ ਸੁਣਾਵਾ ਕਟਿਆ ਨੇ ਕਟਿਆ ਵਾਲੀ ਦੱਸੋ ਕੀ ਗੱਲ ਸੀ ਅਸਲ ਗੱਲ ਹੀ ਉਹ ਆ ਵੀ ਪਤਾ ਲੱਗੇ ਵੀ ਵੀਡੀਓ ਤੁਸੀਂ ਮੋਟੀਵੇਟ ਕਿਸ ਤਰ੍ਹਾਂ ਹੋ ਗਿਆ ਵੀਡੀਓ ਬਣਾਉਣ ਦੇ ਵੀ ਉਹ ਕਿੱਥੋਂ ਤੁਹਾਡੇ ਦਿਨ ਚ ਖਿਆਲ ਆਇਆ ਕਿ ਆਪਣੇ ਮਸਲੇ ਮਸਾਲਾ ਨੂੰ ਅਸੀਂ ਦੂਜਿਆਂ ਤੱਕ ਰੱਖੀਓ ਜਾਗਰ ਕਰੀਏ ਕੀ ਸੀ ਜਿੱਥੋਂ ਸ਼ੁਰੂ ਹੋਈ ਸੀ ਇਹ ਤੇ ਜ਼ਰੂਰੀ ਆ ਨਾ ਸ਼ੁਰੂ ਇਦਾਂ ਵੀ ਉਹਨਾ ਮੈਂ ਆਪਣੇ ਬਾਪੂ ਨੂੰ ਮੋਬਾਈਲ ਦਿਆ ਲੈ ਕੇ ਟੱਚ ਮੋਬਾਈਲ ਅੱਛਾ ਤੇ ਉਹਦੇ ਚੋ ਚੱਲਦੀ YouTube ਉਹ YouTube ਤੇ ਨਾ ਉਹ ਬਾਪੂ ਦੇਖੀ ਜਾਂਦਾ ਕਦੀ ਕੋਈ ਕਰੀ ਉਹ ਅੱਗੇ ਵੀਡੀਓ ਆਈ ਕਟਿਆ ਵਾਲੀ ਅੱਛਾ ਤੇ ਉਹ ਕਟਿਆ ਵਾਲੇ YouTube ਨੇ ਗੱਲ ਸੁਣਾਈ ਗੱਲ ਬੜੀ ਬਣਾ ਕੇ ਸੁਣਾਈ ਵੀ ਇੰਨੇ ਰੱਖੋ ਇੰਨੇ ਲਾਓ ਤੇ ਕਰੋੜਾਂ ਦੇ ਉਹ ਵੇਟ ਜਾਂਦੇ ਅੱਛਾ ਹੁਣ ਤੂੰ ਹਾਬਲਾ ਵੀ ਸਾਡੀਆਂ ਜੁੱਤੀਆਂ ਟੁੱਟ ਗਈਆਂ ਇਹ ਜ਼ਿੰਮੇਵਾਰੇ ਚ ਸਾਰੀ ਉਮਰ ਸਾਡੇ ਵੱਡਕਿਆਂ ਨੇ ਇਹੀ ਕੱਟੇ ਪੱਛੇ ਹੀ ਰੱਖੇ ਹੋਰ ਅਸੀਂ ਕਿਹੜਾ ਦੇਲ ਦੇ ਸਰਜਾਂ ਉਹ ਜਿਸ ਟਾਈਮ ਉਹ ਵੀਡੀਓ ਦੇਖੀ ਤੇ ਬਾਪੂ ਦੀ ਸੂਈ ađ ਗਈ ਕਹਿੰਦਾ ਕੋਈ ਕੱਟੇ ਰਖਣੇ ਅੱਛਾ ਹਾਂ ਯਾ YouTube ਤੇ ਵੀਡੀਓ ਬਣਾਈ ਉਹਨੇ ਵੀ ਇਹ ਕੱਟੇ ਰੱਖੋ ਤੇ ਕਰੋਨਾ ਕਮਾਓ YouTubeਰ ਗੱਲ ਐਸੀ ਫਸਾ ਲੰਦੇ ਚੰਗੇ ਭਰੇ ਬੰਦੇ ਨੂੰ ਬੰਦੇ ਦੁਕਾਨਾਂ ਛੱਡ ਕੇ ਆ ਗਏ ਹਾਂ ਹਾਂ ਕੋਈ ਬਤਕਾ ਪਾ ਰਿਹਾ ਕੋਈ ਕੋਸ਼ਿਸ਼ ਕਰ ਰਿਹਾ ਮਟੇਰੇ ਰੱਖ ਲਿਆ YouTubeਰਾਂ ਦੇ ਸਿਰ ਤੇ ਬੰਦੇ ਬੜੇ ਘਰ ਝਾੜਦੇ ਇਹਨਾਂ ਨੇ ਹਾਂ ਗੁੱਸਾ ਨ ਕਰੀ ਤੂੰ ਵੀ ਵੀਡੀਓ ਬਣਾ YouTubeਰਾਂ ਨੇ ਘਰ ਝਾੜਦੇ ਮੈਂ ਤੈਨੂੰ ਦੱਸਾਂ ਬਾਹਰੋਂ ਬੰਦੇ ਆ ਕੇ ਇੱਥੇ ਕੰਗਾਲ ਹੋ ਗਏ ਅੱਛਾ ਅੱਛਾ ਉਹ ਗੱਲ ਉਹਨੇ ਐਸੀ ਸੁਣਾਈ ਬਾਪੂ ਕਹਿੰਦਾ ਰੱਖਣੇ ਕੱਟੇ ਹਾਂ ਅਸੀਂ ਰੋਕ ਰਿਆ ਕਹਿੰਦੇ ਨਹੀਂ ਰੱਖਣੇ ਅਸੀਂ 14 ਕੱਟੇ ਸੀ 10 ਕਿ 14 ਕੱਟੇ ਲਿਆਂਦੇ ਤੇ ਉਹ ਪੌਣੇ ਇੱਕ ਬਣੇ 4 ਲੱਖ ਦੇ ਹੂੰ ਤੇ ਉਹ ਮੁੜ ਕੇ ਫਿਰ ਉਹਨਾਂ ਨੂੰ ਸੈਲਜ ਬਣਾ ਕੇ ਪਾ ਕਿੱਲਾ ਮੱਕੀ ਦਾ ਐ ਡੜਾ ਮੋਟਾ ਦਾਣਾ ਤੇ ਉਹ ਵਿੱਚੋਂ ਇੱਕ ਉਤਰ ਕੇ ਸੈਲਜ ਬਣਾਇਆ ਉਹ ਵੀ ਯੂਟਿਊਬਰ ਨੇ ਦੱਸਿਆ ਹੂੰ ਵੀ ਸੈਲਜ ਇਦਾਂ ਬਣਾ ਸੈਲਜ ਇਦਾਂ ਪਾ ਅੱਛਾ ਫਿਰ ਉਹਨੇ ਆਪਣਾ ਵੰਡਾ ਵੇਚਣਾ ਸੀ ਉਹ ਵੰਡਾ ਵੀ ਉਹਨੇ ਦੱਸਿਆ ਉਹ ਵੰਡਾ ਵੀ ਅਸੀਂ ਪਾਇਆ ਤੇ ਉਹ ਸਾਨੂੰ ਕਮਲ ਕੰਮ ਵੀ ਨਾ 8-9 ਲੱਖ ਜੇ ਉਹ ਪੈਂਦੇ ਅੱਛਾ ਹਾਂ ਉਹ ਫਿਰ ਖੜੇ ਪੈਰੀ ਵੇਚਣੇ ਪਏ ਤੇ ਉਹ ਪੌਣੇ 4 ਦੇ ਵਿਕੇ ਅੱਛਾ ਪੌਣੇ 4 ਦੇ ਹੋ ਗਏ ਅਜਿ ਜਿੰਨੇ ਤੇ ਜਿੱਤ ਲਏ ਉਹਨੇ ਦੀ ਹੋ ਵੀ ਕੇ ਤੇ ਜਦੋਂ ਵੇਚੇ ਤਾਂ ਵਪਾਰੀ ਲੱਖ ਰੁਪਏ ਆਧਾਰ ਕਰਕੇ ਆਧਾਰ ਨਾ ਹੈ ਨਹੀਂ ਕੋ ਪੈਸੇ ਆ ਉਹ ਦੇ ਗਿਆ ਬਾਕੀ ਤੇ ਲੱਖ ਰੁਪਏ ਕਹਿੰਦਾ ਮੈਂ ਅਗਲੀ ਮੰਡੀ ਚ ਵੇਚ ਕੇ ਤੇ ਮੈਂ ਗਿਆ ਤੇ ਮੈਂ ਆਇਆ ਤੇ ਵਪਾਰੀ ਵੀ ਇਦਾਂ ਹੀ ਕਹਿੰਦਾ ਸਾਡਾ ਲਹੂ ਪੀਆ ਪਿਆ ਵਪਾਰੀਆਂ ਹਾਂ ਤੇ ਉਹ ਪੁੱਛਣ ਦਸਣ ਵਾਲਾ ਹੀ ਕੋਈ ਨਹੀਂ ਉਹ ਵਪਾਰੀ ਜਿਸ ਟਾਈਮ ਉਹ ਟੈਲੀਫੋਨ ਕਰੀਏ ਟੈਲੀਫੋਨ ਨੇ ਚੱਕ ਕੇ ਅੱਛਾ ਬੜੀ ਟੈਨਸ਼ਨ ਆ ਅੱਬਾ ਮੇਰਾ ਉਹ ਸ਼ੂਗਰ ਉਹ ਨੂੰ ਨਵੇਂ ਨਵੇਂ ਹੋਈ ਆ ਉਹ ਸ਼ੂਗਰ ਕਰੀ ਤਾਂ ਚੜਜਾ ਕਰੇ ਕਦੇ ਥਾਂ ਜੇ ਸਾਨੂੰ ਤਾਂ ਪਹਿਲਾਂ ਦੀਆਂ ਪੈ ਗਈਆਂ ਉਹ ਹੁਣ ਟੈਲੀਫੋਨ ਚੱਕਿਆ ਇੱਥੋਂ ਫਿਰ ਇੱਕ ਵਕੀਲ ਵਾਕਫ ਸੀਗਾ ਤੇ ਉਹ ਲੈ ਕੇ ਗਿਆ ਉਹਨੂੰ ਨਾਲ ਅੱਛਾ ਜੀ ਹਾਂ ਜੀ ਤੇ ਉਹਨੇ ਫਿਰ ਉਹ ਉਹ ਲੱਖ ਰੁਪਈਆ ਉਹ ਲੱਖ ਰੁਪਈਆ ਕਹਾ ਦੋਆ ਉਹਦੇ ਕੋ ਇੱਕ ਵੱਛਾ ਖੜਾ ਸੀਗਾ ਉਹ 50 ਹਜ਼ਾਰ ਦਾ ਵੱਛਾ ਲੱਖ ਚ ਛਡਾਤਾ ਉਹਨੇ ਅੱਛਾ ਅੱਛਾ ਤਾਂ ਉਹ ਲਿਆਂਦਾ ਮੈਂ ਦਖਾਨਾ ਤੇ ਰਿਕਵਰੀ ਹੋ ਗਈ ਫਿਰ ਤਾਂ ਸਾਢੇ 3 ਨਹੀਂ ਬਚਿਆਗੇ ਹਾਂ ਸਾਢੇ 3 ਨਹੀਂ ਬਚਿਆ ਇਸ ਤਰ੍ਹਾਂ ਰਿਕਰ ਇਹਥੋਂ ਵੀਡੀਓ ਬਣਾਉਣੀ ਸ਼ੁਰੂ ਕਰ। ਇੱਥੋਂ ਮੈਂ ਉਹ ਬਣਾਈ ਵੀਡੀਓ। ਹੂੰ ਤੇ ਉਹ ਵੀਡੀਓ ਬਣਾਈ ਨਾ ਤੇ ਉਹ ਵੀਡੀਓ ਚੱਲ ਗਈ। ਅੱਛਾ। ਹਾਂ। ਮੈਂ ਤਾਂ ਟਰੈਕਟਰ ਤੇ ਸੀ ਜਦੋਂ ਮੈਂ ਉਤਰਿਆ ਨਾ ਤੇ ਉਹ ਮੇਰਾ ਭਰਾ ਹੀ ਮੈਨੂੰ ਹੋਰ ਮਾਂ ਜਾਂ ਦੇਖੀ ਜਾਵੇ। ਉਹਨਾਂ ਦੀ ਵੀਡੀਓ ਦੇਖੀ ਇਸ ਵੀਡੀਓ ਚਲੇਗੀ 60 70 ਕੇ ਤੇ। ਅੱਛਾ। ਹਾਂ। ਕੇ ਦੱਸਦੇ ਆ। 60 70 ਕੇ ਤੇ ਚਲੀਗੀ ਤੇ ਉਹ ਮੈਨੂੰ ਨਾ ਦੇਖੀ ਜਾਵੇ। ਘੂਰ ਘੂਰ ਕੇ। ਭਰਾ ਭਰਾ ਮੇਰਾ ਸੱ加। ਅੱਛਾ। ਮੈਂ ਸਮਝਿਆ ਵੀ ਨਾ ਇਹ ਕੋਈ ਰੌਲਾ। ਮੈਂ ਕਿਹਾ ਯਾਰ ਤੇਰਾ 200 ਰੁਪਿਆ ਦੇਣਾ ਚਲ ਦੇ ਦੂੰਗਾ ਤੇ ਅੱਡਾਂ ਕੱਢ ਲਾ। ਉਹ ਕਹਿੰਦਾ ਤੇਰੇ ਕੋ ਲੈਣਾ ਹੀ ਨਹੀਂ ਹਾਂ ਮੈਂ ਕਿਹਾ ਯਾਰ ਇਹ ਤਰ ਰੁਪਈਆ ਨਹੀਂ ਛੱਡਦਾ ਸੀ ਇਹ ਫਿਰ ਕੋ ਰੋਲਾ ਮੈਂ ਕਿਹਾ ਕਿ ਗੱਲ ਕੀ ਹੋਈ ਤੇ ਵੀ ਇਹ ਠੀਕ ਕਹਿੰਦਾ ਯਾਰ ਤੇਰੀ ਵੀਡੀਓ ਆ ਕੇ ਚੱਲ ਗਈ ਹਾਂ ਮੈਂ ਜਦ ਜਾ ਕੇ ਮੋਬਾਈਲ ਦੇਖਿਆ ਤੇ ਉਹ WhatsApp ਦੇ ਉੱਤੇ ਰਿਸ਼ਤੇਦਾਰਾਂ ਦੇ ਟੈਲੀਫੋਨ ਹਾਂ ਮੁਬਾਰਕਾਂ ਆਈਆਂ ਹੀਆਂ ਅੱਛਾ ਮੁਬਾਰਕਾਂ ਆਈਆਂ ਵੀਡੀਓ ਚੱਲ ਗਈ ਤੇਰੀ ਵੀਡੀਓ ਚੱਲ ਗਈ ਹਾਂ ਅੱਛਾ ਦੁੱਖ ਦੂਰ ਹੋ ਗਿਆ ਫਿਰ 4 ਲੱਖ ਵਾਲਾ ਕਟਿਆ ਦੁੱਖ ਦੂਰ ਹੋਇਆ ਵੀਡੀਓ ਮੈਂ ਬਣਾਈਆਂ ਵੀਡੀਓ ਚੱਲ ਬੜੀਆਂ ਗਈਆਂ ਮਸ਼ਹੂਰ ਬੜਾ ਹੋ ਗਿਆ ਪਰ ਯਾਰ ਨਾ ਬਾਈ ਨਾਸਰ ਇੱਕ ਗੱਲ ਮਾੜੀ ਹਾਂ ਕੀ ਬਣਾਈ ਜਾਂ ਤਸੀਬੀ ਮੈਂ ਆਪਣੇ ਮਸਲੇ ਹੱਲ ਕਰਾਂ ਮਸਲਾ ਹੱਲ ਕੋਈ ਨਹੀਂ ਹੋਇਆ ਤੇ ਕਹਿੰਦੇ ਤੂੰ ਸਟਾਰ ਬਣ ਗਿਆ ਅੱਛਾ ਸਟਾਰ ਬਣ ਗਿਆ ਸਟਾਰ ਭਾਵੇਂ ਬਣਾ ਲੈ ਬਣਾ ਮੇਰੇ ਮਸਲੇ ਹੱਲ ਕਰ ਦੋ ਉਹਨਾਂ ਸਟਾਰ ਕੇ ਸਟਾਰ ਕਹਿੰਦੇ ਆ ਵੀ ਤੁਸੀਂ ਰਹਿਣ ਦੋ ਸਾਡੇ ਮਸਲੇ ਵਸਾਇ ਜਿਹੜੇ ਹੱਲ ਕਰ ਦੋ ਅਸੀਂ ਸਟਾਰ ਬਣ ਕੇ ਕੀ ਲੜਾਂ ਉਹ ਬਾਧੂ ਤਾਂ ਗਿਆ ਹੁਣ ਜਵੇਂ ਅਸੀਂ ਆ ਗਏ ਇੰਦਰ ਹੋਰ ਕੋਈ ਆਜੀ ਹਾਂ ਚਲੋ ਤਾਂ ਸਤ ਬਿਸਮਿਲ੍ਲਾ ਤੂੰ ਤਾਂ ਬੰਦਾ ਚੰਗਾ ਹੈ ਹਾਂ ਅੱਲਾ ਨੇ ਤੈਨੂੰ ਮਤਲਬ ਇੰਨੀ ਇੱਜ਼ਤ ਦਈ ਆ ਲੇਕਿਨ ਤੂੰ ਬੰਦਾ ਤੇ ਮੈਂ ਮਜ਼ਾਜ ਦਾ ਨਹੀਂ ਨਹੀਂ ਭਰਾ ਤੁਸੀਂ ਅੱਲਾ ਹੋਰ ਇੱਜ਼ਤ ਦੇ ਅੱਛਾ ਇੱਥੋਂ ਇੱਥੋਂ ਫਿਰ ਸਟਾਰਟ ਹੋ ਗਿਆ ਵੀਡੀਓ ਬਣਾ ਫਿਰ ਇੱਕ ਇਸ ਤਰ੍ਹਾਂ ਟੌਪਿਕ ਜਿਹੜੇ ਆਪ ਹੀ ਦਿਮਾਗੀ ਆਉਂਦਾ ਗਿਆ ਵੀ ਯਾਰ ਆਹ ਟੌਪਿਕ ਚੂਜ਼ ਕਰਨਾ ਜਿਵੇਂ ਉਹ ਪਿਛਲੇ ਦਿਨ ਵੇਖੀ ਕਿ ਇੱਕ ਵੀਡੀਓ ਪਾਈ ਤੁਸੀਂ ਨਾ ਆਪਣੇ ਜ਼ਿੰਮੇਦਾਰੇ ਤੇ ਪਾਈ ਸੀ ਕਿ ਮਹਿੰਗਾਈ ਇੰਨੀ ਆ ਉਹ ਟਰੈਕਟਰਾਂ ਵਾਲੇ ਤੇ ਡੀਜ਼ਲਾਂ ਤੇ ਤੇ ਬਾਅਦ ਸਾਡੀ ਬਾਤ ਨਹੀਂ ਪੁੱਛਦੇ ਆਦਰ ਵੀ ਆ ਡਾਲੇ ਤੇ ਦੀ ਆ ਹਾਂ ਹਾਂ ਉਹ ਮੈਂ ਬਣਾਈ ਸੀ ਉਹ ਤਾਂ ਸਬਜ਼ੀਆਂ ਤੇ ਵੀ ਯਾਰ ਨਾ ਫੜ-ਦੜ ਕੇ ਪੈਸੇ ਉਹ ਲਾਨੇ ਆ ਸਬਜ਼ੀ ਲਾਈ ਆ ਸ਼ਿਮਲਾ ਮਿਰਚਾਂ ਪਰ ਤੇ ਉਹ ਜੇ ਤਾਂ ਰੇਟ ਚੰਗਾ ਲੱਗ ਜੇ ਫਿਰ ਤਾਂ ਡਾਲਾ ਹੂੰ ਕਿਹੜਾ ਡਾਲਾ ਅਭੀ ਕੋ ਡਾਲਾ ਵੀ ਕੋ ਹਾਂ ਉਹ ਫਿਰ ਪਿੰਡੇ ਚ ਧੂੜ ਡਾਵਾਗੇ ਅੱਛਾ ਤੇ ਜੇ ਕਿਤੇ 19-21 ਹੋ ਗਈ ਰੇਟ ਦੀ ਤੇ ਫਿਰ ਉਹ ਜਿਹਦੇ ਕੋ ਪੈਸੇ ਫੜ ਕੇ ਲਈ ਜਾ ਪੁਲਿਸ ਦਾ ਡਾਲਾ ਤਾਂ ਪੱਕਾ ਉਹ ਮੈਂ ਇਹ ਗੱਲ ਕੀਤੀ ਸੀ ਅੱਛਾ ਵੀ ਨਾ ਪੈਸੇ ਬੜੇ ਨਾ ਰਿਕਵਰੀ ਹੋਈ ਤਾਂ ساری ਗੱਲ ਹੈ ਫਿਰ ਤਾਂ ਰਗੜੇਗੇ ਹਾਂ ਉਹ ਇਹ ਗੱਲ ਤਾਂ ਸਹੀ ਮਸਲੇ ਆ ਕਦਮ ਕਦਮ ਤੇ ਹਾਂ ਮਸਲੇ ਕੋ ਲੱਪਣ ਦੀ ਲੋੜ ਆ ਮਸਲਾ ਤਾਂ ਥਾਂ ਥਾਂ ਤੇ ਸਾਨੂੰ ਤਾਂ ਮੱਥੀ ਸੁਭਾਉ ਉੱਠਦੇ ਆ ਮਸਲਿਆਂ ਦੇ ਲੱਗਦੇ ਆ ਹਾਂਜੀ ਹੁਣ ਤੂੰ ਸਭ ਤੋਂ ਮੋਟੀ ਜੀ ਗੱਲ ਆ ਮੌਕੇ ਦੀ ਵੀ ਨਹਿਰ ਦੀ ਨਾ ਜਦੋਂ ਦੀ ਹੋਜ ਸੰਭਾਲੀ ਆ ਬੰਦੀ ਹੁੰਦੀ ਸੀ ਕੋ 10 ਦਿਨ ਦੀ ਕੋ 15 ਦਿਨ ਹੱਦ 20 ਦਿਨ 21 ਦਿ ਦੀ ਬੰਦੀ ਹੁੰਦੀ ਆ ਲਾ ਹੁਣ ਡੇਢ ਮਹੀਨਾ ਹੋ ਗਿਆ ਉਹਨਾਂ ਨੇ ਨਹਿਰ ਚ ਪਾਣੀ ਨਹੀਂ ਛੱਡਿਆ ਹੁਣ ਆਹੀ ਟਾਈਮ ਸੀ ਪਾਣੀ ਦੀ ਸਾਨੂੰ ਲੋੜ ਸੀ ਵੀ ਉਹ ਗੋਬ ਦੇ ਉੱਤੇ ਆ ਕਣਕ ਹੈ ਫਿਰ ਕਹਿੰਦੇ ਔਵਰੇਜ ਨਹੀਂ ਆਂਦੀ ਫਿਰ ਆਟੇ ਦਾ ਬੋਹਰਾਣਾ ਗਿਆ ਉਹ ਦਾਣਾ ਮੋਟਾ ਹੋਣਾ ਸੀਗਾ ਨਹਿਰ ਦੇ ਪਾਣੀ ਨਾਲ ਹੁਣ ਟੂਬਲ ਦੇ ਅਸੀਂ ਚਾਹੇ ਚਾਰ ਲਾਈ ਜਾਈਏ ਉਹ ਦਾਣਾ ਹੀ ਨਹੀਂ ਬਣਦਾ ਫਿਰ ਟੂਬਲਾ ਲਿਆ ਉਹ ਸਾਡੇ ਇੱਥੇ ਜਿੱਥੇ ਨਹਿਰ ਦਾ ਪਾਣੀ ਹੈ ਨਾ ਉੱਥੇ ਲੈਂਦੇ 800 ਰੁਪਿਆ ਘੰਟਾ ਜਿੱਥੇ ਨਹਿਰ ਨਹੀਂ ਹੈਗੀ ਉੱਥੇ 12-1200 ਲਈ ਜਾਂਦੇ ਘੰਟੇ ਦਾ ਟੂਬਲਾ ਵਾਲੇ ਥਾ ਆਪਣੇ ਥਾ ਪਿੱਟੀ ਜਾਂਦੇ ਕਹਿੰਦੇ ਅਸੀਂ ਮਰ ਗਏ ਬਿਲਾ ਤੋਂ ਨਾਲੇ ਜ਼ਮੀਨ ਵੀ ਉਹਦੇ ਨਾਲ ਹੋ ਜਾਂਦੀ ਹੈ ਨਾ ਸਖਤ ਹੋ ਜਾਂਦੀ ਟੋਲਾਂ ਦਾ ਪਾਣੀ ਦਾ ਹਾਂਜੀ ਤੇ ਉਹ ਹੁਣ ਦੱਸੋ ਵੀ ਉਹ ਨਹਿਰ ਚੋਂ ਸਾਡੇ ਨੂੰ ਟੋਲਾਂ ਦਾ ਪਾਣੀ ਕੀ ਅਸੀਂ ਕਰੀ ਉਹ ਇੰਨਾ ਖਰਚਾ ਆ ਗਿਆ ਤੇ ਫਿਰ ਅੱਗੋਂ ਖਟਣਾ ਕੀ ਹੈ ਹਾਂਜੀ ਅੱਛਾ ਵੀ ਇਹ ਉਹ ਵੀਡੀਓ ਜਿਹੜੀਆਂ ਨਾ ਵੀ ਆਪਣੇ ਜਿਹੜੇ ਸਾਡੇ ਸਰੌਂਡਿੰਗ ਦੇ ਜਿਹੜੇ ਮਾਮਲੇ ਨੇ ਜਿਹੜੀਆਂ ਸਾਨੂੰ ਤਕਲੀਫਾਂ ਹੁੰਦੀਆਂ ਉਹਨਾਂ ਨੂੰ ਲੈ ਕੇ ਜਿਹੜੇ ਵੀਡੀਓ ਹਾਂ ਉਹ ਮੈਂ ਕੱਲਾ ਕੱਲਾ ਦੱਸਿਆ ਹਾਂ ਅਜੇ ਵੀ ਮੈਂ ਅੱਧ ਪਚਦੇ ਦੱਸੇ ਪਰ ਉਹ ਵੀਡੀਓ ਕਹਿੰਦੇ ਸੀ ਤੇਰੀ ਬੜੀ ਚੱਲ ਗਈ ਉਹ ਚੱਲ ਗਈ ਕੀ ਅਗੋ ਸੁਣਦਾ ਤਾਂ ਹੈ ਕੋਈ ਨਹੀਂ ਉਹ ਆਪ ਉਹਨਾਂ ਨੂੰ ਆਪ ਦੀ ਪਈ ਆ ਸਰਕਾਰਾਂ ਤੇ ਆਪ ਲੜੀਆਂ ਦੀ ਆਪ ਲੜੀ ਜਾਂਦੇ ਆਂ ਹਾਂ ਉਹ ਆਂਦਾ ਵੀ ਤੇਰੀ ਕੁਰਸੀ ਆਂਦਾ ਮੇਰੀ ਆ ਤੇ ਤੀਜਾ ਘਰਾਂ ਦਾ ਮੇਰੀ ਆ ਯਾਰ ਇੱਥੇ ਨਾ ਸ਼ਕੀਨ ਹਜ਼ਰਤ ਲੜਾਂਦੇ ਆਂ ਕੁੱਕੜ ਛੁੱਕੜ ਕੁੱਕੜਾਂ ਨੂੰ ਛੱਡ ਕੇ ਨਾ ਤੇ ਬਾਕੀ ਇੰਜ ਕਰਕੇ ਦੇਖਦੇ ਹਾਂ ਸਾਡਾ ਤਾਂ ਮੁਲਕ ਜੋ ਹਿਸਾਬ ਹੋਇਆ ਵੀ ਆ ਸਾਰੀ ਵਾਰ ਜਿਹੜੀ ਹੈ ਬਾਈਕ ਰੋਡ ਬੰਦਾ ਦੇਖ ਰਿਹਾ ਤੇ ਉਹ اسلامਾਬਾਦ ਲੜ ਰਿਹਾ ਇੱਕ ਕੁੱਕਰ ਛੱਡੇ ਕਿਨੇ ਛੱਡਣ ਵਾਲਿਆਂ ਨੇ ਛੱਡੇ ਆ ਅੱਲਾ ਦਾ ਬੰਦਾ ਮੈਂ ਗਰੀਬ ਬੰਦਾ ਹਾਂ ਛੱਡਣ ਵਾਲਿਆਂ ਨੇ ਛੱਡੇ ਸਕਾਰੀ ਦੇਖ ਰਹੇ ਬੈਠੇ ਆ ਅੱਛਾ ਜਿਨ੍ਹਾਂ ਨੇ ਗੁੱਗਲ ਛੱਡੇ ਉਹਨਾਂ ਦਾ ਨਾਮ ਲੈਵੇ ਚੁੱਕੇ ਹੜ ਦੇ ਕਿਤੇ ਯਾਰ ਨੌਕਰ ਭੱਜਿਆ ਹਾ ਪਿੱਛੋਂ ਪੱਠੇ ਕਿੰਨੇ ਪਾਣੇ ਹਾਂ ਇਹ ਵੀ ਗੱਲ ਸਹੀ ਹਾਂਜੀ ਉਹ ਪਤਾ ਨਹੀਂ ਲੱਗਦਾ ਪਿੱਛੇ ਜੇ ਨਾ ਸ਼ਬਾਹ ਗਿੱਲ ਉਹ ਆਂਦਾ ਸੀ ਨਾ ਕਿ ਮੈਂ ਨਾਗਾ ਦਾ ਜੱਟ ਆ ਤੇ ਐਂ ਕਰ ਦੂ ਮੁੜ ਕੇ ਉਹ ਸਾਰੀ ਹੋ ਗਈ। ਓਰੇ ਅੰਜਮ ਸਰੋਇਆ ਸਰਾ ਫੇਸਬੁਕ ਤੇ ਆ ਕੇ ਕਰਨ। ਉਹ ਬਾਬਾ ਜੀ ਪਤਾ ਨਹੀਂ ਕਰਦੇ ਕੀ ਇਹ ਸਾਰੀ ਫੂਕ ਨਿਕਲ ਜਾਂਦੀ ਬੰਦੇ ਦੀ। ਹਾਂ। ਪਤਾ ਨਹੀਂ ਕਿੱਥੇ ਕਿੱਥੇ ਕਿਹੜਾ ਕਿਹੜਾ ਕਰੰਟ ਲੱਗਦਾ। ਮੈਂ ਤਾਂ ਵੀਡੀਓ 'ਚ ਵੀ ਕਿਹਾ ਸੀ ਭਾਈ ਆਪਾਂ ਤਾਂ ਗਿੱਲੇ ਗੋਹੇ ਤੇ ਪੈਰ ਨਹੀਂ ਧਰਦੇ। ਹਾਂ। ਉੰਜ ਮੋਟੀ ਮੋਟੀ ਗੱਲਾਂ ਆਪਾਂ ਕਰਦੇ ਆ। ਹਾਂ। ਪਸ਼ਾਇਦ ਅਸਰ ਹੋ ਜੇ। ਹਾਂ। ਉਹ ਤੁਸੀਂ ਨਾ ਉਹ ਵੀਡੀਓ ਸੀ। ਅ ਵਕੀਲਾਂ ਤੇ ਜੱਜਾਂ ਵਾਲੀ ਉਹ ਕਿੱਦਾਂ ਸੀ ਵਕੀਲਾਂ ਜੱਜਾਂ ਵਾਲੀ ਜਿਹੜੀ ਉਹ ਯਾਰ ਉਹ ਤਾਂ ਮੈਂ ਬਣਾਈ ਸੀ ਬਈ ਕਹਿੰਦੇ ਆ ਵੀ ਇਹ ਮਦਖਲਤ ਕਰਦੇ ਆ ਹਾਂ ਹੈ ਅਦਾਰੇ ਅਦਾਰੇ ਹਾਂ ਤੇ ਵੀ ਇਹਨਾਂ ਨੂੰ ਅਖੇ ਰੋਕ ਵੀਡੀਓ ਬਣਾ ਅੱਛਾ ਅੱਛਾ ਤੇ ਉਹਨਾਂ ਨੂੰ ਮੈਂ ਕਿਹਾ ਸੀ ਵੀ ਸਰੋਇਆ ਸਾਹਿਬ ਦੇ ਜਿੰਨ ਬੜੇ ਸਿਆਣੇ ਹੈ ਹੈ ਤੇ ਮੈਂ ਤਾਂ ਨਹੀਂ ਗਿੱਲੇ ਕੋਹੇ ਤੇ ਪੈਰ ਧਰਦਾ ਕਰਦੇ ਆ ਮੈਂ ਕਿਹਾ ਮਦਖਲਤ ਖਸਮ ਦਾ ਸੇਰਖਾਨ ਕਰੀ ਜਾਂ ਜੇਰਾ ਗਿੱਲੈਂਦੇ ਤੇ ਜਿਹੜੇ ਮੈਂ ਕਿਹਾ 75 ਸਾਲਾਂ ਤੋਂ ਨਹੀਂ ਹਟੇ ਉਹ ਮੇਰੇ ਕਹਿਣ ਤੇ हट ਜਾਣਗੇ ਹਾਂ ਇਹ ਗੱਲ ਮੈਂ ਕਰੀ ਹਮ ਇਹ ਚਾਹੇ ਘੱਟ ਵੀ ਦੇ ਵਿੱਚ ਲੋੜ ਕਿਹੜੀ ਹੈ ਯਾਰ ਹਾਂ ਮੈਂ ਕਿਹਾ ਵੀ ਜੇ ਇਜਾਜ਼ਤ ਤੇ ਜਰਨਲ ਬਖਸ਼ੇ ਗਏ ਨਾ ਤੇ ਫੇਰ ਰਹਿੰਦੇ ਅਸੀਂ ਵੀ ਨਹੀਂ ਹਾਂ ਪੀਐਨ ਦੀ ਟਾਕੀ ਲੱਗ ਜੇ ਸਾਡੀ ਟਾਕੀ ਲੱਗ ਜਾਣੀ ਹੈ ਇੱਕ ਮੈਂ ਵੀਡੀਓ ਵੇਖਣਾ ਹੈ ਪਿੱਛੇ ਜੇ ਨਾ ਮਰਦਮਸ਼ਿਮਾਰੀ ਵਾਲੇ ਸਾਰੇ ਜਿਹੜੀ ਜਿਹੜੀ ਗੱਲਾਂ ਆਈ ਜਾਂਦੀਆਂ ਨਾ ਮੈਂ ਰੇਂਚ ਕਰੀ ਜਾਂਦਾ ਵੀ ਮਰਦਮਸ਼ਿਮਾਰੀ ਵਾਸਤੇ ਸਕੂਲਾਂ ਦੇ ਟੀਚਰਾਂ ਨੂੰ ਭੇਜਿਆ ਨਾ ਮਰਦਮਸ਼ਿਮਾਰੀ ਲਈ ਤੇ ਮਰਦਮਸ਼ ਮਾਰੀ ਦਿਲ ਕਰੇ ਕੈਨਸਲ ਹੋ ਜਾਈਂ ਇਲੈਕਸ਼ਨ ਅਨਾਉਂਸ ਕਰਤਾ ਇਹਨਾਂ ਕੈਨਸਲ ਕਰ ਦੇਣੀ ਹੈ ਹਾਂ ਹਾਂ ਤੇ ਹੁਣ ਉਤੋਂ ਵੀਡੀਓ ਵੈਨਾ ਵੀ ਬਾਲਾਂ ਦੇ ਪੇਪਰਾਂ ਦੇ ਦੇਣੇ ਆ ਹਾਂ ਹਾਂ ਉਹ ਮੁੰਡੇ ਜਾਂਦੇ ਇਥੋਂ ਸਕੂਲੀ ਉਹ ਨੱਚ ਟੱਪ ਕੇ ਆ ਜਾਂਦੇ ਅੱਗੋ ਕਹਿੰਦੇ ਉਸਤਾਦ ਹੀ ਕੋਈ ਨਹੀਂ ਉਸਤਾਦ ਕਿੱਥੇ ਉਸਤਾਦ ਕਿੱਥੇ ਗਿਆ ਬੰਦੇ ਗਣ ਗਿਆ ਹਾਂ ਤੇ ਹੁਣ ਤੂੰ ਮੈਨੂੰ ਇਹ ਦੱਸ ਯਾਰ ਵੀ ਇਹ ਹਰ ਕੰਮ ਉਹ ਤੋੜ ਦਿੰਦੇ ਉਸਤਾਦਾਂ ਉਪਰਾਈ ਜਿਹੜੇ ਆ ਨਾ ਸਰਕਾਰੀ ਸਕੂਲ ਆ ਇਹਨਾਂ ਚ ਪੜਦੇ ਸਾਡੇ ਬਾਲ ਗਰੀਬਾਂ ਦੇ ਤੇ ਉਹਨਾਂ ਨੂੰ ਪਰਵਾਹ ਕੋਈ ਨਹੀਂ ਜਿਹੜਾਂ ਦੇ ਚੰਗੇ ਆ ਸਹੰਦੇ ਆ ਉਹ ਅਗਰੇ ਪ੍ਰਾਈਵੇਟਾਂ ਚ ਉਹ ਪ੍ਰਾਈਵੇਟ ਵਾਲੇ ਕਿਹੜਾ ਜਾਂਦੇ ਆ ਤੇ ਇਹ ਇਹ ਜ਼ਿੰਮੇ ਲਾਣ ਯਾਰ ਕਿਸੇ ਹੋਰ ਦੇ ਇਹ ਇਹਨਾਂ ਦੇ ਕਿਉਂ ਲਾਇਆ ਮੈਂ ਉਦੋਂ ਉਹ ਮਿਸਾਲ ਦੇਈ ਸੀ ਵੀ ਉਸਤਾਦਾਂ ਨੂੰ ਸਿਰਫ ਮਰਦਮਸ਼ਮਾਰੀ ਨਹੀਂ ਹੋਰ ਬੜੇ ਕੰਮਾਂ ਜੀ ਧੱਸ ਦਿੰਦੇ ਆ ਹਾਂ ਮੈਂ ਕਿਹਾ ਵੀ ਰੇਲ ਗੱਡੀ ਦੇ ਵਿੱਚ ਕੋਈ ਜਨਾਨੀ ਚੜੀ ਉਹਦੇ ਕੋਲ ਸਮਾਨ ਬੜਾ ਸੀ ਉਹ ਭਾਈ ਇੱਕ ਖਲੋਤਾ ਤੇ ਉਹਨੇ ਵੇਖਿਆ ਤੇ ਉਹਨੂੰ ਆਪਣਾ ਡੱਬਾ ਫੜਾ ਦਿੱਤਾ ਘਿਓ ਵਾਲਾ ਹੈ ਦੇਖ ਹੱਥ ਛਾਪਰ ਦੇ ਤਾ ਆਪਣਾ ਕਾਕਾ ਵੀ ਫੜਾ ਦਿੱਤਾ ਗਲ ਚ ਉਹਦੇ ਬੈਗ ਫਾੜ ਦਤਾ ਜਦੋਂ ਬਾਅਦ ਵਿੱਚ ਪੁੱਛਦੀ ਆ ਕਿ ਪੁੱਤ ਮੈਂ ਤੇਰਾ ਨਾਂ ਨਹੀਂ ਪੁੱਛਿਆ ਅਕੇ ਆਮਾ ਮੈਨੂੰ ਟੰਗਣਾ ਕਹਿੰਦੇ ਹਾਂ ਅਕੇ ਹੋਰ ਸ਼ਾਇਆ ਤੇ ਉਹ ਵੀ ਟੰਗ ਲੱਗ ਹਾਂ ਜਿਹੜੀ ਗੱਲ ਹੋਵੇ ਉਸਤਾਦਾਂ ਦੇ ਗਾਲੀ ਹੈ ਤੇ ਉਹ ਤੋਂ ਉਸਤਾਦਾਂ ਦੇ ਮੈਂ ਅੱਗੇ ਵੀ ਮੈਨੂੰ ਕੱਲ ਕਿਸੇ ਨਾਲ ਗੱਲ ਹੋਣੀ ਸੀ ਤੇ ਆਂਦੇ ਵੀ ਉਹਨਾਂ ਦੀ ਬਿਜ਼ਨਸ ਟੀਮਾਂ ਬਣਾਈਆਂ ਤੇ ਉੱਤੇ ਜਿਹੜਾ ਰਿਟਾਇਰ ਫੌਜੀ ਸਿਹਰਾਤ ਨੇ ਉਹ ਲਾਏ ਉਹਨਾਂ ਨੂੰ ਚੈੱਕ ਕਰਦੇ ਵੀ ਸਕੂਲਾਂ ਦੇ ਪੂਰੇ ਹਾਲ ਦੀ ਗੰਦੇ ਉਹਨਾਂ ਦੀ ਉਹ ਐਮਏ ਬੀਏ ਡਾ ਹਾਂ ਉਹਨਾਂ ਦੇ ਉੱਤੇ ਉਹ 10 ਪੜੇ ਲਾਤੇ ਅੱਛਾ ਯਾਰ ਨਾ ਇਹ ਐਸੇ ਕੋਈ ਨਾ ਬਣਾਇਆ ਨਾ ਬਣਾਵਟ ਐਸੀ ਆ ਸਾਡੇ ਫੌਜੀਆ ਦੀ ਹਰ ਜਗ੍ਹਾ ਫੇਟ ਆ ਜਾਂਦੇ ਅੱਛਾ ਤੂੰ ਯਾਰ ਇਹ ਦੇਖ ਜਿਹੜੇ ਲਿਖੇ ਪੜੇ ਮੁੰਡੇ ਆ ਡਿਗਰੀਆਂ ਕੋਲ ਆ ਉਹ ਵਿਹਲੇ ਫਿਰ ਰਹੇ ਆ ਤੇ ਉਹ ਜਦੋਂ ਫੌਜੀ ਰਿਟਾਇਰ ਹੋ ਕੇ ਆਉਂਦੇ ਸਾਰੇ ਧਾਰਿਆਂ ਚ ਉਹਨਾਂ ਨੂੰ ਵਾੜਿਆ ਹਾ ਕੋਈ ਕਿਤੇ ਫਿੱਟ ਕਰਾ ਯਾਰ ਜਿਹੜੇ ਜਵਾਨ ਮੁੰਡੇ ਆ ਉਹ ਵਿਚਾਰੇ ਵਿਆਹ ਕਰਨ ਤੋਂ ਬੈਠੇ ਆ ਉਹਨਾਂ ਨੂੰ ਨੌਕਰੀਆਂ ਦਓ ਜਿਨ੍ਹਾਂ ਨੇ ਇਹ ਕਰ ਲਈ ਆ ਸਰਵਿਸ ਆਪਣੇ ਰਿਟਾਇਰ ਹੋ ਗਏ ਉਹ ਹੁਣ ਆਪਣਾ ਘਰ ਦਾ ਕਰਨ ਕੋਈ ਉਹ ਜਦੋਂ ਰਿਟਾਇਰ ਹੋ ਕੇ ਆਉਂਦੇ ਹਰ ਕੋਈ ਪਾਸਾ ਦੱਸ ਦੇ ਵੀ ਜਿੱਥੇ ਇਹ ਫਿੱਟ ਨਾ ਆਇਆ ਅੱਛਾ ਹਾਂ ਆਇਆ ਤਾਂ ਹੈ ਕਿ ਹਰ ਹਰ ਮੈਕਮੇਜ ਆ ਜਾਂਦੇ ਹਾਂ ਉਹ ਜਿੱਦਾਂ ਨਾ ਉਹ ਕੱਟੇ ਦਾ ਗੋਸ਼ਟ ਕਿਸੇ ਨੇ ਪੁੱਛਿਆ ਵੀ ਭਾਈ ਇਹ ਕੱਟੇ ਦਾ ਗੋਸ਼ਟ ਕੱਧ ਕੱਧ ਜੀ ਪੈ ਜਾਂਦਾ ਉਹ ਕਹਿੰਦਾ ਪੈਸੇ ਹੋਣ ਨਾ ਤੇ ਹਰ ਸ਼ਾਹ ਚ ਪੈ ਜਾਂਦਾ ਆਹ ਉਹ ਗੱਲ ਹੈ ਵੀ ਹੁਣ ਇਹ ਸਾਰੇ ਮੈਕਮੇਜ ਤੁਰ ਜਾਂਦੇ ਹਰ ਪਾਸੇ ਹਾਂ ਕੋਈ ਹੋਰ ਗੱਲ ਕਰੀਏ ਇਹਨਾਂ ਦੀ ਆਪਾਂ ਬਹੁਤੀ ਨਾ ਕਰੀਏ ਐਂ ਫੜਨ ਦੇ ਯਾਰ ਉਹ ਤਾਂ ਚਲਿਆ ਜਾਣਾ ਪਿੱਛੇ ਮੈਂ ਤਾਂ ਇਕੱਲਾ ਹੀ ਆ ਯਾਰ ਅੱਛਾ ਰੀਸੈਂਟਲੀ ਸੀ ਇੱਕ ਵੀਡੀਓ ਵੀ ਕਣਕ ਤੇ ਸਰਕਾਰ ਹਾਂ ਹਾਂ ਵੀ ਕਣਕ ਜਿਹੜੀ ਆ ਜ਼ਿਮੀਦਾਰ ਕੋ ਜਦੋਂ ਹੁੰਦੀ ਆ ਉਦੋਂ ਕੀ ਹਾਲਾਤ ਨੇ ਜਦੋਂ ਅੱਗੇ ਪਹੁੰਚਦੀ ਆ ਉਦੋਂ ਕੀ ਹਾਲਾਤ ਆ ਹੁਣ ਜਦੋਂ ਕਣਕ ਆਉਣ ਦਾ ਮੌਸਮ ਹੁੰਦਾ ਉਦੋਂ ਆਂਦੇ ਵੀ ਪਾਬੰਦੀ ਵੀ ਲਾ ਦਿੰਦੇ ਡਿਸਟ੍ਰਿਕਟ ਚ ਬਾਹਰ ਨਹੀਂ ਜਾਣੀ ਤੇ ਹੁਣ ਇਸ ਵਾਰ ਆਂਦੇ ਉਹ ਮੈਂ ਵੇਖੀ ਵੀਡੀਓ ਵੀ ਪੰਜੀ ਮੰਨਦਵਾਦ ਰੱਖਣੀ ਨੇ ਉਹ ਮੈਂ ਦੱਸਦਾ ਤੁਹਾਨੂੰ ਮੈਂ ਫੜੀ ਨਾ ਖੋਜ ਵਿੱਚ ਵਧੀਆ ਆਊਗੀ ਫੜੀ ਰੱਖੋ ਅੱਛਾ 3 ਗੱਲਾਂ ਵੀ ਕਰ ਮੇਰੀ ਗੱਲ ਸੁਣ ਪਈ ਸਰਕਾਰ ਕਣਕ ਤਾਂ ਲੈਂਦੀ ਆ ਵੀ ਰੇਟ ਪੂਰਾ ਸਾਲ ਇੱਕ ਰੱਖਾਂਗੇ ਹੈ ਸਾਡੇ ਕੋ ਤਾਂ ਲੈ ਲਈ 2200 ਨੂੰ ਉਹ ਜਾਂਦੀ ਉਹਨਾਂ ਦੇ ਗੱਲਿਆਂ 'ਚ ਕੋਈ ਐਸਾ ਸਿਸਟਮ ਲੱਗਿਆ ਉਹ ਜਾਂਦੀ 5000 ਦੀ ਹੋ ਗਈ ਹੈ ਉਦਾਂ ਹੈ ਤਾਂ ਉਹ ਕਣਕ ਹੀ ਆ ਤੇ ਉਹ ਗਰੀਬਾਂ ਨੂੰ ਉਹ ਫਿਰ 5000 ਇਹਦੇ ਨਾਲ ਤਾਂ ਸਾਡੇ ਕੋ ਪਈ ਰਹਿਣ ਦਿੰਦੇ ਵੀ ਜੇ ਸਾਡੇ ਗੱਲਿਆਂ 'ਚ ਜਾ ਕੇ ਡਬਲ ਹੋਣੀ ਸੀ ਤੇ ਅਸੀਂ ਉਸੇ ਰੇਟ ਤੇ ਵੇਚਦੇ ਰਹਿਣਾ ਸੀ ਅਵਾਮ ਨੂੰ ਆਈ 5000 ਨੂੰ ਤੇ ਜ਼ਿਮੀਦਾਰ ਨੂੰ ਤੇ ਉਹ 2200 ਆਇਆ 2200 ਆਇਆ ਇਹ ਕੈਸੇ ਯਾਰ ਇਹ ਫਾਰਮੂਲਾ ਲਾਇਆ ਨਾ ਅੱਛਾ ਮਿੱਲਾ ਆਲੇ ਨਾ ਇਹ ਰਲੇ ਆ ਇਹਨਾਂ ਦੇ ਨਾਲ ਸਰਕਾਰ ਨਾਲ ਰਲੇ ਹੋਏ ਆ ਤੂੰ ਦੇਖ ਵੀ ਉਹ 2200 ਨੂੰ ਲੈ ਕੇ ਨਾ ਕਣਕ ਉਹਦੇ ਵਿੱਚੋਂ ਸੂਜੀ ਕੱਢੀ ਹੂੰ ਉਹਦੇ ਚੋਂ ਮੈਦਾ ਕੱਢਿਆ ਉਹਦੇ ਵਿੱਚੋਂ ਚੋਕਰ ਕੱਢੀ ਤੇ ਉਹ ਸਾਰជា ਆਪਣੀ ਉਹ ਮਹਿੰਗੇ ਰੇਟਾਂ ਤੇ ਸਾਨੂੰ ਚੋ 2200 ਦੀ ਕਣਕ ਸਾਡੇ ਕੋਲੋਂ ਲੈ ਕੇ ਸਾਨੂੰ 3000 ਦੀ ਮਣ ਚੋਕਰ ਦੇ ਰਹੇ ਹੂੰ ਹੈ ਸਾੜੀਆਂ ਜੁੱਤੀਆਂ ਤੇ ਸਾਡਾ ਹੀ ਸੇਰਾ ਰੰਗੀ ਜਾਂਦੇ ਆ ਹਾਂ ਰੰਗੀ ਜਾਂਦੇ ਸੇਰੀ ਰੰਗੀ ਜਾਂਦੇ ਮੈਂ ਇਹ ਗੱਲ ਕਰੂੰਗਾ ਵੀ ਸਰਕਾਰ ਨੂੰ ਚਾਹੀਦਾ ਵੀ ਇਹਦਾ ਨਾ ਰੇਟ ਸਾਰਾ ਸਾਲ ਇੱਕ ਰਵੇ ਜਿਹੜੀ ਰੇਟ ਤੇ ਸਾਡੇ ਕੋਲੋਂ ਖਰੀਦੀ ਆ ਨਾ ਉਸੇ ਰੇਟ ਤੇ ਗਰੀਬ ਆਵਾਮ ਨੂੰ ਮਿਲੇ ਹਾਂ ਇਹ ਇਹ ਬਣਦਾ ਵੀ ਇਸ ਤਰ੍ਹਾਂ ਵੀ ਜਦੋਂ ਖਰੀਦ ਜੋ ਲਈ ਆ ਜੇ ਗੱਲ ਜਦੋਂ ਆ ਜਾਂਦੀ ਆ ਡੀਜ਼ਲ ਦੀ ਗੱਲ ਜਾਂ ਗੱਲ ਆ ਜਾਂਦੀ ਆ ਉਹ ਖਾਦ ਦੀ ਗੱਲ ਆ ਜਾਂਦੀ ਆ ਹਾਂ ਉਹ ਆਵਾਮ ਨੂੰ ਆਂਦੇ ਆ ਤੇਰੀ ਗੱਲ ਹੋਣੀ ਸੀ ਵੀ ਛਾਪੇ ਮਾਰਨੇ ਆ ਜਿਨ੍ਹਾਂ ਨੇ ਕੰਨ ਸਟਾਰ ਕੀਤੇ ਹਾਂ ਆਖੇ ਜੀ ਡਾਲੇ ਆਣਗੇ ਤੇ ਛਾਪੇ ਮਾਰਨੇ ਨੇ ਸਾਰੀ ਗੱਲ ਪੂਰੀ ਸਚੂਰੂ ਤੋਂ ਸਾਰੀ ਤੇ ਉਹ ਮੈਂ ਉਹਨੂੰ ਕਿਹਾ ਸਰਕਾਰ ਨੂੰ ਮੈਂ ਕਿਹਾ ਵੀ ਉਹ ਡਾਲੇ ਤੇਰੇ ਉਦੋਂ ਕਿੱਥੇ ਸੀਗੇ ਵੀ ਜਦੋਂ ਸਾਨੂੰ ਖਾਦ ਨਹੀਂ ਲੱਭਦੀ ਸੀ ਹੁਣ ਤਾਂ ਸਾਦਾ ਜੀ ਗੱਲ ਆ ਭਾਈ ਉਹ ਡਾਲਾ ਜੇ ਇਸ ਟਾਈਮ ਆਵੇ ਨਾ ਸਰਕਾਰ ਜੇ ਇਸ ਟਾਈਮ ਡਾਲਾ ਭੇਜੇ ਵਿੱਚ ਖਾਦ ਪਾ ਕੇ ਭੇਜੀ ਹਾਂ ਉਹ ਖਾਦ ਜਿੰਨੇ ਥਾਲੇ ਦੇ ਦੇਗਾ ਤੈਨੂੰ ਉਨੇ ਕਣਕ ਦੇ ਦੇ ਦਾਂ ਠੀਕ ਨਹੀਂ ਇਹ ਗੱਲ ਆਹ ਗੱਲ ਤਾਂ ਸਹੀ ਵੀ ਉਹ ਡਾਲੇ ਉਦੋਂ ਕਿੱਥੇ ਸੀ ਜਦੋਂ ਪੰਪਾਂ ਵਾਲਿਆਂ ਨੇ ਤੇਲ ਨਹੀਂ ਦਿੱਤਾ ਉਹ ਡਾਲੇ ਉਦੋਂ ਕਿੱਥੇ ਸੀ ਜਦੋਂ 슈ਗਰ ਮਿਲਾਂ ਨੇ ਸਾਨੂੰ ਥੁੱਡੇ ਮਾਰੇ ਸਾਡੀ ਪੇਮਟਾ ਨਹੀਂ ਆਈਆਂ ਅਜੇ ਤੱਕ ਹਜੇ ਤੱਕ ਨਹੀਂ ਆਈਆਂ ਜਿਹੜੀ ਕਟੌਤੀਆਂ ਕੀਤੀਆਂ ਉਦੋਂ ਡਾਲੇ ਕਿਤੇ ਖੁਸ਼ੀ ਗਮੀ ਵਾਸਤੇ ਦਿੱਤੇ ਨਾ ਆਪਸਰਾਂ ਨੂੰ ਉਦੋਂ ਕਿਉਂ ਨਹੀਂ ਆਏ ਉਹ ਇੱਥੇ ਆٹے ਪਿੱਛੇ ਲੋਕ ਜ਼ਲੀਲ ਹੋਏ ਆ ਡੰਗਰ ਵੇਚ ਵੇਚ ਕੇ ਜਦੋਂ ਅਸੀਂ ਬਿਜਲੀ ਦਾ ਬਿੱਲ ਜਮਾ ਕਰਾ ਮੈਂ ਤਾਂ ਸਿਆ ਉਹਨਾਂ ਨੂੰ ਵੀ ਕਿਹਾ ਐ ਐਮ ਐਨ ਐ ਐਮ ਪੀ ਐ ਵੀ ਉਹ ਹੁਣ ਸਾਡੇ ਕਿਸੇ ਕੰਮ ਤੁਸੀਂ ਆਏ ਨਹੀਂ ਔਖੇ ਟਾਈਮ ਤੇ ਸਾਡੀ ਬਾਤ ਨਹੀਂ ਪੁੱਛੀ ਹੁਣ ਆ ਕੇ ਜੱਫੀਆਂ ਪਾ ਕੇ ਕਿ ਮੈਂ ਤੇਰਾ ਚਾਚਾ ਮੈਂ ਤੇਰਾ ਦਾ ਹੁੱਜਾ ਮਾਰਦੇ ਵਖੀਆਂ ਚ ਆਹੋ ਤੇ ਆਖੇ ਵੋਟ ਹੁਣ ਲੈ ਲਿਓ ਵੋਟ ਸਾਡੇ ਤੋਂ ਮੈਂ ਆਵਾਮ ਨੂੰ ਕਹੀ ਏ ਗੱਲ ਮੈਂ ਕਿ ਜਦੋਂ ਆਣਗੇ ਉਹਨਾਂ ਨੂੰ ਪੁੱਛਿਓ ਉਹ ਸਾਡੇ ਸਿਰ ਮੁਰਦਿਆਂ ਨੂੰ ਬਖਸ਼ਣ ਆਂਦੇ ਆ ਕੋ ਫੌਤਗੀ ਹੁੰਦੀ ਐ ਨਾ 6 ਮਹੀਨੇ ਬਾਅਦ ਆਖੇ ਹੱਥ ਚਾਲੋ ਜੀ ਚਾਲੋ ਜੀ ਹੱਥ ਇਹਨਾਂ ਤੇ ਕਹਿਣ ਤੇ ਤੇ ਉਹ ਵੀ ਸਪੰਜ ਸਾਲ ਜਿਹੜਾ ਨਾ ਸਾਡੀ ਆਵਾਮ ਜਿਹੜੀ ਹੈ ਨਾ ਇਹ ਠੀਕ ਨਹੀਂ ਆ ਹੁਣ ਟਾਈਮ ਆ ਗੱਲ ਕਰੋ ਬੋਲੋ ਜਿਹੜਾ ਬੋਲਣ ਵਾਲਾ ਬੋਲੇ ਜਿਹੜਾ ਲਿਖਣ ਵਾਲਾ ਲਿਖੇ ਹੁਣ ਜਿਹੜੀ ਤੇਰੀ ਡਿਊਟੀ ਆ ਤੂੰ ਆਪਣੀ ਕਾਰ ਪੂਰੀ ਹੂੰ ਤੇ ਉਹ ਪੰਜ ਸਾਲ ਜੋ ਬਹਿ ਕੇ ਜੁੱਤੀਆਂ ਖਾਣੀਆਂ ਉਹਦੇ ਨਾਲ ਚੰਗਾ ਨਹੀਂ ਵੀ ਆਪਣਾ ਚੰਗਾ ਮਾਲ ਆਪ ਸੋਚੋ ਵੀ ਆਪ ਐਮਐਨਏ ਐਮਪੀਏ ਉਹ ਖਾਦਵਾਰੀ ਕੋਈ ਕਿਸ ਨੇ ਆ ਕੇ ਪੁੱਛਿਆ ਵੀ ਜ਼ਿੰਮੇਦਾਰਾਂ ਨੂੰ ਕਿਉਂ ਨਹੀਂ ਮਿਲ ਰਹੀ ਕਿਸੇ ਨੇ ਆ ਕੇ ਪੁੱਛਿਆ ਮਿੱਲਾ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਯਾਰ ਇਹ ਕੌਣ ਆ ਸਟਾਕੀਏ ਕੌਣ ਆ ਮਿੱਲਾ ਵਾਲੇ ਕੌਣ ਆ ਉਹ ਮੈਂ ਉਹੀ ਗੱਲ ਸੰਬਲੀ ਹਾਲ ਚ ਸਾਰੇ ਸਾਰੇ ਤਾਂ ਇਹ ਵਿਜੂ ਇਕੱਠੇ ਕੀਤੇ ਹੋਏ ਉਹਦੇ ਤੇ ਹਾਂ ਉਹ ਮੈਂ ਤਾਂ ਕਿਹਾ ਸੀ ਮੈਂ ਕਿਹਾ ਜੇ ਇਹਦੇ ਚ ਕੋਈ ਫੈਸਲਾ ਹੀ ਚੰਗਾ ਨਹੀਂ ਕਰਨਾ ਇਹ ਸਾਨੂੰ ਦੇ ਦਿਓ ਸੰਬਲੀ ਹਾਲ ਤੂੜੀ ਚੱਲ ਸਿਆਲੇ ਜੇ ਸਟਾਕ ਕਰੀਏ ਇਹਦੇ ਹੈ ਇਸੇ ਢੇੜਾ اسلامਾਬਾਦ ਦਾ ਵੀ ਲੱਗ ਜਾ ਕਰੋ ਅਸੀਂ ਵੀ ਦੇਖ ਲਾਂ ਹਾਂ ਇੱਥੋਂ ਹੀ ਤੂੜੀ ਭਰ ਭਰ ਸਟਾਕ ਕਰੋ ਸਾਡੀ ਜਦੋਂ ਉਹਦੇ ਕੰਮ ਤੇ ਆਉਂਦਾ ਯਾ ਦੇਖਦੇ ਨੀ ਤੁਸੀਂ ਰੋਡਾਂ ਦੇ ਉੱਤੇ ਸਵੇਰ ਟਾਈਮ ਡਾਲਾ ਆਂਦਾ ਗਰੀਬ ਕਿਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਸ਼ਹਾਰਾਂ ਦੇ ਵਿੱਚ ਉਹ ਜਾ ਕੇ ਉਹੀ ਕਾਣਾ ਕਾਲੀ ਗੱਲ ਜਿਹੜੇ ਸਾਡੇ ਕੋਲ ਲੈ ਜਾਂਦੇ ਆ ਤੇ ਅਗਾ ਜਾ ਕੇ 220 ਨੂੰ ਵੇਚਦੇ ਆ ਸਾਨੂੰ ਉਹੀ ਲੱਭ ਰਿਆ ਜਿਹੜਾ ਵੰਡਾ ਵੀ ਨਹੀਂ ਪੂਰਾ ਹੋ ਰਿਆ ਹੂੰ ਅਭੀ ਅਸਲ ਹੱਕਦਾਰ ਜਿੱਦੀ ਜਿੱਦੀ ਬਣਦਾ ਉਹਦੇ ਤੱਕ ਦੀ ਫਿਰ ਇੱਕ ਹੋਰ ਮਸਲਾ ਤੂੰ ਖਾਲਸ ਵੇਚ ਰਿਹਾ ਮੈਂ ਪਾਣੀ ਪਾਨਾ ਮੈਂ ਤਾਂ 70 ਦਾ ਵੀ ਦੇ ਦੂੰਗਾ ਮੈਂ ਤਾਂ ਪਾਣੀ ਪਾ ਹਾਂ ਹੂੰ ਤੂੰ 150 ਤੋਂ ਖੜ ਤੇਨੂੰ ਵਾਰੇ ਨਹੀਂ ਖਾਂਦਾ ਤੇ ਜੇ ਤੇਰੇ ਕੋ ਆਣਗੇ ਤੈਨੂੰ ਕਹਿਣਗੇ ਫਲਾਣਾ ਤਾਂ ਦੇ ਹੀ ਜਾਂਦਾ ਆ ਕੇ 70 ਨੂੰ ਹੂੰ ਤੂੰ ਅਖੇ 150 ਨੂੰ ਕਿ ਤੇਰਾ ਦੁੱਧ ਵੱਖਰਾ ਵੀ ਉਹ ਜੇ ਪਾਣੀ ਨਾ ਪਾਈ ਜੇ ਪਾਣੀ ਪਾਈ ਤੇ ਉਹ ਆਖਰਤ ਆਪਣੀ ਖਰਾਬ ਕਰਨੀ ਹੂੰ ਅਸੀਂ ਤਾਂ ਬਾਬਾ ਫਸੇ ਪਏ ਆ ਹਾਂ ਕਿਸੇ ਪਾਸੇ ਨੂੰ ਭਜਣ ਨੂੰ ਰਾਹ ਨਹੀਂ ਤੂੰ ਜੇ ਕੁਝ ਕਰ ਸਕਦਾ ਤੇ ਦੇਖ ਲੈ ਹਾਲਾਤ ਜਿਹੜੇ ਗੰਭੀਰ ਤਰ ਗੰਭੀਰ ਨੇ ਹਾਂ ਹਾਂ ਮੈਂ ਕਿਉਂਕਿ ਤੁਹਾਨੂੰ ਪਤਾ ਵੀ ਮੇਰੀ ਆਡੀਅנס ਉਧਰਲੇ ਪੰਜਾਬੀਆਂ ਓਵਰ ਆਲ ਉਧਰ ਬਹੁਤ ਆ ਮੈਂ ਉਧਰਲੇ ਪਿੰਡਾਂ ਦਾ ਹਿਸਾਬ ਇਹਨਾ ਵੀ ਉਧਰਲੇ ਪਿੰਡ ਬੜੇ ਵੈਲ ਡਿਵੈਲਪਡ ਨੇ ਹਾਂ ਹਾਂ ਮਤਲਬ ਜਿਵੇਂ ਅਸੀਂ ਆਪਣੇ ਪਿੰਡਾਂ ਤੇ ਜਾਣੇ ਆ ਉੱਥੇ ਟੈਲ ਲੱਗੀ ਆ ਮਤਲਬ ਵੀ ਵਧੀਆ ਉਹਨਾਂ ਨੇ ਬਣਾਇਆ ਸਾਰਾ ਚੜ੍ਹਦੇ ਪਾਸੇ ਆ ਉਧਰਲੇ ਪੰਜਾਬ ਦੇ ਵਿੱਚ ਆਪਣੇ ਪਾਸੇ ਪਿੰਡਾਂ ਦੀ ਤਰੱਕੀ ਘਟਿਆ ਵਜਾ ਕੀ ਆ ਇਹਦੀ ਵਜ੍ਹਾ ਮੈਂ ਦੱਸਦਾ ਸਾਡੇ ਨਾਲ ਇੱਥੇ ਪਿੰਡਾਂ ਦੇ ਵਿੱਚ ਕੋਈ ਅਫਸਰ ਲੱਗ ਜੇ ਕੋਈ ਲੈਕ ਪੜ ਗਿਆ ਜਾਂ ਬਾਹਰਲੇ ਮੁਲਕ ਚਲਾ ਗਿਆ ਲੈ ਉਹ ਪਿੰਡ ਤੋਂ ਗਿਆ ਹਾਂ ਮੋੜ ਕੇ ਪਿੰਡ ਨੂੰ ਵੱਟਾ ਨਹੀਂ ਮਾਰਨਾ ਪਿੰਡ ਦੀ ਬਾਤ ਨਹੀਂ ਪੁੱਛਣੀ ਤੇ ਜਦੋਂ ਉੱਥੇ ਜਾ ਕੇ ਉਹ ਮਰ ਜਾਂਦੇ ਆ ਫੇਰ ਕਹਿੰਦੇ ਆ ਕਿ ਬਾਪੂ ਕਹਿ ਗਿਆ ਸੀ ਦਫਨਾਣਾ ਪਿੰਡ ਆ ਵੀ ਪਿੰਡ ਵਾਲਿਆਂ ਨੇ ਕਬਰ ਨੂੰ ਚਟਣਾ ਹੁਣ ਵੀ ਜਿੰਦਿਆਂ ਤਾਂ ਤੁਸੀਂ ਬਾਤ ਨਹੀਂ ਪੁੱਛੀ ਜਿੰਦੇ ਆਂਦੇ ਨਹੀਂ ਅਖੇ ਇੱਥੇ ਸਹੂਲਤਾਂ ਹੈ ਨਹੀਂ ਵੀ ਇੱਥੇ ਮਰੋਗੇ ਤਾਂ ਸਹੂਲਤਾਂ ਆਣੀਆਂ ਆਓਗੇ ਇੱਥੇ ਸਹੂਲਤਾਂ ਬਣਨਗੀਆਂ ਇੱਥੇ ਜਦੋਂ ਇੱਥੇ ਵੜਨੇ ਨਹੀਂ ਉਹ ਮਰੇ ਨੂੰ ਭੇਜ ਦਿੰਦੇ ਆ ਮਾਰੇ ਬੰਦੇ ਨੂੰ ਕਿਹੜੀ ਸਹੂਲਤਾਂ ਚਾਹੀਦੀਆਂ ਹੈ ਫੇਰ ਅਖੇ ਦਫਨਾਣਾ ਇੱਥੇ ਅੱਛਾ ਜੇ ਕੋਈ ਡਾਕਟਰ ਬਣ ਜੇ ਜਾਂ ਕੋਈ ਹੋਰ ਅਫਸਰ ਉਹ ਸਾਰੇ ਬਾਹਰ ਇੱਥੇ ਹਸਪਤਾਲ ਬਣਾਓ ਸਾਨੂੰ ਇੱਥੇ ਸਹੂਲਤਾਂ ਦੋ ਆਪਣੇ ਪਿੰਡ ਨੂੰ ਇੱਥੇ ਮਰੀਜ਼ ਨਹੀਂ ਹੈਗੇ ਉਹ ਜਾ ਕੇ ਸ਼ਹਿਰਾਂ ਚ ਤੇ ਬਾਹਰਲੇ ਮੁਲਕਾਂ ਚ ਜਾ ਕੇ ਬਣਾ ਲੰਦੇ ਮੋੜ ਕੇ ਮੋੜ ਕੇ ਢਕੇ ਤੇ ਉਹ ਪਿੰਡ ਦੇ ਵਿੱਚ ਉਹ ਇੱਥੇ ਮੈਂ ਮਿਸਾਲ ਦੇਈ ਸੀ ਕਿ ਉਹ ਬੰਦਾ ਮਰ ਗਿਆ ਤੇ ਉਹਦੇ ਕੋ ਫਰਿਸ਼ਤੇ ਆ ਗਏ ਤੇ ਉਹ ਫਰਿਸ਼ਤੇ ਨੇ ਗਿਆ ਸਾਹਿਬ ਉਹਨੇ ਮੂੰਹ ਪਰਾਂ ਨੂੰ ਕਰ ਲਿਆ ਉਹ ਫਰਿਸ਼ਤੇ ਪਰਲੇ ਪਾਸ ਹੋ ਗਏ ਤੇ ਜਾ ਕੇ ਕਹਿੰਦੇ ਉਹ ਸਾਹਿਬ ਉਹਨੇ ਮੂੰਹ ਇੱਧਰ ਨੂੰ ਕਰ ਲਿਆ ਤੀਜੀ ਵਾਰੀ ਫਰਿਸ਼ਤੇਾਂ ਨੇ ਥੋੜਾ ਜਿਹਾ ਖਿੱਚ ਕੇ ਉਹਨੂੰ ਕਿਹਾ ਸਾਹਿਬ ਦੇ ਤੇ ਉਹ ਅੱਗੋਂ ਪਤਾ ਕੀ ਕਹਿਣ ਲੱਗਾ ਬਣਾ ਸਵਾਰ ਆਖੇ ਜੇ ਇਹੀ ਹੱਥ ਰੱਖਿਆ ਨਾ ਇੱਥੇ ਵੜਨ ਵੀ ਕੋਈ ਨਹੀਂ ਲੱਗਾ ਹਾਂ ਜੇ ਇਹੀ ਹਿਸਾਬ ਰਿਆ ਤਾਂ ਪਿੰਡ ਤਾਂ ਉਜੜ ਜਾਣਗੇ ਕੋਈ ਤਰੱਕੀ ਦੀ ਗੱਲ ਕਰਦੇ ਇੱਥੇ ਬਚਣਾ ਕੁਛ ਨਹੀਂ ਹਾਂ ਹਾਂ ਇਹ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਨਾ ਹਾਂਜੀ ਕਿਉਂ ਲੋਕ ਥੋੜਾ ਜਿਹਾ ਜੁੜੇ ਜ਼ਿਆਦਾ ਮੈਨੂੰ ਲੱਗਦਾ ਹਾਂਜੀ ਆਪਣੇ ਆਪ ਵੀ ਉਹਨਾਂ ਨੇ ਪਿੰਡ ਦੇ ਟਰਸਟ ਬਣਾਏ ਨੇ ਵੀ ਉਹ ਪੈਸੇ ਇਕੱਠੇ ਕਰਕੇ ਡਿਵੈਲਪਮੈਂਟ ਦਾ ਕੁਛ ਨਾ ਕੁਛ ਕਰਾਉਂਦੇ ਬਲਕਿ ਸਰਕਾਰੀ ਤੌਰ ਤੇ ਹਰ ਪਿੰਡ ਨੂੰ 2-2 3-3 ਕਰੋੜ ਐਵਰੀ ਈਅਰ ਉਹਨਾਂ ਨੂੰ ਗ੍ਰਾਂਟ ਜਾਂਦੀ ਹੈ ਸੋ ਮੈਨੂੰ ਲੱਗਦਾ ਇਹ ਵੀ ਥੋੜਾ ਜਿਹਾ ਫਰਕ ਆਲਾ ਵਿੱਚ ਨਾ ਵੀ ਉਹ ਪਿੰਡ ਡਿਵੈਲਪ ਜ਼ਿਆਦਾ ਨੇ ਅੱਛਾ ਪਿੰਡਾਂ ਦਾ ਪਿੰਡਾਂ ਦੀ ਗੱਲ ਹੋਣੀ ਹੁਣ ਇੱਥੇ ਵੀ ਹੈ ਨਾ ਸਾਡੇ ਬਹੁਤ ਟ੍ਰੈਂਡ ਚੱਲਿਆ ਵਾ ਉਧਰ ਇਹ ਵੀ ਘਟਿਆ ਮੈਂ ਕੰਪੈਰੀਟਿਵਲੀ ਵੇਖ ਰਿਹਾ ਹਾਂ ਉਧਰਲੇ ਪੰਜਾਬ ਨੂੰ ਇਧਰਲੇ ਨੂੰ ਜਦੋਂ ਕੰਪੈਰੀਟਿਵਲੀ ਵੇਖਦੇ ਆ ਉਧਰ ਆ ਕਲੋਨੀਆਂ ਦਾ ਕੰਮ ਘਟਿਆ ਹਾਂ ਹਾਂ ਉਹ ਮੈਂ ਵੀਡੀਓ 'ਚ ਨਾਲ ਦੇ ਤਰ੍ਹਾਂ ਦਾ ਵੀ ਟਰਾਲੀਆਂ ਐ ਨੰਗੀਆਂ ਦੀਆਂ ਐ ਨੰਗੀਆਂ ਸਾਡੇ ਕਲੋਨੀਆਂ ਬੜੀਆਂ ਵੱਡਣ ਰਹੀਆਂ ਹਾਂ ਹਾਂ ਇਹਦੇ ਤੇ ਤੁਸੀਂ ਕੀ ਕਹਿੰਦੇ ਯਾਰ ਕਲੋਨੀਆਂ ਦੇ ਨਾ ਮੈਂ ਖਿਲਾਫ ਬੜੀਆਂ ਵੀਡੀਓ ਬਣਾਈਆਂ ਤੇ ਇਹ ਸਾਨੂੰ ਨਾ ਅਜਾੜਤਾ ਇਹਨਾਂ ਨੇ ਤੂੰ ਦੇਖ ਲੱਭ ਲੱਭ ਕੇ ਸੋਨੇ ਵਰਗਾ ਝੋਟੇ ਦੇ ਸਿਰ ਵਰਗੀ ਜ਼ਮੀਨ ਆ ਤੇ ਉਹ ਆ ਕੇ ਉੱਥੇ ਕਲੋਨੀ ਕੱਟ ਦਿੰਦੇ ਆ ਖਜੇ ਦੀ ਰੋੜ ਨਾ ਲੱਗ ਗਈ ਸਮਝੋ ਕੇਸ ਚੱਲ ਪਏ ਹੈ ਫਿਰ ਕਹਿੰਦੇ ਆ ਜੀ ਇਹ ਫਰੰਟ ਦੇ ਪਿੱਛੇ ਸੱਕੇ ਭਰਾ ਜਿਨ੍ਹਾਂ ਨੇ ਉਹ ਨਹੀਂ ਅਜੇ ਤੱਕ ਆ ਉਹਨਾਂ ਦੇ ਵੀ ਕੇਸ ਚੱਲ ਪੈਂਦੇ ਕਰੋੜਾਂ ਦੀ ਆਵਾਜ਼ ਆਂਦੀ ਆ ਬਸ ਆਮਾਨ ਡੋਲ ਜਾਂਦਾ ਤੇ ਉਹ ਲੱਭ ਲੱਭ ਕੇ ਜਿਹੜੀਆਂ ਜ਼ਮੀਨਾਂ ਆ ਨਾ ਜ਼ਰਈ ਉੱਥੇ ਲਿਆ ਕੇ ਉਹ ਕਲੋਨੀਆਂ ਕੱਟ ਰਹੇ ਆ ਤੇ ਇੱਕ ਅੱਧਾ ਘਰ ਬਣਾਉਂਦੇ ਆ ਤੇ ਮੁੜ ਕੇ ਉਹਨਾਂ ਧੀ ਦੇ ਕੰਮ ਨਾ ਪੁੱਤ ਦੇ ਕੰਮ ਉਹ ਪਈਆ ਜਾੜ ਬੀਆ ਬਾਂ ਫਿਰ ਸਹੂਲਤਾ ਐਸੀ ਐਸੀ ਲਿਖੀ ਹੋਈ ਆ ਉੱਥੇ ਪਾਰਕ ਆ ਮਸਜਿਦ ਆ ਇੱਕ ਥਾਂ ਤਾਂ ਤੂੰ ਯਕੀਨ ਰੱਬ ਤੇ ਕਰੀ ਲਿਖਿਆ ਹੈ ਸ਼ਮਸ਼ਾਨ ਘਾਟ ਨਾਲ ਲਿਖਿਆ ਹੈ 10 ਮਰਲੇ ਦਾ ਫਾਂਸੀ ਘਾਟ ਅੱਛਾ ਹਾਂ ਲੈ ਇਹ ਸਹੂਲਤਾਂ ਦੇ ਰਹੇ ਆ ਕਿ ਕਿਸੇ ਤਰ੍ਹਾਂ ਪਾਸ ਜਾਣ ਬੰਦੇ ਹਾਂ ਯਾਰ ਮੈਂ ਕਹਿੰਨਾ ਉਹ ਬਣਾਲ ਖਾਂ ਉਹ ਉੱਚੇ ਉੱਚੇ ਬਣਾਉਂਦੇ ਨਹੀਂ ਕੋਠੇ ਤੇ ਕੋਠੇ ਤੇ ਕੋਠਾ ਬਣਾਂ ਉਹ ਇੱਕ ਜਗ੍ਹਾ ਤੇ ਅੱਧੇ ਮਰਬੇ ਜਿੰਨੇ ਇੱਕ ਜਗ੍ਹਾ ਖੜਾ ਕਰ ਦੇ ਹਾਈ ਰਾਈਜ਼ ਬਿਲਡਿੰਗਾਂ ਬਣਾਉਣ ਹਾਂ ਦੁਬਈ ਦੇ ਵਿੱਚ ਬਣੀਆਂ ਹੂੰ ਉਹ ਉਹ ਇੱਕ ਜਗ੍ਹਾ ਤੇ ਥੋੜੀ ਜਗ੍ਹਾ ਤੇ ਜ਼ਿਆਦਾ ਲੋਕ ਮੈਂ ਕਹਿੰਦਾ ਜਿੰਨਾ ਅੱਧਾ ਮਰਬਾ ਗੋਲ ਕਰਨਾ ਭਾਈ ਵੀਰ ਜੀ ਤੋਂ ਉਥੇ ਇੱਕ ਕੋਠਾ 10 ਮਰਲੇ ਚ ਬਣਾ ਦੇਣਾ ਹੂੰ ਅਬੀ ਜ਼ਮੀਨਾਂ ਦੀ ਵੀ ਬਚਤ ਹੋ ਜੂ ਲੋਕਾਂ ਦੇ ਘਰਾਂ ਦੀ ਵੀ ਜਿਹੜੀ ਆ ਆਸਾਨੀ ਹੋ ਜੂ ਫਿਰ ਹੋਊ ਵੀ ਸਸਤਾ ਹਾਂ ਕਿਉਂਕਿ ਸਾਰੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਵਾਂ ਜਿਵੇਂ ਖਾਸ ਤੌਰ ਤੇ ਕਰਾਚੀ ਦੀ ਆਪਾਂ ਗੱਲ ਕਰਦੇ ਨੇ ਦੁਬਈ ਆ ਦੂਜੇ ਮੁਲਕਾਂ ਨੇ ਉਹ ਵੱਡੀਆਂ ਬਿਲਡਿੰਗਾਂ ਬਣਾਉਂਦੇ ਨੇ ਇੱਕ ਤੋਂ ਥੋੜੀ ਜਗ੍ਹਾ ਤੇ ਇਸਤੇਮਾਲ ਘੱਟ ਹੁੰਦਾ ਹੈ ਕੋ ਬਚਤ ਵੀ ਹੋ ਜਾਂਦੀ ਲੋਕਾਂ ਦੀ ਨਾ ਹਾਂ ਆ ਇੰਨੀ ਗੱਲ ਆ ਸਾਡੇ ਜ਼ਰਾ ਹੀ ਰੱਖਵੇ ਤਾਂ ਤਬਾਹ ਨਾ ਕਰੋ ਹਾਂ ਕੋ ਹੋਰ ਕੰਮ ਕਰ ਲੋ ਕੋ ਹੋਰ ਕਾਰੋਬਾਰ ਜਰੂਰ ਆ ਕੇ ਹੋਣ ਵਾਲਾ ਚੱਲ ਰਿਹਾ ਜਿਹੜਾ ਜੀਵਨ ਮੈਂ ਉਹਦੀ ਵੀ ਵੀਡੀਓ ਵਿੱਚ ਮੈਂ ਕਿਹਾ ਸੀ ਮੈਂ ਕਿਹਾ ਤੁਸੀਂ ਪੈਸਾ ਹੀ ਕਮਾਣਾ ਰਿਜ਼ਕ ਹੈ ਹਲਾਲ ਆ ਕੋਈ ਹੋਰ ਕੰਮ ਜਰੂਰ ਸਾਡੇ ਜ਼ਰਾ ਹੀ ਰਕਬੇ ਤਬਾਹ ਕਰਨੇ ਸਾਡੀ ਜਾਨ ਛੱਡ ਦਿਓ ਮੈਂ ਕਿਸੇ ਤਰ੍ਹਾਂ ਫਿਰ ਜਿੱਥੇ ਯਾਰ ਕੱਲਰ ਆ ਹੈ ਜਿੱਥੇ ਹਜ਼ਰਾਤ ਨਹੀਂ ਹੁੰਦੀ ਉੱਥੇ ਜਾ ਕੇ ਕੱਟੋ ਕਲੋਨੀਆ ਉੱਥੇ ਜਾ ਕੇ ਬਣਾ ਲਓ ਜਿੰਨੇ ਮਰਜੀ ਆ ਪਲਾਜ਼ੇ ਫਲੋਜ਼ ਇਹ ਜਰੂਰ ਆ ਕੇ ਜਿੱਥੇ ਕਾਨਕ ਦੀ ਸਾਡੇ ਇੱਥੇ ਨਾ ਬੁਹਰਾਨ ਜਿਹੜੇ ਆ ਰਹੇ ਆਗਾ ਆਗਾ ਵਧਣੇ ਆ ਜ਼ਰਾ ਹੀ ਰਕਬੇ ਇੰਨੀ ਬਚੇ ਹਾਂ ਜ਼ਰਾ ਹੀ ਰਕਬੇ ਨੇ ਬਚੇ ਹਾਂ ਮੈਂ ਇਹ ਵੀ ਇੱਕ ਹੋਰ ਗੱਲ ਵੀ ਦੇਖਦਾ ਪੀ ਜਦੋਂ ਜ਼ਮੀਨਾਂ ਦੀ ਗੱਲ ਕਰਦੇ ਨਾ ਥੋੜਾ ਜਿਹਾ ਸ਼ਹਿਰ ਦੇ ਲਾਗੇ ਜਾਂਦੇ ਨਾ ਆ ਬੂਟੇ ਜਿਹੜੇ ਇਹਨਾਂ ਘਟ ਜਾਂਦੇ ਜਿਵੇਂ ਅਸੀਂ ਆ ਬੈਠੇ ਬੋਰ ਥੱਲੇ ਹਾਂ ਹਾਂ ਪੀ ਕਿੱਡਾ ਸਕੂਨ ਹੈ ਇੱਥੇ ਏਸੀ ਦੀ ਲੋੜ ਨਹੀਂ ਹਾਂ ਹਾਂ ਮੇਰਾ ਮੇਰੀ ਆਪਣੀ ਪੈਲੀ ਹੈ ਪਿੰਡ ਦੇ ਨਾਲ ਅੱਦਾਂ ਮਰਾ ਬਾਵਾ ਉੱਥੇ ਤਕਰੀਬਨ ਜਦੋਂ ਅਸੀਂ ਨਿੱਕੇ ਸਾਂ ਵਾਈ ਵੀ ਕਰਦੇ ਸਾਂ ਬਾਜੀ ਹਿਆਸ ਸੀ ਢੇ ਸਾਰੇ ਬੂਟੇ ਹੁੰਦੇ ਸੀ ਉਹ ਫਿਰ ਅਸੀਂ ਉਹ ਇੱਕ ਤੇ ਟਾਲੀ ਤੇ ਬਿਲਕੁਲ ਮੋਕੀ ਗਈ ਨਾ ਆਪਣੇ ਇਥੋਂ ਉਹ ਸਿਉਂਖ ਜੀ ਪੈ ਗਈ ਉਹਨੂੰ ਬੂਟੇ ਘਟ ਗਏ ਪਲਾਟਾਂ ਦੇ ਚੱਕਰ ਜਿਹਾ ਅਸੀਂ ਉਹ ਬੂਟੇ ਘਟਾ ਦਿੱਤੇ ਸੋ ਇਹਨਾਂ ਦੀ ਵੀ ਮੈਨੂੰ ਲੱਗਦਾ ਵੀ ਬੜੀ ਵੱਡੀ ਲੋੜ ਆ ਸਾਨੂੰ ਇਹਨਾਂ ਬੂਟਿਆਂ ਦੀ ਦਰਖਤਾਂ ਦੀ ਕਿਉਂਕਿ ਬੂਟੇ ਜਿਹੜੇ ਆ ਦਰਖਤ ਜਿਹੜੇ ਆ ਹਾਂ ਉਹ ਜੇ ਖਲੋਤੇ ਆ ਨਾ ਤੇ ਸਾਨੂੰ ਉਹਨਾਂ ਦੀ ਲੋੜ ਨਹੀਂ ਹਾਂ ਠੀਕ ਆ ਉਹਨਾਂ ਨੂੰ ਸਾਡੀ ਲੋੜ ਨਹੀਂ ਹੈ ਲੇਕਿਨ ਸਾਡੀ ਉਹਨਾਂ ਦੇ ਸਾਨੂੰ ਉਹਨਾਂ ਦੀ ਲੋੜ ਆ ਕਿਸੇ ਨਾ ਸਿਆਣਾ ਕੋਈ ਸੀਗਾ ਤੇ ਉਹ ਪੌਦਾ ਲਾਰਿਆ ਤੇ ਉਹ ਲਾਣ ਲੱਗਾ ਨਾ ਤੇ ਕਿਸੇ ਨੇ ਆ ਕੇ ਕਿਹਾ ਆ ਕੇ ਯਾਰ ਬਾਬਾ ਤੂੰ ਕਿਹੜਾ ਕਿਹਦੀ ਛਾਂ ਚ ਬੈਠਣਾ ਵੇ ਹੜਾਈ ਖੜਾ ਤੂੰ ਪਿੱਛੇ ਦਸਾਲ ਡੇੜਾ ਤੇਰਾ ਇੱਕ ਸਿਆਲੇ ਦੀ ਮਾਰ ਆ ਤੂੰ ਉਹ ਕਹਿੰਦਾ ਯਾਰ ਜਿਹੜੇ ਬੂਟੇ ਥੱਲੇ ਮੈਂ ਜ਼ਿੰਦਗੀ ਗੁਜ਼ਾਰਤੀ ਉਹ ਵੀ ਤਾਂ ਕਿਸੇ ਨੇ ਲਾਇਆ ਹੀ ਬੂਟੇ ਸਾਨੂੰ ਲਾਣੇ ਚਾਹੀਦੇ ਆ ਫਿਰ ਪਤਾ ਕੀ ਕਰਦੇ ਆ ਤੂੰ ਦੇਖਿਆ ਨਾ ਕਹਿੰਦਾ ਅਖੇ ਯਾਰ ਹੁਣ ਚਿੜੀਆਂ ਤੋਤੇ ਨਹੀਂ ਲੱਭਦੇ ਮੈਂ ਕਿਹਾ ਵੀ ਚਿੜੀਆਂ ਤੋਤੇ ਤੁਹਾਡੇ ਰਿਸ਼ਤੇਦਾਰ ਆ ਵੀ ਤੁਹਾਨੂੰ ਘਰਾਂ ਚ ਕੋਠੀਆਂ ਚ ਜਾ ਕੇ ਦਫ਼ਤਰੇ ਆ ਕੇ ਮਿਲਣ ਵੀ ਬੂਟੇ ਲਾਉਂਗੇ ਤੇ ਆਪੇ ਹੀ ਲੱਭ ਜਾਣਗੇ ਤੇ ਯਾ ਤੇ ਇਹਨਾਂ ਨੂੰ ਵੀ ਅਪਾਰਟਮੈਂਟ ਬਣਾ ਦਿਓ ਵੀ ਰਹਿਣ ਇਹ ਜਦੋਂ ਥਾ ਬੂਟਾ ਹੀ ਕੋਈ ਛੱਡਿਆ ਫੇ ਚਿੜੀਆਂ ਤੋਤੇ ਕਿੱਥੋਂ ਲੱਭਣੇ ਤੁਹਾਨੂੰ ਇਹ ਜ਼ਰੂਰਤ ਵੀ ਹੈ ਆਪਾਂ ਜੀ ਬੈਠੇ ਆ ਨਾ ਸਾਨੂੰ ਸੋਹਣੀਆਂ ਲੱਗਣ ਡੀਆਂ ਇਹਨਾਂ ਦੀਆਂ ਆਵਾਜ਼ਾਂ ਹਾਂ ਇਹ ਛਾਂ ਸਾਨੂੰ ਵਧੀਆ ਲੱਗਣ ਡਈ ਹੈ ਤੇ ਇਹਦੇ ਇਹਦੇ ਪਿੱਛੇ ਵੀ ਲੌਜੀਕ ਆ ਵੀ ਇਹ ਜਿਹੜੇ ਜਾਨਵਰ ਨੇ ਪਰਿੰਦੇ ਨੇ ਇਹ ਵੀ ਉਹ ਹਰਿਆਲੀ ਤੇ ਹੁੰਦੇ ਆ ਤੇ ਸਾਡੀਆਂ ਅੱਖਾਂ ਨੂੰ ਵੀ ਹਰਿਆਲੀ ਚੰਗੀ ਲੱਗਦੀ ਹੈ ਲੇਕਿਨ ਉਹ ਅਸੀਂ ਜਦੋਂ ਬਿਲਡਿੰਗਾਂ ਨੂੰ ਭਜਦੇ ਆ ਦੂਜੇ ਪਾਸੇ ਸ਼ਹਿਰਾਂ ਨੂੰ ਭਜਦੇ ਆ ਅਸੀਂ ਇਹਨੇ ਵੀ ਪਲਾਟਸ ਦੇ ਕਰਨ ਵਾਲ ਨੂੰ ਭਜਦੇ ਆ ਜਾਂ ਅਸੀਂ ਇਹਨੇ ਵੀ ਜਿੱਥੇ ਬੂਟਾ ਲੱਗਦਾ ਉੱਥੇ ਫਸਲ ਘਟ ਹੁੰਦੀ ਆ ਲੇਕਿਨ ਅਸੀਂ ਜੀ ਬੂਟੇ ਦੀ ਕਦਰ ਨੂੰ ਵੇਖੀਏ ਉਹਦੀ ਹਮਾਇਤ ਨੂੰ ਵੇਖੀਏ ਵੀ ਉਹਦੀ ਹੈ ਕਿੰਨੀ ਆ ਤੇ ਅਸੀਂ ਮੈਨੂੰ ਲੱਗਦਾ ਵੀ ਫਸਲ ਦੇ ਤਾਂ ਵੀ ਬੂਟੇ ਲਾਈਏ ਉਹ ਬਾਈ ਮੱਤ ਮਾਰੇਗੀ ਸਾਡੀ ਉਹ ਸਿਆਣਿਆਂ ਦੀ ਮਿਸਾਲ ਆ ਵੀ ਜੱਟ ਦੀ ਤੇ ਅਕਲ ਦੀ ਲੜਾਈ ਪੈ ਗਈ ਬੰਦਿਆਂ ਨੇ ਕਿਹਾ ਯਾਰ ਚਲੋ ਤੁਹਾਡੀ ਸੁਲ੍ਹਾ ਕਰਾ ਦਈਏ ਉਹ ਪਰੇ ਲੱਗ ਗਈ ਅਕਲ ਵੀ ਸਾਥ ਨਹੀਂ ਜਾਟ ਵੀ ਸਾਥ ਲੈ ਹੁਣ ਅਕਲ ਨੂੰ ਪੁੱਛਿਆ ਵੀ ਤੇਰੀ ਕੋਈ ਸ਼ਰਤ ਤਾਂ ਨਹੀਂ ਉਹ ਕਹਿੰਦੀ ਨਹੀਂ ਮੇਰੀ ਤਾਂ ਕੋਈ ਸ਼ਰਤ ਨਹੀਂ ਜੱਟ ਨੂੰ ਪੁੱਛਿਆ ਤੇਰੀ ਵੀ ਕੋਈ ਸ਼ਰਤ ਉਹ ਕਹਿੰਦਾ ਇੱਕ ਇਸ਼ਾਰਾ ਤਾਂ ਹ ਤੇ ਬਾਕੀ ਸੁਲਾ ਹੀ ਸੁਲਾ ਉਹ ਕਹਿੰਦੇ ਕੀ ਆਖੇ ਮੇਰੇ ਵਿਹੜੇ 'ਚ ਪੈਰ ਨਾ ਰੱਖੇ ਤੇ ਮੇਰੀ ਸੁਲਾ ਹੀ ਸੁਲਾ ਵੀ ਸਾਡੀ ਉਹ ਜੱਟ ਨੇ ਜਿਹੜਾ ਉਹ ਅਕਲ ਨੇ ਵਿਹੜੇ 'ਚ ਤਾਂ ਪੈਰ ਰੱਖਣਾ ਵੀ ਦੱਸੋ ਉਹ ਪਲਾਟ ਸਿੱਧੇ ਕਰਦੇ ਕਰਦੇ ਨੇ ਹੈ ਵੀ ਫਸਲ ਬਚਾਉਣ ਦੇ ਬਜਾਂਦੇ ਆਪਣੇ ਛਾਂ ਤੇ ਬਹਿਣ ਨੂੰ ਕੋਈ ਦਰਖਤ ਨਹੀਂ ਛੱਡਿਆ ਹੂੰ ਧੁੱਪੇ ਰੜੇ ਹੁੰਦੇ ਆ ਇਹ ਕੰਮ ਕਰਦੇ ਹੀ ਚਲੋ ਬੰਦਾ ਕਿਤੇ ਛਾਂ 'ਚ ਬਹਿ ਜਾਂਦਾ ਇੱਕ ਇੱਕ ਦਰਖਤ ਨਹੀਂ ਛੱਡਿਆ ਇਹਨਾਂ ਨੇ ਐਸੀ ਮਤਵੱਝੀ ਇਹਨਾਂ ਦੀ ਅੱবি ਦਰਖਤਾਂ ਦੀ ਸਾਨੂੰ ਜ਼ਰੂਰਤ ਹੈ ਬਹੁਤ ਇਸ ਵੀਡੀਓ ਦੀ ਰਾਇ ਵੀ ਪੋਡਕਾਸਟ ਦੀ ਰਾਇ ਵੀ ਜ਼ਰੂਰ ਜਿੰਨੇ ਜਿੰਨੇ ਲੋਕ ਦੇਖਣਗੇ ਬੂਟੇ ਆਪੋ ਆਪਣੇ ਨਾਮ ਦਾ ਆਪਣੇ ਆਪਣੇ ਬੱਚਿਆਂ ਦੇ ਨਾਮ ਦਾ ਦੋ ਦੋ ਚਾਰ ਚਾਰ ਲਾਓ ਤੇ ਬੜੀ ਗੱਲ ਲੰਮੀ ਤੁਰ ਜਾਏ। ਬਾਈ ਸ਼ੌਕ ਨਾ ਇੱਕ ਨਾ ਇੱਕ ਬੱਚਾ ਰੱਖਿਆ ਸੀ ਭਜਾਣ ਵਾਸਤੇ। ਹਜੇ ਛੋਟਾ ਸੀਗਾ। ਤੇ ਬੇਲਾ ਆਇਆ ਘਰ ਦਾ ਆਇਆ 16000, 12 ਦਾ ਆਇਆ। ਲਓ ਅੱਛਾ ਹੀ ਵੇਚਦਾ। ਅੱਛਾ। ਹਾਂ। ਸ਼ੌਕ ਹੀ ਵੇਚਦਾ। ਇਹ ਇਹ ਸਾਡਾ ਹਾਲ ਹੋਇਆ ਪਿਆ। ਹਾਲਾਂਕਿ ਸ਼ੌਕ ਕੋਈ ਨਹੀਂ ਵੇਚਦਾ। ਇਵਾਵੜਾ ਵਾਵੜਾ ਵਾਲਿਆਂ ਨੂੰ ਲਵੇ ਮੌਲਾ ਹਾਂ ਨਹੀਂ ਰਹਿਣ ਦੇਣਾ ਹੋਰ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਹਾਂ ਚਾਚਾ ਕਰਾ ਇਹ ਉਹਨਾਂ ਦੇ ਖਿਲਾਫ ਲਾ ਦੇ ਤੈਨੂੰ ਅੱਛਾ ਤੇ ਵਾਵੜਾ ਵਾਲਿਆਂ ਦੀਆਂ ਤੇ ਬਿਜਲੀ ਵੀ ਮੁਫਤ ਹੁੰਦੀ ਹੈ ਆਹੋ ਉਹ ਇੰਨੀ ਨਹੀਂ ਹੁੰਦੀ ਜਿੰਨੇ ਤੋਂ ਸਾਂਝ ਰਹਾ ਆਹ ਉਹ ਪੂਰੀ ਜਿਹੀ ਬੰਦੇ ਹੈ ਪੂਰੀ ਜੀ ਆਹੋ ਠੀਕ ਹੈ ਅੱਛਾ ਇੱਥੇ ਹੀ ਸ਼ੁਗਲੇ ਪੈ ਗਏ ਆਪਾਂ ਗੱਲਾਂ ਹੋਣੀਆਂ ਸੀ ਬੂਟਿਆਂ ਦੀਆਂ ਦਰਖਤਾਂ ਦੀਆਂ ਇੱਕ ਸਾਡੇ ਪਿੰਡਾਂ ਦੇ ਵਿੱਚ ਮੈਂ ਹੋਰ ਮੈਂ ਇਸ ਕਮੀ ਨੂੰ ਬਹੁਤ ਮਹਿਸੂਸ ਕੀਤਾ ਕਮੀ ਨੂੰ ਕੀ ਮੈਨੂੰ ਲੱਗਦਾ ਵੀ ਇਹ ਸਾਡੇ ਕੁੰਧ ਦਿਮਾਗੀ ਦੀ ਵਜ੍ਹਾ ਵੀ ਅਸੀਂ ਆਪਣੀਆਂ ਧੀਆਂ ਦਾ ਹਿੱਸਾ ਕੱਢਣ ਵੇਲੇ ਨਾ ਆਨੇ ਆ ਵੀ ਜੋ ਧੀ ਨੇ ਹਿੱਸਾ ਲੈ ਲਿਆ ਨਾ ਤੇ ਉਹ ਮਰਨ ਜੀ ਮੋ ਗਿਆ ਆਦਾਂ ਮਰਨ ਜੀਨ ਮੋ ਗਿਆ ਇੱਕ ਪਿਓ ਦੀਆਂ ਇੱਕ ਮਾਂ ਦੇ ਜੰਮੇ ਤੇ ਮੈਨੂੰ ਤੇ ਮੈਂ ਮੇਰੀ ਤੇ ਸਮਝ ਇਹ ਆਂਦੀ ਆ ਭੂਤੀ ਦਾ ਭੈਣ ਦਾ ਹਿੱਸਾ ਜਿਹੜਾ ਨਾ ਤੁਹਾਡੇ ਤੇ ਫਰਜ ਆ ਉਹ ਕਦੇ ਵੀ ਨਹੀਂ ਲੈਣਾ ਤੁਹਾਨੂੰ ਦੇਣਾ ਚਾਹੀਦਾ ਕਿਉਂਕਿ ਜਿੰਨਾ ਨੂੰ ਤੁਸੀਂ ਮਿਲਦੇ ਜੇ ਖੂਨੀ ਰਿਸ਼ਤੇ ਸਾਡੇ ਦਾ ਸੁਸਾਇਟੀ ਆ ਨਾ ਉਹ ਭੈਣਾ ਸ਼ਰਮੋ ਵੀ ਸ਼ਰਮੀ ਆਂਦੀਆਂ ਮੇਰਾ ਭਰਾ ਗੁੱਸੇ ਨਾਲ ਹੋ ਜੇ ਵੀ ਨਹੀਂ ਮੈਂ ਨਹੀਂ ਲੈਣਾ ਇਹ ਦੇਣਾ ਚਾਹੀਦਾ ਕਿ ਉਹ ਸਾਡੇ ਇੱਥੇ ਪੁੱਛਦੇ ਆ ਜਦੋਂ ਵੰਡ ਕਰਨ ਲੱਗਦੇ ਆ ਨਾ ਤੇ ਬਾਹ ਲੈਂਦੇ ਆ ਇੱਥੇ ਬਾਹ ਕੇ ਨਾ ਕੋ ਕੁੜੀਆਂ ਨੂੰ ਵੀ ਤੇ ਪੁੱਤਾਂ ਨੂੰ ਬਾਹ ਕੇ ਪੁੱਛਦੇ ਆ ਪੁੱਤਾਂ ਨੂੰ ਪੂਰੇ ਕਰਕੇ ਨਾ ਸਰਸਾਈਆਂ ਕਿੱਲੇ ਧੀਆਂ ਨੂੰ ਪੁੱਛਦੇ ਹਾਂ ਵੀ ਕੁੜੀਓ ਹੁਣ ਭਰਾ ਰੱਖਣੇ ਕਿ ਜ਼ਮੀਨ ਰੱਖਣੀ ਹੂੰ ਉਹ ਮੈਂ ਕਿਹਾ ਨਹੀਂ ਸੀ ਮੈਂ ਕਿਹਾ ਵੀ ਬਾਬਾ ਤੂੰ ਤੈਨੂੰ ਕਿਹਨੇ ਕਿਹਾ ਇਹ ਹੱਕ ਕਿਹਨੇ ਦਿੱਤਾ ਇਹ ਗੱਲ ਇਹ ਤਾਂ ਅੱਲਾਹ ਤਾਲਾ ਨੇ ਕੁਰਾਨੇ ਪਾਕ ਦੇ ਵਿੱਚ ਧੀਆਂ ਨੂੰ ਹੱਕ ਦਿੱਤਾ ਤੂੰ ਪੁੱਛਣ ਵਾਲਾ ਕੌਣ ਆਖੇ ਮੈਂ ਕੁੜੀਆਂ ਦਾ ਪਿਓ ਹਾਂ ਤੂੰ ਆਖੇ ਕੌਣ ਆ ਹੂੰ ਮੈਂ ਕਿਹਾ ਮੈਂ ਤਾਂ ਅੱਜ ਜੀ ਤੁਰਦਾ ਆਇਆ ਸੀ ਆਖੇ ਜੁੱਤੀ ਪਾ ਤੂੰ ਅਸੀਂ ਦੇਖਾਂਗੇ ਜਦੋਂ ਤੂੰ ਅਕੇ ਧੀਆਂ ਨੂੰ ਹਿੱਸਾ ਦਵੇਂਗਾ ਮੈਂ ਕਿਹਾ ਯਾਰ ਸਾਡੇ ਤਾਂ ਰਵਾਜ ਨਹੀਂ ਹੈ ਤੂੰ ਤਾਂ ਦੇ ਉਹ ਮੈਂ ਗਾਲੋਂ ਨੂੰ ਕਰੀ ਸੀ ਵੀ ਹਾਂ ਵੀ ਸਾਡੇ ਰਵਾਇਜ ਨੇ ਹਾਂ ਤੇ ਉਹ ਮੈਂ ਕਹਿੰਨਾ ਸ਼ਾਦੀ ਤੋਂ ਨਾ ਧੀ ਦੀ ਸ਼ਾਦੀ ਤੋਂ ਪਹਿਲਾਂ ਉਹਨੂੰ ਹਿੱਸਾ ਦੇ ਦੋ ਹੂੰ ਕਿਉਂ ਬਾਅਦ ਦੇ ਵਿੱਚ ਮੇਰੇ ਰਿਸ਼ਤੇਦਾਰ ਪਤਾ ਕੀ ਬਾਅਦ ਚ ਪੰਗੇ ਬਹੁਤੇ ਕਰਦੇ ਹੂੰ ਉਹ ਉਸ ਤਰ੍ਹਾਂ ਵਰਤਦੇ ਆ ਜੇ ਜ਼ਮੀਨ ਦੋਵਾਂਗੇ ਹੋਰ ਤਰ੍ਹਾਂ ਵਰਤਣਗੇ ਨਾ ਦੋਵਾਂਗੇ ਤੇ ਫਿਰ ਦੂਜੀ ਤਰ੍ਹਾਂ ਵਰਤਣਗੇ ਉਸ ਤੋਂ ਸਾਡੇ ਇਸ ਵੀਡੀਓਜ਼ ਨਾਲ ਕੋਈ ਸਨਾਂ ਕਿਸੇ ਦੇ ਦਿਮਾਗ ਤੇ ਤੇ ਕੁਮਾਰਾ ਚੰਗਾ ਅਸਰ ਹੋਏਗਾ ਹਾਂ ਜੀ ਪਿਆਰਾ ਵਾਕਈ ਸਹੀ ਆ ਤੇ ਆ ਵਾਕਈ ਗਲਤ ਆ ਇਹਦੇ ਚੰਮਲ ਹੋਣਾ ਚਾਹੀਦਾ ਹਾਂ ਅੱਛਾ ਪਿੰਡਾਂ ਦੀ ਜ਼ਮੀਨਾਂ ਦੀ ਗੱਲ ਤਾਂ ਆਪਾਂ ਕਰਨਦੇ ਆ ਪੰਜਾਬੀ ਦਾ ਪੰਜਾਬੀ ਜ਼ੁਬਾਨ ਦਾ ਕੀ ਹਾਲ ਹੈ ਆਪਣੇ ਪੰਜਾਬ 'ਚ ਪੰਜਾਬੀ ਦਾ ਯਾਰ ਹਾਲ ਆ ਵੀ ਇੱਥੇ ਸਕੂਲਾਂ ਦੇ ਵਿੱਚ ਨਾ ਉਹ ਲਾਤੀ ਇਹਨਾਂ ਨੇ ਬੋਲੀਆਂ ਹੋਰ-ਹੋਰ ਲਾਤੀਆਂ ਹਾਂ ਉਹ ਮੈਗਦਨ ਟੱਪਿਆਂ ਤੇ ਇੱਕ ਮਾਂ ਆਪਣੇ ਪੁੱਤ ਨੂੰ ਕਹੇ ਅਖੇ ਡੌਂਕੀ ਕੇ ਪਾਸ ਨਾ ਜਾਣਾ ਇਹ ਲੈਗ ਮਾਰੇਗਾ ਹੁਣ ਇਹ ਦੱਸ ਕਿਹੜੀ ਬੋਲਣਾ ਉਹ ਨਾ ਤਿੱਤਰ ਰਹੇ ਨਾ ਬਟੇਰੇ ਬੋਲੀਆਂ ਹੀ ਵਿਗਾੜ ਕੇ ਰੱਖਤੀਆਂ ਹਾਂ ਮਾਂ ਬੋਲੀ ਸੌਖੀ ਬੋਲੀ ਸੀ ਆਪਣੇ ਦੁੱਖ ਸੁੱਖ ਦਾ ਬੰਦੇ ਗੱਲ ਖੁੱਲ ਕੇ ਕਰ ਸਕਦਾ ਚਲੋ ਤੁਸੀਂ ਤਰੱਕੀ ਕਰਨੀ ਆ ਵਨ ਪਵਨੀਆਂ ਬੋਲੀਆਂ ਸਿੱਖੋ ਮੈਂ ਨਹੀਂ ਕਹਿੰਦਾ ਸਿੱਖੋ ਬੋਲੋ ਪਰ ਯਾਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਕੰਡ ਤਾਂ ਨਾ ਕਰੋ ਇਹਨੂੰ ਨਫ਼ਰਤ ਨਾ ਨਫ਼ਰਤ ਲੱਗੇ ਭਾਈ ਕਰਨ ਤੁਸੀਂ ਤਰੱਕੀ ਕਰੋ ਜਿੱਥੇ ਤੇ ਮਰਜ਼ੀ ਪਹੁੰਚ ਜਾਓ ਅਸੀਂ ਕੋਈ ਲੋਕੀ ਆ ਉਹ ਜਿੱਦਾਂ ਕੋਈ ਬਾਸ ਦੇ ਵਿੱਚ ਨਾ ਤੇ ਉਹ ਬੰਦਾ ਬੈਠਾ ਤੇ ਨਾਲ ਆ ਕੇ ਕਿ ਬੀਬੀ ਬੈਠੀ ਉਹਦੇ ਕੋਲ ਇੱਕ ਕਾਕਾ ਸੀ ਤੇ ਉਹ ਬੀਬੀ 2 ਮਿੰਟ ਬਾਅਦ ਕਹਿ ਦਿਆ ਕਰੇ ਕਿ ਭਾਈ ਨਾਲ ਨੂੰ ਹੋ ਜਾ ਮੁੰਡੇ ਨੂੰ ਤਾਪ ਚੜਿਆ ਉਹ ਬੰਦਾ ਨਾਲ ਨੂੰ ਹੋ ਗਿਆ ਫਿਰ ਕਹਦਾ ਕਰਿਆ ਕਿ ਭਾਈ ਨਾਲ ਨੂੰ ਹੋ ਜਾ ਮੁੰਡੇ ਨੂੰ ਤਾਪ ਚੜਾ ਉਹ ਕਹਿੰਦਾ ਬੀਬੀ ਜੰਮ ਜੰਮ ਚੜੇ ਮੈਂ ਕੋ ਦੋਖੀ ਤਰੱਕੀ ਕਰੋ ਜਿੰਨੀ ਮਰਜ਼ੀ ਕਰੋ ਪਰ ਯਾਰ ਮਾਂ ਬੋਲੀ ਨੂੰ ਤਾਂ ਕੱੜ ਨਾ ਕਰੋ ਇਹਨੂੰ ਤਾਂ ਆਪਣੇ ਨਾਲ ਸੀਨੇ ਨਾਲ ਰਾਈ ਰੱਖੋ ਇਹਨੂੰ ਬੋਲੋ ਜਿੱਥੇ ਆ ਆਪਣਾ ਧੀਆਂ ਪੋਤਾਂ ਨੂੰ ਨਾਲ ਪੰਜਾਬੀ ਵੀ ਸਿਖਾਓ ਮਿੱਠੀ ਜ਼ੁਬਾਨ ਹੈ ਅਭੀ ਇਹ ਉਹ ਬੋਲੀ ਆ ਜਿਹੜੀ ਸਾਨੂੰ ਕਿਤੋਂ ਸਿੱਖਣੀ ਨਹੀਂ ਪਈ ਇਹ ਸਾਡੀ ਮਾਂ ਦੀ ਗੋਦ ਚ ਸਾਨੂੰ ਸਾਡੀ ਮਾਂ ਨੇ ਸਿਖਾਈ ਹੈ ਅਸੀਂ ਅਕਸਰ ਆਂਦੇ ਹਾਂ ਨੇ ਪ੍ਰੋਗਰਾਮਸ ਜਾਈਦਾ ਇਹ ਪੂਰੀ ਦੁਨੀਆ ਜਿਹੜੀ ਵਾ ਉਹ ਤਰੱਕੀ ਕਰਦੀ ਹੈ ਜੇ ਤੁਸੀਂ ਫਰਾਂਸ ਜਾਂਦੇ ਜੇ ਆਉਂਦੇ ਫਰੈਂਚ ਬੋਲੋ ਜੇ ਚਾਈਨਾ ਜਾਂਦੇ ਚਾਈਨੀਸ ਬੋਲੋ ਜਰਮਨੀ ਜਾਂਦੇ ਆਉਂਦੇ ਸਾਡੀ ਬੋਲੋ ਤੁਸੀਂ ਪੁਰਤਗਾਲ ਚਲੇ ਜਾਓ ਆਉਂਦੇ ਸਾਡੀ ਬੋਲੋ ਜੇ ਆਪਾਂ ਹੋਰ ਕਿਸੇ ਮੋਲਕ ਤੁਰ ਜਾਂਦੇ ਆ ਸਾਰੇ ਆਪੋ ਆਪਣੀ ਜ਼ੁਬਾਨਾਂ ਵਿੱਚ ਕੀ ਉਹਨਾਂ ਦੇ ਡਾਕਟਰ ਨਹੀਂ ਹੈਗੇ ਕੀ ਉਹਨਾਂ ਦੇ ਸਾਇੰਟਿਸਟ ਨਹੀਂ ਹੈਗੇ ਕੀ ਉਹਨਾਂ ਦੇ ਮਤਲਬ ਵੀ ਅਸੀਂ ਜੇ ਪੰਜਾਬੀ ਜ਼ੁਬਾਨ ਦੇ ਵਿੱਚ ਜੇ ਪੜਾਂਗੇ ਤੇ ਅਸੀਂ ਸੁਖਾਲੇ ਨਹੀਂ ਰਾਵਾਂਗੇ ਮੈਂ ੱੱਕੇ ਨਾ ਗ੍ਰੈਜੂਏਸ਼ਨ ਕੀਤੀ ੱੱਕੇ ੱੱਕੇ ਥੋੜੇ ਵੀ ਇੰਗਲਿਸ਼ ਵਾਲਾ ਵੜਾ ਕੇ ਕਿ ਜੇ ਇਹ ਹੀ ਮੈਨੂੰ ਲੱਗਦਾ ਵੀ ਅਸੀਂ ਤੇ ਪੜ੍ਹੀਏ ਪੰਜਾਬੀ ਸਾਡੇ ਸਕੂਲਾਂ 'ਚ ਉਸ ਟਾਈਮ ਹੈ ਸੀ ਤੇ ਅਸੀਂ ਸਾਨੂੰ ਪੰਜਾਬੀ ਦਾ ਪਰਚਾ ਐਨ ਹੁੰਦਾ ਸੀ ਵੀ ਜਿਵੇਂ ਲੈ ਇਹ ਤਾਂ ਗੱਲ ਹੀ ਹੋਣੀ 15 ਮਿੰਟਾਂ ਨਹੀਂ ਕਰਕੇ ਆਏ ਕਿਉਂਕਿ ਸਾਡੇ ਤੇ ਦਿਮਾਗੇ ਚੜੀ ਸੀ ਕਿ ਇੱਕ ਲਫ਼ਜ਼ ਲਿਖ ਕੇ ਤੇ ਆਓਗੇ ਭਾਈ 10ਵੀਂ ਤੱਕ ਕਿਤਾਬ ਵੀ ਹੈ ਨਹੀਂ ਹਮ ਕਿਤਾਬ ਵੀ ਹੈ ਨਹੀਂ ਪੰਜਾਬੀ ਦੀ ਹਾਂ ਜਿਹੜੀ ਕੌਮ ਨੇ ਵੀ ਤਰੱਕੀ ਕੀਤੀ ਉਹਨਾਂ ਨੇ ਆਪ ਦੀ ਮਾਂ ਬੋਲੀ 'ਚ ਕੀਤੀ ਹੈ ਤੇ ਉਹ ਸਾਡੀ ਜਿਹੜੀ ਮਾਂ ਬੋਲੀ ਇਹਨੂੰ ਉਹਨਾਂ ਨੇ ਰੱਖਿਆ ਹੈ ਪਰ ਸਾਡੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਮੈਂ ਅਗਿਆਨਾਂ ਨੂੰ ਵੀ ਬਾਹਰ ਤੇ ਲਿਖਿਆ ਪੰਜਾਬ ਅਸੈਂਬਲੀ ਹਾਂ ਅੰਦਰ ਕੁਛ ਨਹੀਂ ਅੰਦਰ ਕੁਛ ਨਹੀਂ ਉਹ ਜਿਹੜਾ ਬੋਲਦਾ ਉਹ ਕਿਹੜਾ ਸੀਗਾ ਉਹਨੇ ਗੱਲ ਕਰੀ ਪੰਜਾਬੀ ਚ ਤੇ ਉਹਨੂੰ ਉਹ ਕਹਿੰਦਾ ਜਿਹੜਾ ਉੱਚੀ ਕੁਰਸੀ ਵਾਲਾ ਕਹਿੰਦਾ ਕਿ ਤੇਰੀ ਰਿਕਾਰਡਿੰਗ ਹੀ ਨਹੀਂ ਹੋਣੀ ਤੂੰ ਪੰਜਾਬੀ ਬੋਲ ਰਿਹਾ ਹੈ ਚੰਗੀ ਪੰਜਾਬ ਅਸੈਂਬਲੀ ਹੈ ਆ ਯਾਦ ਉਹ ਤੇ ਉਰਦੂ ਸਮਝ ਦਿਖਾ ਦਿਓ ਹਾਂ ਕਿ ਅਸੀਂ ਆਨੇ ਵੀ ਦੁੱਖ ਤੇ ਸਾਨੂੰ ਭਈ ਉਰਦੂ ਸਾਡੀ ਕਨੈਕਟਿੰਗ ਲੈਂਗੁਏਜ ਆ ਲੇਕਿਨ ਇਹ ਸਾਡੇ ਖਿੱਤੇ ਦੀ ਨਹੀਂ ਹੈ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ ਲੇਕਿਨ ਬੇਸਿਕ ਜਿਹ ਜਿੱਥੇ ਜਿਹੜਾ ਸਾਡਾ ਹੱਕ ਹੈ ਉਹ ਤੇ ਸਾਡੇ ਨੂੰ ਮਿਲਣਾ ਚਾਹੀਦਾ ਸਿੰਧ ਦੇ ਤਰਜੋ ਸਿੰਧੀ ਬੋਲੀ ਤੁਹਾਨੂੰ ਉਥੋਂ ਦੀ ਕਾਰਵਾਈ ਜਿਹੜੀ ਹੈ ਅਸੈਂਬਲੀ ਦੀ ਸਿੰਧ ਜੇ ਮਿਲ ਦੇ ਫਿਰ ਮਿਲੂਗੀ ਸਰ ਉਥੇ ਖੈਬਰ ਪਖਤੂਨ ਸਾ ਚੱਲ ਜੋ ਪਸ਼ਤੋ ਬੋਲਦੇ ਆ ਇਹ ਸਾਨੂੰ ਸਾਡਿਆਂ ਨੂੰ ਹੀ ਬਿਮਾਰੀ ਪੈਂਦੀ ਮੌਤ ਪੈਂਦੀ ਹੈ ਜਦੋਂ ਆਪ ਕਿਤੇ ਇਕੱਠੇ ਹੁੰਦੇ ਉਹਦੋਂ ਆਪ ਉਹਦੇ ਵਿੱਚ ਘਰਾਂ 'ਚ ਤੋਂ ਬੋਲਦੇ ਆਪਸ ਦੀ ਗੱਲ ਹੈ ਮੇ ਸਾਡੇ ਬੱਚੇ ਸਕੂਲਾਂ 'ਚ ਹੁਣ ਪੜ੍ਹਦੇ ਨੇ ਉਰਦੂ ਹਾਂ ਹਾਂ ਬੱਚਿਆਂ ਨਾਲ ਅਸੀਂ ਆ ਮੈਂ ਤੂੰ ਜੇ ਕਰਨ ਲੱਗ ਪੈਨੇ ਆ ਵੀ ਉਰਦੂ ਦੇ ਵਿੱਚ ਬਾਅਦ 'ਚ ਅਸੀਂ ਪੰਜਾਬੀ ਆਪਸ 'ਚ ਪੰਜਾਬੀ ਨਹੀਂ ਉਹ ਉਰਦੂ ਬੋਲਣਾ ਉਰਦੂ ਸਾਡੀ ਕੌਮੀ ਜ਼ੁਬਾਨ ਆ ਅਸੀਂ ਕਿਹੜਾ ਕਹਿੰਦੇ ਨਾ ਪਤਾ ਸਾਡੀ ਮਾਂ ਬੋਲੀ ਨਾਲ ਨਫ਼ਰਤ ਨਾ ਕਰੋ ਇਹਨੂੰ ਨਾਲ ਤੋਰੋ ਨਾਲ ਜਿਵੇਂ ਜਿਵੇਂ ਬਾਕੀ ਬੋਲੀਆਂ ਇਹਨੂੰ ਨਾਲ ਮੈਨੂੰ ਭਲਾਓ ਨਾ ਇਹਨੂੰ ਨਾਲ ਤੋਰੋ ਹਾਂਜੀ ਬਈ ਮਾਂ ਬੋਲੀ ਦੀ ਤੂੰ ਗੱਲ ਕਰੀ ਨਾ ਆਕੇ ਤੇ ਦਿਲ ਨੂੰ ਯਕੀਨ ਕਰੀ ਨਾ ਠਾਰਤਾ ਤੂੰ ਸਕੂਨ ਪਹੁੰਚਿਆ ਤੂੰ ਦੇਖਣਾ ਵੀ ਉਹ ਚੜਦੇ ਪੰਜਾਬ ਵਾਲਿਆਂ ਨੇ ਚੜ੍ਹਾਤੀ ਤੇ ਲੈਹੰਦੇ ਵਾਲਿਆਂ ਨੇ ਗਲੋਂ ਲਾਤੀ ਵੀ ਉਹ ਚੜਦੇ ਪੰਜਾਬ ਵਾਲਿਆਂ ਨੇ ਉਹ ਕੈਨੇਡਾ ਚ ਜਾ ਕੇ ਹੀ ਪੰਜਾਬ ਬਣਾਤਾ ਮਾਂ ਬੋਲੀ ਦੀ ਤਾਕਤ ਯਾਨੀ ਇਹ ਪੰਜਾਬੀ ਨੂੰ ਜਿਨ੍ਹਾਂ ਨੇ ਸਮਝਣਾ ਨਾ ਉਹ ਸਮਝੋ ਵੀ ਕਿੱਥੇ ਪਛਾਤ ਦੀ ਅਗਲੇ ਨੇ ਤੇ ਸਾਡੇ ਜਿਹੜੇ ਉਹ ਅਖੇ ਮਾਂ ਮਾਂ ਨੇ ਸਿਖਾਣੀ ਸੀ ਨਾ ਜੀ ਤੇ ਉਹ ਮਾਂ ਹੀ ਨਹੀਂ ਉਹ ਮਾਂ ਬੋਲੀ ਕਹਿੰਦੇ ਸੀਗੇ ਵੀ ਇਹ ਵਿੱਚ ਮਾਂ ਬੋਲਦੀ ਸੀ ਕਿਉਂ ਉਹਨੂੰ ਤਾਂ ਬੋਲਣ ਨਹੀਂ ਦਿੰਦੇ ਸੀ ਤਾਂ ਇਹਨੂੰ ਮਾਂ ਬੋਲੀ ਕਹਿੰਦੇ ਸੀ ਹੁਣ ਮਾਂਵਾ ਹੀ ਨਹੀਂ ਉਹ ਪੰਜਾਬੀ ਰਹੀਆਂ ਉਹ ਨਿਆਣਿਆਂ ਨੂੰ ਪਹਿਲੀ ਵੇਖੋ ਦਰਸਾ ਗਿਆ ਮੋਬਾਈਲ ਦੇ ਤੇ ਬਾਈ ਮੋਬਾਈਲਾਂ ਦੇ ਵਿੱਚ ਨਾ ਉਹ ਕਾਰਟੂਨ ਆ ਕਾਰਟੂਨਾਂ ਦੇ ਉੱਤੇ ਉਹ ਬੋਲੀ ਹੋਰ ਆ ਹਾਂ ਉਹ ਬੋਲੀ ਹੋਰ ਆ ਮਜ਼ੇ ਪਰ ਸਾਡੇ ਤਾਂ ਉਹ ਨਿਆਣਿਆਂ ਨੂੰ ਜਿਹੜੇ ਮੋਬਾਈਲ ਫੜਾਉਂਦੇ ਜੰਮਦਿਆਂ ਨੂੰ ਤੇ ਉਹ ਮਾਂ ਬੋਲੀ ਉੱਥੇ ਹੀ ਖਰਾਬ ਹੋ ਗਈ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਇੱਕ ਨਿਆਣੇ ਨੇ ਕਿਤੇ ਪੰਜਾਬੀ ਚ ਕੋਈ ਪਾਣੀ ਪੂਣੀ ਮੰਗਿਆ ਉਹਦਾ ਨਾਂ ਹੀ ਘੱਟਤਾ ਉਹਨਾਂ ਨੇ ਨਾ ਨਾ ਕਰ ਛੜਿਆ ਹਾਂ ਜੀ ਇੰਨੀ ਸਖਤੀ ਕਰਦੇ ਤੇ ਉਹ ਮਾਂ ਬੋਲੀ ਕਿੱਥੋਂ ਰਹਿਣੀ ਮਾਂ ਬੋਲੀ ਤਾਂ ਭਾਈ ਜੀ ਪੁਰਾਣੀ ਆ ਇਹ ਜਿਹੜਾ ਹਾਲਾਤ ਇਹਨਾਂ ਨੇ ਕੀਤਾ ਹੋਇਆ ਹੂੰ ਫਿਰ ਸਕੂਲਾਂ ਦੇ ਵਿੱਚ ਉਹ ਨਿਆਣਿਆਂ ਦੀ ਉਹ ਸਿਹਤ ਹੀ ਹੈ ਨਹੀਂ ਹੂੰ ਅਮ ਇਹ ਵੀ ਤੁਹਾਨੂੰ ਮੈਂ ਗੱਲ ਦੱਸਾਂ ਸਿਹਤ ਹੈ ਨਹੀਂ ਉਹ ਪੈਂਪਰ ਲਾ ਲਾ ਕੇ ਉਹ ਜਿੱਥੇ ਲੱਕ ਹੈ ਸੀ ਨਾ ਉੱਥੇ ਹੀ ਰੁਕੇ ਆ ਅਡੋਲੇ ਖਾਂਦੇ ਫਿਰਦੇ ਆ ਆ ਕੁੜੀਆਂ ਮੁੰਡੀਆਂ ਸਕੂਲੀਏ ਦੇਖ ਲਈ ਤੂੰ ਉਹ ਕੰਟੀਨ ਤੇ ਜਾ ਕੇ ਅਜੇ ਤੱਕ ਕਿਸੇ ਮਾਂ ਪਿਓ ਨੂੰ ਨਹੀਂ ਦੇਖਿਆ ਵੀ ਉੱਥੋਂ ਲੱਭਦਾ ਕੀ ਆ ਖਾਣ ਕੋਈ ਸ਼ਹਿ ਚਾਹਦੀ ਨਹੀਂ ਲੱਭਦੀ ਹਾਂ ਤਾਂ ਸਿਆਣੇ ਕਹਿੰਦੇ ਵੀ ਰੱਜਾਂਗੇ ਤਾਂ ਭੱਜਾਂਗੇ ਨਹੀਂ ਤੇ ਮੂੰਹ ਪਰਨੇ ਵਜਾਂਗੇ ਜੇ ਸੇਹਤ ਹੀ ਨਾ ਹੋਈ ਤੇ ਇਹਨਾਂ ਨੇ ਕੀ ਕਰਨਾ ਤੇ ਕੀ ਲੜਨਾ ਤੇ ਉਹ ਜਿਹੜੇ ਸਾਡੇ ਬਜ਼ੁਰਗਾਂ ਤੋਂ ਬਹਿਣ ਉਹ ਕੋਈ ਮਾਂ ਬੋਲੀ ਸਿਕਣ ਬਜ਼ੁਰਗਾਂ ਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੀ ਬੋਲੀ ਉਹ ਬੋਲਦੇ ਆ ਵਿੱਚ ਲਫਾ ਹੀ ਪਤਾ ਨਹੀਂ ਕਿਹੜੇ ਕਿਹੜੇ ਉਹ ਜਿੱਦਾਂ ਕੋਈ ਬਜ਼ੁਰਗ ਸੀ ਨਾ ਤੇ ਉਹ ਬਾਸ ਚ ਚੜਿਆ ਅੱਗੇ ਦੋਹਾਂ ਦੀ ਸੀਟ ਤੇ ਸਾਫਾ ਪਿਆ ਤੇ ਉਹਨੇ ਸਾਫਾ ਪਾਸੇ ਕਰਕੇ ਬਾਬਾ ਬਹਿ ਗਿਆ ਹਾਂ ਤੋ ਬੰਦਾ ਆਇਆ ਤੇ ਉਹ ਆ ਕੇ ਕਹਿੰਦਾ ਬਾਬਾ ਮੈਂ ਸੀਟ ਮੱਲੀ ਸੀ ਆਖੇ ਤੂੰ ਇੱਥੇ ਬਹਿ ਜਾ ਨਾਲ ਮੇਰੇ ਹਾਂ ਆਖੇ ਦੂਈ ਸੀਟ ਤਾਂ ਮੈਂ ਆਪਣੀ ਵਾਈਫ ਵਾਸਤੇ ਰੱਖੀ ਸੀ ਅੱਛਾ ਉਹ ਕਹਿੰਦਾ ਪੁੱਤ ਜੇ ਵਾਈਫ ਟੁੱਟਣ ਭੱਜਣ ਵਾਲੀ ਨਹੀਂ ਤੇ ਛਾਤ ਤੇ ਰੱਖ ਦੇ ਆਖਿਆ ਸੀਟ ਥੱਲੇ ਦੇ ਦੇ ਕੇ ਜੇ ਭਾਰ ਬਹੁਤਾ ਨਹੀਂ ਦੇ ਕੇ ਮੈਨੂੰ ਹੀ ਫੜਾ ਦੇ ਚੋਲੀ ਚਵਾ ਦੇ ਉਹ ਗੱਲ ਹੀ ਨਹੀਂ ਉਹ ਬਜ਼ੁਰਗਾਂ ਦੇ ਕੋਲ ਸਮਝ ਨਹੀਂ ਆਂਦੀ ਤੇ ਬਜ਼ੁਰਗ ਜਿਹੜੇ ਵਿਚਾਰੇ ਆ 100 ਚੋਂ 50 ਰਹਿ ਗਏ 40 ਮੰਜੇ ਤੇ ਪਏ ਪਿੱਛੇ ਰਹਿ ਕੇ 10 ਦਸਾਂ ਕੋ ਬਹਿੰਦਾ ਕੋਈ ਵੀ ਡਰਦੇ ਬੋਲਦੇ ਨਹੀਂ ਵੀ ਮੈਂ ਕੋਈ ਗਲਤ ਨਾ ਬੋਲਦਾ ਬਾਲ ਆਖਣ ਵੀ ਹਾਂ ਤਾਂ ਉਹਨਾਂ ਦਸਾਂ ਕੋ ਬਹਿੰਦਾ ਕੋਈ ਨਹੀਂ ਜੇ ਬਹਿਣ ਤੇ ਉਹ ਸਮਝ ਨਹੀਂ ਆਂਦੀ ਇਹ ਮਾਂ ਬੋਲੀ ਤਾਂ ਭਾਈ ਪਰਾਉਣੀ ਹਾਂ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਬਾਰੇ ਸੂ ਜਵਾਨ ਨੇ ਰੱਬ ਸੁਣਾ ਖੈਰ ਕਰੇ ਸਾਡੇ ਪੰਜਾਬ ਚੋਂ ਅਸੀਂ ਦੁਬਾਰਾ ਤੋਂ ਨੂੰ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਵੀ ਇਹ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਹੈ ਇਹਦਾ ਜੇ ਪੋਜ਼ਿਟਿਵ ਇਸਤੇਮਾਲ ਕਰੋ ਨਾ ਪੋਜ਼ਿਟਿਵ ਚੀਜ਼ਾਂ ਲੈ ਕੇ ਚੱਲੋ ਤੇ ਤੁਹਾਡਾ ਉਹ ਜਿਹੜੀ ਰੀਚ ਆ ਉਹ ਬਣ ਜਾਂਦੀ ਹੈ ਕਿ ਤਰ੍ਹਾਂ ਜਿਤੇ ਨਾ ਬਿਹਤਰ ਬਿਹਤੀ ਵਾਲੇ ਪਾਸੇ ਆਪਾਂ ਜਾਵਾਂਗੇ ਇਕ ਥਾਂ ਤੇ ਨਾ ਉਹ ਮੈਂ ਦੇਖਿਆ ਹੁਣ ਜਿੱਦਾਂ ਤੁਸੀਂ ਮਾਂ ਬੋਲੀ ਦੀ ਗੱਲ ਕਰਦੇ ਆ ਬੰਦਾ ਇੱਕ ਨਾ ਉਹ ਬੜਾ ਲਿਖਿਆ ਪੜਿਆ ਤੇ ਉਹਨੇ ਨਾ ਤੁਹਾਡੇ ਬਾਰੇ ਚ ਗੱਲ ਕੀਤੀ ਅਖੇ ਨਾਸਰ ਡੋਲੂ ਡੋਲੂ ਕਹਿੰਦਾ ਸੀ ਟੀਨੂ ਨੇ ਇਹਨਾਂ ਨੂੰ ਪੜਨਾ ਉਡੀਨ ਲਿਖਿੰਦਾ ਅਖੇ ਨਾਸਰ ਡੋਲੂ ਕਹਿੰਦਾ ਅਖੇ ਪੰਜਾਬੀ ਦਾ ਨਾ ਉਹ ਉਹ ਕਰਦਾ ਦੁਹੀਆਂ ਬੋਲੀਆਂ ਨਾਲ ਨਫ਼ਰਤ ਕਰਦਾ ਮੈਂ ਕਿਹਾ ਯਾਰ ਨਫ਼ਰਤ ਦੀ ਗੱਲ ਹੀ ਉਹਨੇ ਅੱਜ ਤੱਕ ਨਹੀਂ ਕੀਤੀ ਉਹ ਤਾਂ ਕਹਿੰਦਾ ਕਿ ਪੰਜਾਬੀ ਨਾਲ ਨਫ਼ਰਤ ਨਾ ਕਰੋ ਦੁਹੀਆਂ ਬੋਲੀਆਂ ਬੋਲੋ ਵਾਨਪਵਨੀਆਂ ਤਰੱਕੀਆਂ ਕਰੋ ਪਰ ਯਾਰ ਮਾਂ ਬੋਲੀ ਨੂੰ ਸੀਨੇ ਲਾਈ ਰੱਖੋ ਇਹ ਗੱਲ ਕਰਦਾ ਬੰਦੇ ਤਾਂ ਗੱਲ ਹੀ ਉਲਟ ਸਮਝਦੇ ਆ ਅਸਲ 'ਚ ਜੋ ਫਿਰ ਆਪਣੇ ਇਹਨੂੰ ਮੈਂ ਹੋਈ ਆਨਾ ਨਾ ਵੀ ਜੇ ਤੁਸੀਂ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲੋਗੇ ਨਾ ਤੇ ਤੁਹਾਨੂੰ ਅੱਗੇ ਪੋਜ਼ਿਟਿਵ ਛਾਵਾਂ ਹੀ ਲੱਭਣੀਆਂ ਜੇ ਤੁਸੀਂ ਸੋਚਣਾ ਨੈਗੇਟਿਵ ਤੇ ਤੁਹਾਨੂੰ ਚੀਜ਼ਾਂ ਨੈਗੇਟਿਵ ਹੀ ਨਜ਼ਰ ਆਉਣੀਆਂ ਜੇ ਕਾਲਾ ਵੇਖੋਗੇ ਤੇ ਕਾਲਾ ਹੀ ਦਿਖਣਾ ਜੇ ਚਿੱਟਾ ਵੇਖੋਗੇ ਤੇ ਚਿੱਟਾ ਹੀ ਦਿਖਣਾ ਹੁਣ ਤੁਸੀਂ ਨਜ਼ਰ ਕਿਸ ਨਾਲ ਵੇਖਦੇ ਡਿਪੈਂਡ ਤੁਹਾਡੇ ਕਰਦਾ ਹਾਂ ਅਸੀਂ ਇਹ ਪ੍ਰੋਗਰਾਮਸ ਕਰਦੇ ਆ ਨਾ ਤੇ ਇਹ ਰੈਜ਼ਿਸਟੈਂਸ ਹੁੰਦੀ ਹੈ ਲੋਕਾਂ ਦੇ ਵਿੱਚ ਕਈ ਲੋਕ ਹੈ ਨਾ ਰਜਾਈ 'ਚ ਬੈਠ ਕੇ ਕਮੈਂਟ ਕਰ ਦਿੰਦੇ ਹੁੰਦੇ ਨੇ ਨਾ ਕੁਝ ਜਾਈ ਚ ਪੈਰ ਹੁੰਦੇ ਤੇ ਉੱਥੇ ਬੈਠਾ ਕਮੈਂਟ ਕਰਦਾ ਆ ਸਹੀ ਨਹੀਂ ਆ ਗਲਤ ਹੈ ਭਾਈ ਆ ਗਲਤ ਨਹੀਂ ਆ ਸਹੀ ਆ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਲੇਕਿਨ ਉਹਨਾਂ ਨੂੰ ਪਤਾ ਨਹੀਂ ਵੀ ਗਰਾਉਂਡ ਤੇ ਹੁੰਦਾ ਕਿਸ ਤਰ੍ਹਾਂ ਇਹਨੂੰ ਕੰਮ ਕਰਨਾ ਕਿਸ ਤਰ੍ਹਾਂ ਸੋ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਫਿਰ ਮਦਦ ਨਜ਼ਰ ਰੱਖੀ ਨਹੀਂ ਤੂੰ ਹਿੰਮਤ ਨਾ ਹਾਰੇ ਤੂੰ ਬਹੁਤ ਸੋਹਣਾ ਕੰਮ ਕਰ ਰਿਹਾ ਜੁੜਿਆ ਰਹਿ ਅੱਲਾਹ ਕਾਮਯਾਬੀ ਦੋ ਹਾਂ ਇਹਨਾਂ ਦੇ ਆਖਿਆ ਨਹੀਂ ਆਪਾਂ ਉਹ ਜਿੱਦਾਂ ਚੂਹਾ ਚੜ ਗਿਆ ਉਹਨਾਂ ਦੀ ਛੱਤ ਤੇ ਭੱਜਾ ਫਿਰੇ ਨਾ ਤੇ ਉਹ ਮਰਾਸੀ ਮਾਰਨਾ ਚਾਹੁੰਦੇ ਸੀ ਉਹਨੂੰ ਤੇ ਉਹ ਜੜ ਗਿਆ ਛੱਤ ਤੇ ਤੇ ਛੱਤ ਤੇ ਜਾ ਕੇ ਕਹਿੰਦਾ ਕਿ ਮੈਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਊਗਾ ਤੁਹਾਡੇ ਕੰਜਰਾਂ ਦੇ ਹੱਥੋਂ ਨਹੀਂ ਮਰਦਾ ਅੱਛਾ ਹਾਂ ਇਹ ਰੰਗ ਬਰੰਗਿਆਂ ਦੇ ਹੱਥੋਂ ਨਹੀਂ ਆਪਾਂ ਮਾਰਦੇ ਇਨਸ਼ਾਅੱਲਾ ਪੰਜਾਬੀ ਤੱਕੜੇ ਆ ਹਾਂ ਬਿਲਕੁਲ ਤੱਕੜੇ ਬਿਲਕੁਲ ਤੱਕੜੇ ਸੋਹਣਾ ਨੇ ਤੱਕੜੇ ਜੀ ਰੱਬ ਸੋਹਣਾ ਰਹਿਮਤ ਕਰੇ ਜੀ ਤੁਹਾਡੇ ਸਾਡੇ ਵਰਗਾ ਦਾ ਸਾਥ ਹੋਏਗਾ ਕਿਉਂਕਿ ਹੁਣ ਹੁਣ ਅਗਲਾ ਜਿਹੜਾ ਦੌਰ ਹੈ ਨਾ ਅਗਲਾ ਦੌਰ ਘਰਾਂ 'ਚ ਬਹਿ ਕੇ ਟੀਵੀ ਵੇਖਣ ਦਾ ਨਹੀਂ ਹੈਗਾ ਮੁੱਕ ਜਾਣਾ ਹੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੈ ਮੋਬਾਈਲਾ ਤੇ ਇੱਕ ਤੋਂ ਸੋਸ਼ਲ ਮੀਡੀਆ ਤੋਂ ਯਾਦ ਆ ਗਿਆ ਕਿ ਉਹ ਆਂਦੇ ਨਾ ਵੀ ਮਾਰੇ ਬੰਦੇ ਤੱਕ ਸ਼ਾਇ ਜਿਹੜੀ ਨਾ ਉਹ ਕੋ ਮੁਫਤ ਵੀ ਲੱਭਦੀ ਉਹ ਤੇ ਲੇਟ ਅਪੜਦੀ ਹੈ ਹਾਂ ਹਾਂ ਫੇਸਬੁੱਕ ਤੋਂ ਪੂਰੀ ਦੁਨੀਆ ਪੈਸੇ ਕਮਾਉਣ ਦੀ ਹੈ ਹਾਂ ਹਾਂ ਤੇ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਹਲਿਆ ਹੀ ਨਹੀਂ ਆ ਪੈਸੇ ਨਹੀਂ ਦਿੰਦੇ ਉਹ ਬਾਈ ਮੇਰੀ ਸੁਣ ਲੈ ਤੂੰ ਪਾਕਿਸਤਾਨ ਨੂੰ ਸਾਰਿਆਂ ਨੂੰ ਛੱਡ ਤੂੰ ਅਖੇ ਅੰਨਾ ਵੰਡੇ ਸ਼ਰੀਣੀਆਂ ਤੇ ਮੋੜ-ਮੋੜ ਆਪਣੇਆਂ ਨੂੰ ਉਹ ਪਤਾ ਨਹੀਂ ਉਹ ਕਿਹੜਿਆਂ ਨੂੰ ਆਪਣੇਆਂ ਨੂੰ ਦੇਈ ਜਾਂਦੇ ਪੈਸੇ ਉਹ ਮੇਰਾ ਉਹ ਬਣਾਇਆ ਪੇਜ ਫਾਲੋਅਰ ਵੀ ਉਹਦੇ ਤੇ 2.5 ਲੱਖ ਹੋ ਗਏ ਅਖੇ ਪੈਸੇ ਪਹਿਲਾਂ 1 ਰੁਪਈਆ ਨਹੀਂ ਆਇਆ ਮੈਂ ਤਾਂ ਕਿਹਾ ਸੀ ਚਲੋ ਕੋਈ ਹੋਰ ਨਹੀਂ ਕੋਈ 2-4 ਸੂਟ ਲਵਾਂ ਇੱਕ ਰੁਪਈਆ ਹੀ ਨਹੀਂ ਹਜੇ ਤੱਕ ਆਇਆ ਹਾਂਜੀ ਉਹ ਫੇਸਬੁੱਕ ਵਾਲੇ ਆਪਣੇ ਮੁਲਕਾਂ 'ਚ ਵੀ ਲੱਗਦਾ ਅਮਰੀਕਾ ਮੁਲਕਾਂ 'ਚ ਦੇਈ ਜਾਂਦੇ ਉਹ ਪਪਾ ਹਈ ਨਹੀਂ ਕਹਿੰਦੇ ਅਖੇ ਪਾਕਿਸਤਾਨ ਚ ਨਹੀਂ ਮੈਂ ਕਿ ਪਹਿਲਾਂ ਦੱਸ ਦਿੰਦੇ ਵੀ ਕਿਸੇ ਹੋਰ ਉਹ ਜਿਹੜੇ ਚ ਪਾਕਿਸਤਾਨ ਚ ਆ ਸੀ ਉਹਦੇ ਤੇ ਵੀਡੀਓ ਪਾ ਲੀਂ ਜਿਹੜੀਆਂ ਪੁਲਿਸੀਆਂ ਅਮਰੀਕਾ ਲਾਗੂ ਹੁੰਦੀਆਂ ਵਾ ਉਹ ਪਾਕਿਸਤਾਨੀ ਤੇ ਹੋਈ ਸਕਦੀ ਐ ਨਾ ਲਾਗੂ ਨਹੀਂ ਇਹ ਮੈਂ ਉਹਨਾਂ ਦੇ ਮੁਲਕ ਵਾਲੀ ਜੋ ਫੇਸਬੁੱਕ ਤੇ ਚੜਾ ਰਿਆ ਪਾਕਿਸਤਾਨ ਵਾਲੀ ਫੇਸਬੁੱਕ ਦੱਸ ਦਿਓ ਉਹਦੇ ਤੇ ਚੜਾ ਦਿਆ ਕਰਾਂਗਾ ਹੈਗੀ ਇੱਕ ਕੁਛ ਦਾਂ ਹੈ ਤੇ ਸਾਰਾ ਕੁਝ ਸੇਮ ਹੀ ਇੱਕੋ ਕੁਛ ਅੱਛਾ ਅੱਛਾ ਪੁਲਿਸੀਆਂ ਨਾ ਉਹਨਾਂ ਦੀ ਪੁਲਿਸ ਹੀ ਬਣਾਈ ਆ ਵੀ ਪੁਲਿਸੀ ਦੀ ਜਿ ਵਾਇਲੇਸ਼ਨ ਹੋਏਗੀ ਪਾਕਿਸਤਾਨ ਤੋਂ ਵਾਇਲੇਸ਼ਨ ਹੋਏਗੀ ਤਾਂ ਤੁਸੀਂ ਉਹਨੂੰ ਬਲੌਕ ਕਰ ਦਿਓ ਪੇਜ ਨੂੰ ਉਹ ਹਾਂ ਹਾਂ ਪਾਕਿਸਤਾਨ ਮੋਨਟਾਈਜ਼ੇਸ਼ਨ ਨਹੀਂ ਰੱਖੀ ਨਾਲ ਇੰਡੀਆ ਚੱਲੇ ਜੋ ਉੱਥੇ ਹੈ ਵਾ ਦੂਜੇ ਮੁਲਕਾਂ ਚ ਬੰਗਲਾਦੇਸ਼ ਹੈ ਵਾ ਦੁਬਈ ਹੈ ਵਾ ਸਾਡੀ ਨਹੀਂ ਹੈ ਹਾਂ ਕਿ ਇੱਥੇ ਜਿਹੜਾ ਇਹ ਇੱਕ ਕੰਟੈਂਟ ਕ੍ਰੀਏਟਰ ਨੇ ਉਹਨਾਂ ਨਾਲ ਵੀ ਬੜਾ ਵੱਡਾ ਤਕਾ ਮੈਨੂੰ ਲੱਗਦਾ ਫੇਸਬੁੱਕ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਹਾਂ ਕਰਨਾ ਚਾਹੀਦਾ ਉਹਨਾਂ ਨੂੰ ਯਾਰ ਉਹ ਕੋ ਗਲੂਕਾਰ ਨੂੰ ਨਾ ਕੋ ਦਾਦ ਮਿਲੇ ਨਾ ਉਹ ਕੋ ਘੰਟਾ ਕਿ ਗਾਲੂਗਾ ਉਹ ਹਾਂ ਉਸ ਤੋਂ ਬਾਅਦ ਉਹ 1.5 ਤੇ ਕਾਲ ਕਰੂਗਾ ਉਹਨੇ ਉੱਠ ਕੇ ਚਲੇ ਜਾਣਾ ਹਾਂ ਉਹਨੇ ਉੱਠ ਕੇ ਜਾਣਾ ਹਾਂ ਸਾਨੂੰ ਕੁਛ ਆ ਦਿਓ ਯਾਰ ਜਿਹੜੀ ਬਣਦੀ ਐ ਮੈਨੂੰ ਨਹੀਂ ਬਾਕੀਆਂ ਨੂੰ ਵੀ ਦਿਓ ਜਿਹੜੇ ਕੋਈ ਫੇਸਬੁੱਕ ਤੇ ਆ ਤਾਂ ਪਾਕਿਸਤਾਨ ਚ ਕਰੋ ਫੇਸਬੁੱਕ ਨੇ ਤਾਂ ਆਪਣੀ ਟੈਂਡ ਫੜੂਈ ਚਾਹੋ ਜਾ ਘਰ ਨੂੰ ਅਸੀਂ ਕੀ ਕਰਨਾ ਅਸੀਂ ਕੀ ਕਰਨਾ ਹੋਰ ਥੋੜਾ ਕੁਝ ਹਾਂ ਅਹੀਂ ਆਪਣੇ ਪੱਠੇ-ਪੁੱਠੇ ਪਾਈਏ ਭਾਈ ਉਹ ਤਾਂ ਉਹ ਤਾਂ ਨਾ ਪਿਛਲਾ ਵੀ ਵੰਜਾਇਆ ਤੇ ਅੱਗੋ ਵੀ ਗੱਲ ਨਾ ਬਣੀ ਹਾਂ ਉਹ ਸਾਡੇ ਇੱਥੇ ਨਾ ਉਹ ਮੁੰਡਾ ਤੇ ਉਹ ਬਾਜੇ ਵਾਲਾ ਵਾਜਾ ਵੀ ਉਹ ਵੱਡਾ ਘੁੰਮ ਕੇ ਜਾਂਦਾ ਗਾਂ ਨੂੰ ਤੇ ਉਹ ਵ ਜਾਂਦਾ ਤੇ ਉਹ ਨਾ ਇੱਥੇ ਕੋ ਆਣਾ ਸੀ ਮਹਿਮਾਨਿਆ ਖਸੂਸੀ ਤੇ ਉਹਨੂੰ ਘੰਟਾ ਪਹਿਲਾਂ ਹੀ ਉਹਨੇ ਕਹਿਤਾ ਵਜਾ 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 ਕੇ ਉਹ ਮਹਿਮਾਨ ਆਇਆ ਨਾ ਤੇ ਉਹ ਰੁਕਿਆ ਕਰੇ ਸਾਹ ਲੈਣ ਵਾਸਤੇ ਉਹਨੂੰ ਕਰੇ ਵਜਾ ਤੇ ਮਹਿਮਾਨ ਆ ਕੇ ਆਂਦਾ ਪਿਆ ਕਹਿੰਦਾ ਫੇ ਮੇਰੇ ਫੇਫਰੇ ਆ ਕੇ ਮੂੰਹ ਨੂੰ ਆਗੇ ਵਜਾ ਵਜਾ ਕੇ ਤੁਹਾਡਾ ਕਿ ਮਹਿਮਾਨ ਤੇ ਅਸੀਂ ਤਾਂ ਭਾਈ ਬੋਲ ਬੋਲ ਕੇ ਥੱਕ ਗਏ ਸਾਨੂੰ ਤਾਂ ਦਿੱਤਾ ਨਹੀਂ 1 ਰੁਪਈਆ ਫੇਸਬੁੱਕ ਦੇ ਹਾਂ ਦੋਵੇਂ ਮੁਲਕਾਂ ਨੂੰ ਦੇ ਜਾਂਦੇ ਪਾਕਿਸਤਾਨ ਨੂੰ ਦੰਦੇ ਹਾਂ ਤੇ ਵਾਜੇ ਵਾਲੀ ਕਾਰਨ ਹੋਵੇ ਸਾਡੇ ਨਾਲ ਸਾਡੇ ਭਾਈ ਫੇਫਰੇ ਮੇਰੇ ਕੋ ਤਾਂ ਆ ਤੂੰ ਲਾਇਆ ਨਾ ਇਹ ਤੇਰਾ ਇਹਦਾ ਮੇਰੇ ਕੋ ਹੈ ਨਹੀਂ ਇਹ ਮੈਂ ਸਾਰੀਆਂ ਵੀਡੀਓ ਇਦਾਂ ਜ਼ੋਰ ਲਾ ਲਾ ਕੇ ਨਾ ਮੇਰੇ ਕਲੇ ਨੂੰ ਰੁਗ ਪੈ ਜਾਂਦਾ ਵੀਡੀਓ ਬਣਾ ਕੇ ਯਕੀਨ ਗੇ 1 ਮਿੰਟ ਪੂਰਾ ਜ਼ੋਰ ਲਾ ਕੇ ਬੋਲਦਾ ਕੈਮਰਾ ਦੂਰ ਆਵਾਜ਼ ਪਛਾਣੀ ਨਹੀਂ ਹਾਂ ਤੇ ਅੱਗੋ ਸ਼ੈ ਕੋਈ ਨਹੀਂ ਅੱਗੋ ਸ਼ੈ ਕੋਈ ਨਹੀਂ ਦਿੰਦੇ ਉਹ ਨਾ ਮਸਲੇ ਹੱਲ ਹੋਏ ਨਾ ਪੈਸੇ ਨਾ ਪੈਸੇ ਆਏ ਹਾਂ ਉਹ ਮੋੜ ਘੜ ਕੇ ਕੋਤੀ ਬੋਰ ਥੱਲੇ ਬੋਰ ਥੱਲੇ ਆ ਗਏ ਆਸੂ ਰੇ ਸਾ ਬੈਠੇ ਉੱਥੇ ਹਾਂ ਫੇਸਬੁਕ ਵਾਲਿਓ ਕਰ ਦੋ ਮੋਨਟਾਈਜੇਸ਼ਨ ਪਾਕਿਸਤਾਨ ਨਾਲ ਨੇ ਤੇ ਤੁਹਾਡਾ ਬੁਰਾ ਹਾਲ ਕਰ ਲੈਣਾ ਵੀਡੀਓ ਬਣਾਵਣਾ ਹਾਂ ਮੋਨਟਾਈਜੇਸ਼ਨ ਹਾਂ ਮੋਨਟਾਈਜੇਸ਼ਨ ਮੋਨਟਾਈਜੇਸ਼ਨ ਕਰਵਾਉਂ ਹਾਂ ਨਹੀਂ ਦੇ ਅਸੀਂ ਉਹ ਮਰਾਸੀ ਵਾਲੀਆਂ ਜੁਗਤਾ ਬਹੁਤ ਮਾਰਾਂਗੇ ਹਾਂ ਹਾਂ ਨਹੀਂ ਉਹ ਵੇਲੀ ਪਤਾ ਨਹੀਂ ਕਿ ਉਹ ਜਿੱਦਾਂ ਆ ਕੇ ਨਾ ਤੇ ਉਹ ਪਾਵਲੀਆਂ ਦੇ ਕੋਠੇ ਤੇ ਕਾਂ ਬਹਿ ਗਿਆ ਉਹ ਲੱਕੜ ਵਾਲੀ ਪੌੜੀ ਲੱਗੀ ਸੀ ਨਾ ਉਹਨੇ ਭੱਜ ਕੇ ਪੌੜੀ ਲਾਹਤੀ ਕਹਿੰਦਾ ਹੁਣ ਥੱਲੇ ਆ ਪਤਾ ਨਹੀਂ ਕੀ ਦਿਮਾਗ ਹੈ ਬਾਕੀਆਂ ਨੂੰ ਦੇਈ ਜਾਂਦੇ ਆ ਸਾਨੂੰ ਵੀ ਦੇ ਦਿਓ ਹਾਂ ਕੀ ਆnde ਮੁੰਡੇ ਪਰਚਾਨਾ ਕਰਾ ਦੀ ਇਹਨਾਂ ਦੇ ਫੇਸਬੁੱਕ ਵਾਲਿਆਂ ਦੇ ਆਹੋ ਉਹ ਉਹ ਗੱਲ ਆ ਇੱਥੇ ਸਾਡੇ ਹੋਈ ਐ ਇਦਾਂ ਹੂੰ ਉਹ ਕਾਂ ਬੈਠਾ ਨਾ ਬਨੇਰੇ ਤੇ ਬੋਲਦਾ ਸੀ ਉਹ ਬੰਦਾ ਲੰਘਿਆ ਜਾਂਦਾ ਤੇ ਉਹਨੇ ਆਖਿਆ ਚੌਰੀ ਸਾਹਿਬ ਤੁਹਾਡੇ ਇਲਾਕੇ ਪਰੌਣੇ ਆਣਗੇ ਕਾਂ ਬੋਲਦਾ ਬਨੇਰੇ ਤੇ ਹੂੰ ਰਾਤੀ ਚੋਰ ਆਗੇ ਅੱਛਾ ਉਹਨਾਂ ਨੇ ਉਹਦੇ ਤੇ ਪਰਚਾ ਕਰਾ ਕੇ ਚਕਾ ਲਿਆ ਆਹ ਉਹ ਗੱਲ ਨਾ ਹੋਵੇ ਹਾਂ ਵੀ ਸਾਡੇ ਪਰਚਾ ਅੱਛਾ ਉਹ ਹੁੱਕਾ ਸ਼ੌਕ ਨਾ ਪੀਨਾ ਹਾਂਜੀ ਹੁੱਕਾ ਲੱਗਿਆ ਜੀ ਚੈੱਕ ਕਰਦੇ ਕਰਦੇ ਅਸੀਂ ਵੀ ਇਹਨੇ ਹੁੱਕੇ ਤੇ ਬੜੀ ਪਰਿਆ ਵੀ ਬੜੀ ਬਣ ਜਾਂਦੀ ਹੈ ਨਾ ਬਹੁਤ ਇਹ ਇਹ ਮਿਸਾਲ ਆ ਜੀ ਹਾਂ ਆਖੇ ਹੁੱਕਾ ਮੁਖਦੀ ਪਰੇ ਹੈ ਅੱਛਾ ਤੇ ਇਹ ਮਿਸਾਲ ਨਾ ਹੁਣ ਨਹੀਂ ਚੱਲਦੀ ਐ ਪੈਪਰਾਣੀ ਗੱਲ ਸੀ ਇਹ ਮੁਖਦੀ ਪਰੇ ਕੋਈ ਨਹੀਂ ਇਹ ਬੜੀ ਮਹਿੰਗੀ ਪਰੇ ਅੱਛਾ ਹਾਂਜੀ ਇਹਦਾ ਤਾਂ ਹੁਣ ਗੋੜ ਜਿਹੜਾ ਨਾ ਉਹ 140 ਨੂੰ ਲਿਆ ਹੈ ਤੇ 800 ਰੁਪਏ ਦਾ ਤਮਾਕੂ ਆ ਕਿਲੋ ਘਰ ਦਾ ਲਈ ਉਹ ਹੌਲਾ ਨਿਕਲਦਾ ਕੋ ਤਲ ਦਾ ਫਰਕ ਆ ਹੈ ਤੇ ਫਿਰ ਜਿਹੜਾ ਧਰਨ ਲੱਗੇ ਇਦੋਂ ਧਰੋ ਨਾ ਤੇ ਉਹ ਗੁਸਲ ਫਰਜ਼ਾ ਹੋ ਜਾਂਦਾ ਸਿਰ ਚ ਸਵਾ ਨਾ ਸਾਂ ਹੀ ਸਵਾ ਬੰਦਾ ਧੂੜੋ ਤੂੜ ਹਾਂ ਇਹ ਕੋ ਸੌਖਾ ਨੇ ਇਹ ਫਿਰ ਧਰ ਕੇ ਤੇ ਫਿਰ ਪੀਣਾ ਸਿਗਰਟ ਵਾਲੇ ਤਾਂ ਆਏ ਨਾ ਵੀ ਲਾਈ ਤੇ ਆਪਣਾ ਪੀ ਲਈ ਜਾਂ ਕਿਸੇ ਕੋਈ ਮੰਗ ਲਈ ਹਾਂ ਉਹ ਜਿੱਦਾਂ ਮੈਂ ਗੱਲ ਕਰਦਾ ਵੀ ਉਹ ਸਿਗਟਾ ਅੱਗੇ ਸਿਗਟਾ ਮੰਗਣ ਵਾਲੇ ਜਾਣ ਖਾਂਦੇ ਸੀ ਨਾ ਹੁਣ ਨੈਟ ਮੰਗਣ ਵਾਲੇ ਖਾਂਦੇ ਅੱਗੇ ਜਦੋਂ ਆ ਕੇ ਬਹਿੰਦੇ ਆ ਕੇ ਛੱਡੀ ਨੈਟ ਆ ਛੱਡੀ ਨੈਟ ਹਾਂ ਤੇ ਹੁੱਕੇ ਦਾ ਬਸੇ ਵੀ ਇਹ ਬਹੁਤ ਔਖਾ ਕੰਮ ਆ ਹੁਆ ਤੇ ਮੁਖਦੀ ਪਰੇ ਕੋਈ ਨਹੀਂ ਮਨੇ ਮਹਿੰਗਾ ਹੋ ਗਿਆ ਹੁੱਕਾ ਹਾਂ ਮਹਿੰਗਾ ਅਗੇ ਦੇ ਵਿੱਚ ਸਸਤਾ ਸੀ ਰੋੜ ਰੱਖਿਆ ਤੇ ਗੋੜ ਦੀ ਢੇਲੀ ਰੱਖੀ ਹਾਂ ਤੇ ਅਗੇ ਮੈਂ ਕਹਿੰਦਾ ਵੇਲੇ ਕੇ ਵੇਲੇ ਅਸੀਂ ਟੰਗੇ ਹੁੰਨੇ ਆ ਟਾਲੀਆਂ ਤੇ ਬਾਲਨ ਲਾਣ ਵਾਸਤੇ ਵੀ ਹੁੱਕਾ ਧਰਨਾ ਹਾਂ ਈਦਾਂ ਦੇ ਦਿਨ ਬੰਦੇ ਨਹਾਦੇ ਧੁੰਦੇ ਹੁੰਦੇ ਆ ਅਸੀਂ ਕਿਸੇ ਕਿਕਰ ਤੇ ਚੜੇ ਹੁੰਨੇ ਵੀ ਪਹਿਲਾਂ ਹੁੱਕਾ ਧਰਨੀ ਆ ਬੰਦਿਆਂ ਨੇ ਹਾਂ ਮੈਨੂੰ ਤੇਰਾ ਪਤਾ ਲੱਗਾ ਨਾ ਤੂੰ ਆ ਰਿਹਾ ਸੀਗਾ ਮੈਂ ਸਾਜ ਰ ਉੱਠ ਕੇ ਪਹਿਲਾਂ ਹੁੱਕਾ ਧਰਿਆ ਸੁੱਕਤੇ ਧਰ ਲਿਆ ਸੁੱਕਤੇ ਧਰਿਆ ਵੀ ਫੇਰ ਮੈਂ ਨਹਾ ਨੂ ਲਿਆ ਹੁੱਕੇ ਤੋਂ ਬਾਅਦ ਤਾਂ ਬੰਦਾ ਬੰਦਿਆ ਜੀ ਨਹੀਂ ਬਹਿ ਸਕਦਾ ਇਹ ਹਾਲਤ ਹੋ ਜਾਂਦੀ ਕਰਨ ਤੋਂ ਐ ਤੇ ਸਵਾਸੂ ਪੈ ਜਾਂਦੀ ਹਾਂ ਹਾਂ ਅੱਜਾ ਹੁਣ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਚਲੋ ਫੇਸਬੁੱਕ ਤੇ ਕੱਖ ਨਹੀਂ ਦਿੰਦੀ ਤੇ ਮੈਂ ਵੇਖਿਆ ਵੀ ਉਹ ਤੇਰੀਆਂ ਟਿਕਟੌਕ ਤੇ ਵੀ ਲੱਗੀਆਂ ਹੁੰਦੀਆਂ ਵੀ ਸਰੋਇਆ ਚੱਲ ਰਿਹਾ ਪਹਿਲਾਂ ਪਤਾ ਨਹੀਂ ਵੀ ਸਰੋਇਆ ਸਾਹਿਬ ਸਾਡੇ ਪੱਠੇ ਵੱਢ ਰਹੇ ਆ ਤੇ ਹੁਣ ਮਿਲਰਗੇ ਵੀ ਆ ਜਾਂਦੇ ਵੀ ਸਰੋਇਆ ਸਾਹਿਬ ਨੂੰ ਮਿਲ ਗਏ ਹੀ ਹੈ ਤਾਂ ਵੀਡੀਓ ਵੀ ਚੱਕ ਚੱਕ ਪਾਈ ਜਾਂਦੇ ਆ ਕਿਉਂਕਿ ਸਾਡੇ ਮੋਨਟਾਈਜ਼ੇਸ਼ਨ ਹੈ ਵੈਸੇ ਉਹ ਪੂਰੇ ਪੂਰੀ ਦੁਨੀਆ ਤੇ ਇਹ ਜੇ ਕੋਈ ਕਿਸੇ ਦੀ ਵੀਡੀਓ ਪਾਵੇ ਤੇ ਉਹਦੇ ਜਿਹੜਾ ਰੈਵਨਿਊ ਬਣਦਾ ਉਹਨੂੰ ਜਾਂਦਾ ਜਿਹਨੇ ਵੀਡੀਓ ਪਾਈ ਹੋਵੇ ਅਸਲ ਵੀਡੀਓ ਜਿਹਦੀ ਆ ਸਾਡੇ ਉਹ ਚੱਕਰ ਹੀ ਕੋਈ ਨਹੀਂਗਾ ਕੌਣ ਨਹੀਂ ਕੋਈਗਾ ਯਾਰ ਇਹ ਤਾਂ ਅੱਲਾ ਤੇਰਾ ਭਲਾ ਕਰੇ ਤੂੰ ਗੱਲ ਕਰ ਲਈ ਉਹ ਮੇਰੀ ਵੀਡੀਓ ਯਾਰ ਬੰਦੇ ਲਾਈ ਜਾਂਦੇ ਚੱਕ ਚੱਕ ਕੇ ਅੱਛਾ ਹਾਂ ਉਹ ਮੈਂ ਵੀਡੀਓ ਵੀ ਕਈ ਬਣਾ ਲੀਆਂ ਮੈਂ ਕਿਹਾ ਯਾਰ ਜਿਹੜਾ ਖਲੋਤੇ ਨੂੰ ਦੇਖਦਾ ਉਹਨੇ ਬੈਠੇ ਨੂੰ ਕੀ ਦੇਖਣਾ ਕਈ ਵਾਰੀ ਮੈਂ ਕਹਿ ਲਿਆ ਤੇ ਉਹ ਕਹਿ ਹੀ ਸਕਦਾ ਉਹ ਜਿੱਦਾਂ ਕੋਈ ਬੰਦਾ ਸੀ ਮਹੱਲੇ ਚ ਲੰਗਦਾ ਸੀ ਉਹਨੇ ਇੱਕ ਦੋ ਵਾਰੀ ਰੋਕਿਆ ਹੀ ਬੁੱਧ ਬੁੱਧੇ ਵਾ ਕੇ ਸਾਡੇ ਮਹੱਲੇ ਚ ਨਾ ਨੰਗਿਆ ਕਰ ਇੱਕ ਦਿਨ ਉਹਨਾਂ ਨੇ ਢਾ ਲਿਆ ਚੰਗਾ ਤਛਿਆ ਤੇ ਨਾਸਾਂ ਚ ਲਹੂ ਕੱਢਦਾ ਤੇ ਫੇਰ ਉਹ ਕੋਈ ਝਗਾ ਝੁਗਾ ਪਾਟਿਆ ਤੇ ਉਹ ਤੁਰਿਆ ਜਾਵੇ ਬੰਦੇ ਨੇ ਆਖਿਆ ਯਾਰ ਤੈਨੂੰ ਜੋ ਰੋਕਦੇ ਸੀ ਤੂੰ ਰੁਕ ਜਾਂਦਾ ਕਹਿੰਦਾ ਇਦਾਂ ਕਦੇ ਨਹੀਂ ਸੀ ਰੋਕਿਆ ਅਜੇ ਦਾਜ ਰੋਕਿਆ ਮੈਂ ਯਾਰ ਕਹਿ ਹੀ ਸਕਦਾ ਬੰਦੇ ਨਾ ਆਦਤ ਤੋਂ ਮਜਬੂਰ ਹੈ ਹੈ ਉਹ ਚੱਕ ਕੇ ਮੇਰੀ ਵੀਡੀਓ ਨਾਂ ਵੀ ਮੇਰਾ ਮੇਰਾ ਹੀ ਨਾਲ ਲਿਖ ਕੇ ਤੇ ਉਹ ਪੇਜ ਬਣਾਏ ਹੋਏ ਆ ਵੀ ਯਾਰ ਤੁਹਾਨੂੰ ਆਪਣਾ ਨਾਂ ਨਹੀਂ ਉਹ ਜਿੱਦਾਂ ਕੋਈ ਉਮਰਾਸੀ ਆ ਕੇ ਚੌਰੀ ਦੇ ਡੇਰੇ ਨਾ ਥੱਲੇ ਬੈ ਕੇ ਚੌਰੀ ਕੇ ਨਾਲ ਗੱਲਾਂ ਕਰਦਾ ਸੀ ਵਾਵਾ دیر ਬਾਅਦ ਧਿਆਨ ਪਿਆ ਅਖੇ ਆਓ ਦਾਦਾ ਜੀ ਅਖੇ ਦਾਦਾ ਜੀ ਨਾਂ ਕੀ ਹੈ ਆਪਣਾ ਉਹ ਕਹਿੰਦਾ ਕੁੱਤਾ ਹੂੰ ਕਹਿੰਦਾ ਦਾਦਾ ਜੀ ਬੜਾ ਨਾਂ ਰੱਖਿਆ ਅਖਾ ਜੀ ਪਸੰਦ ਆ ਤੇ ਤੁਸੀਂ ਰੱਖ ਲਓ ਵੀ ਮੇਰੇ ਨਾ ਬਾ ਤੁਹਾਨੂੰ ਆਪਣਾ ਨਾਂ ਨਹੀਂ ਚੰਗਾ ਲੱਗਦਾ ਬੰਦੇ ਬਾਈ ਆਦਤ ਤੋਂ ਮਜਬੂਰ ਆ ਹੂੰ ਉਹ ਜਿੱਦਾਂ ਕੋਈ ਬੰਦਾ ਸੀ ਨਾ ਤੇ ਉਹ ਉਹ ਐਕਸੀਡੈਂਟ ਹੋਇਆ ਤੇ ਉਹ ਬਾਹ ਟੁੱਟ ਗਈ ਉਹਦੀ ਉਹਨੂੰ ਚਾ ਕੇ ਹਸਪਤਾਲ ਲੈ ਗਏ ਤੇ ਉਹ ਡਾਕਟਰ ਨੇ ਜਾ ਕੇ ਨਾ ਉਹਦਾ ਆਪਰੇਸ਼ਨ ਪ੍ਰੋਸੀਜਰ ਕਰਿਆ ਤੇ ਉਹ ਬਾਹ ਨੂੰ ਨਾ ਪਾਟੀਆਂ ਪੁਟੀਆਂ ਲਾਤੀਆਂ ਜਦੋਂ ਲਾ ਕੇ ਆਪਰੇਸ਼ਨ ਕਰਕੇ اٹਿਆ ਪੱਟੀ ਲਾ ਕੇ ਤੋਂ ਬਾਹ ਇੰਜ ਕਰ ਹੂੰ ਡਾਕਟਰ ਡਰ ਗਿਆ ਉਹਨੇ ਕਿ ਪਤਾ ਨਹੀਂ ਕੋਈ ਪੱਠਾ ਗਲਤ ਜੁੜ ਗਿਆ ਵੀ ਇਹ ਬਾਹ ਇੰਜ ਕਰ ਬਾਹ ਇੰਜ ਕਿਉਂ ਕਰਦੀ ਹਾਂ ਤੇ ਉਹਨੇ ਫਿਰ ਉਹ ਖੋਲੀਆਂ ਪਟੀਆਂ ਸਾਰਾ ਖੋਲ ਕੇ ਫਿਰ ਦੁਬਾਰਾ ਆਪਰੇਸ਼ਨ ਪੁਸ਼ਣ ਕਰਕੇ ਫਿਰ ਪੱਟੀ ਲਾਈ ਉਹ ਫਿਰ ਬਾਹ ਨੂੰ ਇੰਜ ਕਰੇ ਡਾਕਟਰ ਸਿਰ ਫੜ ਕੇ ਬਹਿ ਗਿਆ ਵੀ ਯਾਰ ਇਹ ਕੀ ਬਣਿਆ ਬਾਹਰ ਮੁੰਡੇ ਦੀ ਭੈਣ ਬੈਠੀ ਸੀ ਉਹਨੇ ਬੂਆ ਖੜਕਾਇਆ ਉਹਨੇ ਕਿ ਡਾਕਟਰ ਸਾਹਿਬ ਟੁੱਟੀ ਦਾ ਬਾਹ ਅਸੀਂ ਸਵੇਰ ਦਾ ਲੱਗਾ ਸ਼ਾਮ ਹੋ ਗਈ ਵੀ ਕੀ ਗੱਲ ਖੈਰ ਆ ਉਹ ਕਹਿੰਦਾ ਬੀਬੀ ਮੈਨੂੰ ਸਮਝ ਨਹੀਂ ਆਂਦੀ ਵੀ ਮੈਂ ਪੱਟੀ ਕਰਕੇ ਹਟਦਾ ਆਪਰੇਸ਼ਨ ਕਰਕੇ ਤੇ ਉਹ ਮੁੰਡਾ ਬਾਹ ਇੰਜ ਕਰਦਾ ਉਹ ਕਹਿੰਦਾ ਅੰਦਰ ਜਾਣਾ ਤੂੰ ਮੈਨੂੰ ਤਾਂ ਪੁੱਛ ਲੈਂਦਾ ਇਹ ਤਾਂ ਨਿੱਕਿਆਂ ਹੁੰਦੇ ਆ ਆਦਤ ਇਹਨੂੰ ਮਾੜੇ ਕਰਦਾ ਭਾਈ ਆਦਤ ਤੋਂ ਮਜਬੂਰ ਆ ਬੰਦੇ ਹੈ ਵੀ ਤੁਸੀਂ ਵੀਡੀਓ ਬਣਾਣੀ ਹੈ ਤੁਸੀਂ ਆਪ ਨੂੰ ਬੋਲ ਕੇ ਮੇਰੇ ਨਾਲ ਰਲੋ ਆਪਾਂ ਰਲ ਕੇ ਰੋਈਏ ਰਲ ਕੇ ਬੋਲੀਏ ਪੀਟਿਏ ਕੋ ਸਾਡੀ ਸੋਣੀ ਲਾਵੇ ਉਹ ਮੇਰੀਆਂ ਹੀ ਚੱਕ ਚੱਕ ਕੇ ਲਾਈ ਜਾਂਦੇ ਮੇਰੀਆਂ ਲਾਈ ਜਾਂਦੇ ਸੌਖਾ ਕੰਮ ਲੱਭਿਆ ਜਾਂਦੀ ਕੋ ਫੜੇ ਆ ਕੇ ਤੇ ਇੰਜ ਰੋਏ ਨਹੀਂ ਫੜੇ ਜਾ ਕੇ ਤੁਹਾਨੂੰ ਆ ਕੇ ਫੜੇ ਵੀਡੀਓ ਕੋ ਪਾਈ ਆ ਕੇ ਵੀ ਉਹਦੀ ਆ ਉਹਦੀ ਆ ਫੜ ਲਓ ਜਾ ਕੇ ਆਹੋ ਉਹ ਜਿਹੜੇ ਕੋ ਚਾਰ ਨੇ ਉਹ ਹੈ ਨਾ ਤੇ ਉਹ ਲਈ ਜਾਂਦੇ ਉਹ ਜਿੱਦਾਂ ਨਾ ਉਹ ਬੰਦਾ ਸੀ ਕੋਈ ਲਾਰੇ ਚ ਬੈਠਾ ਹੈ ਤੇ ਉਹ ਸਿਰੋਂ ਗੰਜਾ ਉਹਨੇ ਧੌਣ ਬਾਹਰ ਕੱਢੀ ਨਾ ਤੇ ਉੱਤੋਂ ਛੱਤ ਤੇ ਬੰਦਾ ਬੈਠਾ ਉਹਨੇ ਜੁੱਤੀ ਲਾ ਕੇ ਉਹਦੇ ਗੰंजे ਚ ਮਾਰੀ ਕਹਿੰਦਾ ਸ਼ੌਕਤ ਆ ਉਹਨੇ ਧੌਣ ਅੰਦਰ ਕਰ ਲਈ ਤਿੰਨਾਂ ਕਿ ਮਿੰਟਾਂ ਬਾਅਦ ਉਹਨੇ ਫੇਰ ਧੌਣ ਕੱਢੀ ਤੇ ਉੱਤੋਂ ਨੇ ਫੇਰ ਮਾਰਿਆ ਛੇਤਰ ਤੇ ਸਿਰ ਤੇ ਕਹਿੰਦਾ ਸ਼ੌਕਤ ਆ ਉਹਨੇ ਫੇਰ ਧੌਣ ਨਾਲ ਦਾ ਕਹਿੰਦਾ ਯਾਰ ਤੂੰ ਦੱਸ ਦੇ ਸ਼ੌਕਤ ਆ ਜਾਂ ਨਹੀਂ ਐਵੇਂ ਜੁੱਤੀਆਂ ਖਾਈ ਜਾਂਦਾ ਕਹਿੰਦਾ ਤੂੰ ਇਸ ਗੱਲ ਨੂੰ ਛੱਡ ਮੈਂ ਇਹਨੂੰ ਬੁੱਧੂ ਕਿ ਐਸਾ ਬਣਾਇਆ ਮੈਂ ਤਾਂ ਬੁੱਧੂ ਬਣਿਆ ਭਾਈ ਉਹ ਵੀਡੀਓ ਚੱਕ ਚੱਕ ਕੇ ਉਹ ਮੁਲਖ ਲੱਗ ਜਾਂਦਾ کئی ਵਾਰੀ ਰੋਕ ਲਿਆ ਮੈਂ ਯਾਰ ਤੂੰ ਇਹ ਗੱਲ ਚੰਗੀ ਕਰੀ ਇਹਨਾਂ ਨੂੰ ਰੋਕ ਹਾਂ ਵੀ ਮੇਰੇ ਇਹ ਮੈਂ ਸ਼ੌਕਤ ਨਹੀਂ ਜੇ ਹਾਂ ਮੈਂ ਸ਼ੌਕਤ ਨਹੀਂ ਉਹ ਭਾਈ ਹਾਂ ਆਪ ਦੀਆਂ ਲਾਓ ਸ਼ੌਕਤ ਲੱਭੋ ਆਪਣਾ ਆਹ ਮੈਂ ਬੜਾ ਸ਼ੌਕਤ ਲੱਭੋ ਮੈਂ ਬੜੇ ਔਖਾ ਸ਼ੌਕਤ ਲੱਭਾ ਮੈਂ ਤਾਂ ਬੜਾ ਔਖਾ ਲੱਭਾ ਹਾਂ ਹਾਂ ਕੀ ਬਾਤ ਕੀ ਬਾਤ ਸਹਿਬਾ ਬਹੁਤ ਵਧੀਆ ਆਪਣੀ ਗੱਲਬਾਤ ਹੋਈ ਡਿਸਕਸ਼ਨ ਹੋਈ ਕੁਝ ਫਣੀ ਵੀ ਕੀਤੀ ਆਪਾਂ ਆਪਣੇ ਜਿਹੜੇ ਸਾਡੇ ਮਤਾਲਬਾਤ ਮਤਲਬ ਵੀ ਜਿਹੜੇ ਸਾਡੇ ਮਸਾਇਲ ਨੇ ਉਹਨਾਂ ਤੇ ਵੀ ਗੱਲਬਾਤ ਕੀਤੀ ਹਾਂ ਹਾਂ ਅੱਗੋਂ ਵੀ ਇਸ ਤਰ੍ਹਾਂ ਦੇ ਪੋਡਕਾਸਟ ਜਿਹੜੇ ਆਪਾਂ ਕਰਦੇ ਰਵਾਂਗੇ ਅ ਕਿਉਂ ਮੇਰੀ ਵੀ ਕੋਸ਼ਿਸ਼ ਇਹ ਹੁੰਦੀ ਆ ਵੀ ਅੱਗੋਂ ਕਿਸੇ ਵੀ ਫੀਲਡ ਦੇ ਪੰਜਾਬ ਨੂੰ ਲੈ ਕੇ ਅਸੀਂ ਕਿਸੇ ਨਾਲ ਲਸਾਨੀਅਤ ਦੀ ਗੱਲ ਨਹੀਂ ਕਰਦੇ ਆਂਦੇ ਆ ਨਾ ਵੀ ਜਿਵੇਂ ਅੱਗੇ ਢੋਲਣ ਸਾਹਿਬ ਵਾਲਾ ਵੀ ਉਹ ਪੰਜਾਬੀਅਤ ਦੀ ਗੱਲ ਕਰਦਾ ਮੈਂ ਇਹ ਨਹੀਂ ਗੱਲ ਕਰਦਾ ਲੇਕਿਨ ਇਹ ਵੀ ਯਾਰ ਅਸੀਂ ਲਸਾਨੀਅਤ ਅਸੀਂ ਕਮੈਂਟ ਆਉਂਦੇ ਮੈਨੂੰ ਵੀ ਆ ਜਾਂਦੇ ਨਾ ਵੀ ਲਸਾਨੀਅਤ ਦੀ ਗੱਲ ਕਰਦਾ ਲਸਾਨੀਅਤ ਹੈ ਕੀ ਹੈ ਜੇ ਆਪਣਾ ਹੱਕ ਮੰਗਣਾ ਆਪਣੀ ਗੱਲ ਕਰਨਾ ਲਸਾਨੀਅਤ ਹੈ ਤੇ ਅਸੀਂ ਕਰਦੇ ਆਂ ਭਾਈ ਫਿਰ ਹਾਂ ਠੀਕ ਹੈ ਗੱਲ ਹੈ ਮਤਲਬ ਇਹ ਵੀ ਅਸੀਂ ਯਾਰ ਆਪਣਾ ਹੱਕ ਨਹੀਂ ਲੈ ਸਕਦੇ ਜੇ ਜ਼ਿੰਮੇਦਾਰ ਆ ਮੈਂ ਤੇ ਮੈਂ ਜ਼ਿੰਮੇਵਾਰੀ ਦਾ ਹੱਕ ਮੰਗਣਾ ਮੈਨੂੰ ਨਾਲ ਦੇ ਸ਼ਹਿਰ ਵਾਲੇ ਕਹਿਣ ਵੀ ਤੇ ਐਵੇਂ ਚਵਲਾਂ ਮਾਰੀ ਜਾਂਦਾ ਇਹ ਤੇ ਆਪਣਾ ਮਹਿੰਗੀ ਫਸਲ ਸਾਨੂੰ ਵੇਚਦਾ ਮਹਿੰਗਾ ਦੁੱਧ ਵੇਚਦਾ ਤੇ ਇਹ ਸਾਡੇ ਨਾਲ ਫਰਕ ਕਰਦਾ ਸ਼ਹਿਰ ਵਾਲੇ ਇਹ ਫਰਕ ਨਹੀਂ ਆ ਇਹ ਸਾਡਾ ਹੱਕ ਆ ਬੰਦੇ ਤਾਂ ਰੱਬ ਤੇ ਨਹੀਂ ਰਾਜੀ ਭਾਈ ਤੇਰੇ ਮੇਰੇ ਤੇ ਕੀ ਰਾਜੀ ਹੋਣਾ ਬੰਦੇ ਤਾਂ ਰੱਬ ਤੇ ਨਹੀਂ ਰਾਜੀ ਤੇ ਇਹਨਾਂ ਨੂੰ ਵੀ ਪਿਆਰ ਨਾਲ ਸਮਝਾਣਾ ਜਿਹੜੇ ਆਪਣੇ ਮਖਾਲੀ ਨਹੀਂ ਨਹੀਂ ਉਹਨਾਂ ਨੂੰ ਵੀ ਮੈਂ ਕਦੀ ਕਿਸੇ ਦਾ ਜਵਾਬ ਹੀ ਨਹੀਂ ਦਿੱਤਾ ਹਾਂ ਸਾਰਿਆਂ ਨੂੰ ਇਹ ਕਹੀਦਾ ਹੁੰਦਾ ਵੀ ਇਹਦੇ ਵਿੱਚ ਨਹੀਂ ਤੇਰੇ ਚ ਵਾਦਾ ਮੈਂ ਦੇਖਿਆ ਇਹ ਇਹ ਮੈਂ ਕਮੈਂਟ 'ਚ ਵੀ ਨਹੀਂ ਕਦੀ ਜਾ ਕੇ ਇਹਨੂੰ ਰਿਪਲਾਈ ਦਿੱਤਾ ਵੀ ਜਿਹੜਾ ਕੋਈ ਕਰਦਾ ਗੱਲ ਉਹਨੂੰ ਜਵਾਬ ਮੇਰਾ ਜਵਾਬ ਤੂੰ ਦਵੇਂ ਨਾ ਤੇ ਮੈਨੂੰ ਸਵਾਦ ਫੇਰਿਆ ਵੀ ਮੇਰੀ ਜਗ੍ਹਾ ਤੇ ਕੋਈ ਗੱਲ ਕਰੇ ਵੀ ਨਹੀਂ ਯਾਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਵੀ ਜਿਹੜੀ ਇੱਥੇ ਗੱਲ ਕਰਦੇ ਅਸੀਂ ਲਸਾਨੀਅਤ ਦੀ ਗੱਲ ਨਹੀਂ ਕਰਦੇ ਅਸੀਂ ਵੰਡਣ ਦੀ ਗੱਲ ਨਹੀਂ ਕਰਦੇ ਅਸੀਂ ਤੇ ਇਕੱਠੇ ਹੋਣ ਦੀ ਗੱਲ ਕਰਦੇ ਮੋਹੱਬਤ ਦੀ ਗੱਲ ਕਰਦੇ ਆ हां पंजाब दी पंजाबीयती अपनी जुबान ਦੇ ਫਰੋਗ ਲਈ ਆਪਣੇ ਹੱਕਾਂ ਲਈ ਗੱਲ ਕਰਨਾ ਇਹ ਲਸਾਨੀਅਤ ਨਹੀਂ ਹੈ ਪਿਛਲੇ ਦਿਨੀ ਫਲੱਡ ਆਇਆ ਸਰ ਅਸੀਂ ਉੱਥੇ ਗਏ ਉੱਥੇ ਜਾ ਕੇ ਅਸੀਂ ਉਹ ਆਪਣੇ ਆਪ ਨੂੰ ਜੇ ਆਪਾਂ ਗੱਲ ਕਰੀਏ ਵੀ ਆਂਦੇ ਵੀ ਪੰਜਾਬ ਦਾ ਆਖਰਲਾ ਹਿੱਸਾ ਵਾ ਅਸੀਂ ਉੱਥੇ 15 21 ਦਿਨ ਕੈਂਪ ਕੀਤੇ ਆ ਤੇ ਤੁਹਾਡੇ ਸਾਡੇ ਵਰਗੇ ਦੋਸਤਾਂ ਦੀ ਹੈਲਪ ਨਾਲ ਅਸੀਂ ਕਰੋੜਾਂ ਦਾ ਕੰਮ ਕਰਕੇ ਆਏ ਆ ਘਰ ਬਣਾ ਕੇ ਲੋਕਾਂ ਨੂੰ ਦੇ ਕੇ ਆਏ ਮੈਨੂੰ ਉੱਥੇ ਦਾ ਕੋਈ ਐਮਪੀ ਐਮਐਨ ਸਾਨੂੰ ਨਹੀਂ ਟੱਕਰਿਆ ਹਾਂ ਉਹਨਾਂ ਪਿੰਡ ਵਾਲਿਆਂ ਨੇ ਸਾਨੂੰ ਆਖਿਆ ਵੀ ਤੁਸੀਂ ਇੱਥੇ ਸਾਡੇ ਤੱਕ ਆ ਕੇ ਵੜੇ ਨਹੀਂ ਜਦੋਂ ਪਾਣੀ ਲੱਥਣਾ ਵਾ ਹਾਂ ਹਾਂ ਫਿਰ ਇਹਨਾਂ ਨੇ ਮੌਕਾ ਆਉਣਾ ਜੇ ਉਹ ਉਹਨਾਂ ਦਿਨਾਂ 'ਚ ਫਿਰ اسلامਾਬਾਦ ਕਿਸਾਨਾਂ ਨੇ ਧਰਨਾ ਲਾਇਆ ਸੀ ਮੈਨੂੰ ਕੋਈ ਉੱਥੇ ਕਾਰਪੋਰੇਟ ਸੈਕਟਰ ਵਾਲਾ ਜਾਂ ਉਹ ਸ਼ਹਿਰਾਂ ਵਾਲਾ ਮੈਨੂੰ ਕੋਈ ਨਹੀਂ ਦੱਸਿਆ ਸਾਡੇ ਤੋਂ ਪਿੰਡਾਂ ਦੇ ਲੋਕ ਉੱਠ ਕੇ اسلامਾਬਾਦ ਬੈਠੇ ਸੀ ਆਪਣੇ ਹੱਕ ਲੈਣ ਵਾਸਤੇ ਸੋ ਆਪਣੇ ਹੱਕ ਲੈਣ ਵਾਸਤੇ ਸੀ ਆਵਾਜ਼ ਚੁੱਕਦੇ ਰਹਿਣਾ ਤੁਸੀਂ ਸਾਨੂੰ ਲਸਾਨੀਅਤ ਦਾ ਦੋ ਸਾਨੂੰ ਤੁਸੀਂ ਕਹੋ ਇਹ ਹਿੰਦੂ ਆ ਸਾਨੂੰ ਤੁਸੀਂ ਕਹੋ ਇਹ ਸਿੱਖ ਆ ਸਾਨੂੰ ਤੁਸੀਂ ਕਹੋ ਐ 크੍ਰਿਸਚੀਅਨ ਐ ਜੋ ਮਰਜੀ ਕਹੋਗੇ ਲੇਕਿਨ ਨਾ ਵੀ ਆਪਣੀ ਹੱਕ ਦੀ ਗੱਲ ਕਰਨਾ ਨਹੀਂ ਹਟਣਾ ਪੰਜਾਬੀ ਬੋਲਦੇ ਆ ਨਾ ਸਾਨੂੰ ਆਂਦੇ ਵੀ ਤੁਸੀਂ ਬਾਰਡਰੋਂ ਪਾਰ ਚੱਲ ਜਾਓ ਵੀ ਪੰਜਾਬੀ ਤੇ ਉਹ ਬੋਲਦੇ ਆ ਉਹ ਮੈਂ ਨਾ ਵੀ ਹੁਣ ਇਹਨਾਂ ਨੂੰ ਗਾਲ ਕੀ ਕੱਢਾਂ ਵੀ ਉਹ ਅਸਲ ਵਿਰਾਸਤ ਤੇ ਸਾਡੀ ਆ ਅਸਲ ਪੰਜਾਬ ਤੇ ਆ ਆ ਇੱਥੋਂ ਨਿਕਲਿਆ ਸਾਰਾ ਕੁਝ ਇਹ ਪੰਜਾਬੀ ਕਿੱਥੋਂ ਆਈ ਆ ਐਸ ਖਿੱਤੇ ਦੀ ਆ ਪੰਜਾਬੀ ਇੱਥੋਂ ਦੀ ਬੋਲੀ ਆ ਜੀ ਅਸੀਂ ਇਹਦੇ ਵਾਸਤੇ ਹੱਕ ਮੰਗ ਕੇ ਅਸੀਂ ਬਗਾਨੇ ਬਣਦੇ ਆ ਤੇ ਅਸੀਂ ਬਗਾਨੇ ਹੀ ਆ ਫਿਰ ਹਾਂ ਨਹੀਂ ਨਹੀਂ ਅੱਲਾ ਤੈਨੂੰ ਹਿੰਮਤ ਦੇਵੇ ਹੌਸਲਾ ਦੇਵੇ ਬੜਾ ਸੋਹਣਾ ਕੰਮ ਕਰ ਰਹੇ ਆ ਤੇ ਇਹ ਬਸ ਇਹੀ ਤਰੀਕਾ تنਕੀਦ ਤਾਂ ਅੱਲਾ ਦੇ ਨਬੀ ਤੇ ਬੜੀ ਹੋਈ ਤੇ ਉਹਨਾਂ ਨੇ ਸਾਨੂੰ ਦੱਸਿਆ ਫਿਰ ਇਹਦਾ ਮੁਕਾਬਲਾ ਕਿਵੇਂ ਕਰਨਾ ਪਿਆਰ ਨਾ ਕਰਨਾ اخلاق ਨਾ ਕਰਨਾ ਹਾਂਜੀ ਸੁਰੈਬ ਸਾਹਿਬ ਇਹ ਯੂਥ ਨੂੰ ਅਬ ਜ਼ਿੰਮੇਵਾਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਜਿਹੜੇ YouTube ਕਰਦੇ ਆ TikTok ਕਰਦੇ ਆ ਸਾਰਿਆਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਪੈਗਾਮ ਪੈਗਾਮ ਮੈਂ ਦੇਣਾ ਜੀ ਹਰ ਬੰਦੇ ਦੇ ਹੱਥ 'ਚ ਮੋਬਾਈਲ ਆ ਠੀਕ ਆ ਛੇਤਰ ਛੇਤਰ ਜਿੱਡੇ ਮੋਬਾਈਲ ਆ ਤੇ ਇਸ ਦਸਤੀ ਬੰਬ ਆ ਇਹ ਇਹਨਾਂ ਨੂੰ ਇਸਤੇਮਾਲ ਕਰੋ ਮੁਸਬਤ ਆਪਣਾ ਹਾਕ ਮੰਗੋ ਮੇਰੇ ਨਾਲ ਨਾਲੋ ਆਪਾਂ ਰਲ ਕੇ ਪੀਟিয়ে ਰੋਈਏ ਉਹ ਸਿਆਣੇ ਕਹਿੰਦੇ ਆ ਵੀ ਜੇ ਨਿਆਣਾ ਰੋਵੇ ਨਾ ਤੇ ਮਾਂ ਦੁੱਧ ਨਹੀਂ ਦਿੰਦੀ ਹੈ ਸੱਕੀ ਮਾਂ ਨਹੀਂ ਦਿੰਦੀ ਇਹ ਰਿਆਸਤ ਤਾਂ ਫਿਰ ਸਾਡੀ ਸਕੇਲੀ ਬਣੀ ਹੋਈ 75 ਸਾਲਾਂ ਤੋਂ ਤੇ ਆਪਾਂ ਰਲ ਕੇ ਦਾ ਸਹੀ ਇਸਤੇਮਾਲ ਕਰੋ ਇਹ ਤਰੱਕੀ ਵਾਲੀ ਗੱਡੀ ਚੜ ਕੇ ਉਹ ਕੋਈ ਬਾਬਾ ਸੀ ਤੇ ਉਹ ਬਾਸ ਤੇ ਚੜਿਆ ਨਾ ਤੇ ਉਹਨੇ ਕਹ ਵੀ ਮੈਨੂੰ ਰਹਿਮੇਸ਼ਾ ਲਾ ਦੇ ਤੇ ਜਦੋਂ ਰਹਿਮੇਸ਼ਾ ਕਨੈਕਟਰ ਨੇ ਆਵਾਜ਼ ਮਾਰੀ ਅਖੇ ਬਾਬਾ ਆ ਜਾ ਰਹਿਮੇਸ਼ਾ ਆ ਗਿਆ ਤੇ ਕਨੈਕਟਰ ਬੜੇ ਬਤਮੀਜ਼ ਹੋ ਗਏ ਤੇ ਉਹ ਬਾਸ ਰੁਕਿਆ ਅਖੇ ਬਾਬਾ ਛੇਤੀ ਕਰ ਗੱਡੀ ਟਾਈਮ ਦੀ ਹੈ ਛੇਤੀ ਉੱਠ ਕੇ ਬਾਬਾ ਹੌਲੀ ਹੌਲੀ ਆ ਰਿਹਾ ਸੀ ਬੁੱਢਾ ਬੰਦਾ ਸੀ ਤੇ ਉਹ ਕਹਿੰਦਾ ਕਿ ਕੈਕਟਰ ਛੇਤੀ ਆ ਕੇ ਬਾਬਾ ਟਾਈਮ ਥੋੜਾ ਕਿ ਤੇਰੇ ਪਿਓ ਦੀ ਬਸਾ ਹੂੰ ਤੇ ਬਾਬਾ ਕੋ ਕਹਿੰਦਾ ਆਖੇ ਪੁੱਤ ਜੇ ਲਾ ਕੇ ਨਹੀਂ ਜਾਣਾ ਸੀ ਇਸ ਮਾਂ ਤੇ ਚੜਾਇਆ ਕਿਉਂ ਸੀ ਇਹ ਗੱਡੀ ਜਿਹੜੀ ਚੜ ਗਏ ਆਪਾਂ ਇਹਦੇ ਤੇ ਇਹਦਾ ਸਹੀ ਇਸਤੇਮਾਲ ਕਰੋ ਹੂੰ ਇਹ ਤੇ ਇਹਨੂੰ ਇਹਦਾ ਆਪਣੀ ਤਾਕਤ ਬਣਾਓ ਸੋਸ਼ਲ ਮੀਡੀਆ ਨੂੰ ਮਾਂ ਬੋਲੀ ਵਾਸਤੇ ਬੋਲੋ ਆਪਣੇ ਪਿੰਡਾਂ ਦੇ ਹੱਕ ਵਾਸਤੇ ਬੋਲੋ ਰਲ ਕੇ ਬੋਲੀਏ ਤਾਂ ਕਿ ਆਵਾਜ਼ ਪਹੁੰਚੇ ਆਵਾਜ਼ ਪਹੁੰਚੇ ਕਿਉਂਕਿ ਆਉਣ ਵਾਲਾ ਦੌਰ ਹੈ ਹੀ ਸੋਸ਼ਲ ਮੀਡੀਆ ਦਾ ਹਾਂ ਇਹਦੇ ਤੇ ਸੋਸ਼ਲ ਮੀਡੀਆ ਤੇ ਕੀਤੀ ਹੋਈ ਗੱਲ ਇੱਕ ਜਿਵੇਂ ਤੁਸੀਂ ਕਿਹਾ ਨਾ ਵੀ ਇੱਕ ਹਥਿਆਰ ਹੈ ਸਾਡਾ ਸੋਸ਼ਲ ਮੋਬਾਈਲ ਜਿਹੜਾ ਨਾ ਤੁਹਾਡੇ ਕੋਲ ਆਪਣੇ ਆਪ 'ਚ ਇੱਕ ਦੁਨੀਆ ਪੂਰੀ ਦੁਨੀਆ ਤੁਸੀਂ ਆਪਣੀ ਇੱਕ ਗੱਲ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਰੱਖਦੇ ਹੋ ਤਾਂ ਪੂਰੀ ਦੁਨੀਆ ਤੱਕ ਜਾਂਦੇ ਜੇ ਦੁਨੀਆ ਤੱਕ ਜਾਣ ਵਾਲੀ ਹੋਏ ਤੇ ਜੇ ਮੈਂ ਅਜੰਮ ਸਰੋਏ ਕੋ ਆ ਕੇ ਬੈਠਾ ਅਜੰਮ ਸਰੋਏ ਨੇ ਗੱਲ ਰੱਖੀ ਆਪਣੀ ਆਪਣਾ ਹੱਕ ਰੱਖਿਆ ਉਹ ਗੱਲ ਰੱਖੀ ਹੈ ਜਿਹੜੀ ਬਣਦੀ ਹੈ ਲੋਕਾਂ ਤੱਕ ਪਹੁੰਚੀ ਤੇਰੇ ਮੂੰਹ 'ਚ ਗਲਾਬ ਦਾ ਫੁੱਲ ਦੇਖ ਯਾਰ ਮੈਂ ਕਿੱਥੇ ਬੈਠਾ ਤੇ ਮੈਨੂੰ 17-18 ਮੁਲਕਾਂ ਚੋਂ ਕਾਲ ਆਂਦੀਆਂ ਬੰਦੇ ਕਿਤੇ ਹਮ ਬਗੈਰ ਤਾਰ ਤੋਂ ਆਪਾਂ ਜੁੜੇ ਨਹੀਂ ਹੋਏ ਉਹ ਕੋਈ ਬੰਦਾ ਸੀਗਾ ਤੇ ਉਹ ਉਹਨੇ ਜਾਣਾ ਸੀ ਪਸ਼ਾਵਰ ਤੇ ਬਾਸ ਜਿ ਬਹਿ ਗਿਆ ਮੰਡੀ ਬਾਉਦੀ ਨਾਲੀ ਬਾਸ ਦੀ ਛਾਤੇ ਬਹਿ ਗਿਆ ਤੇ ਵਾਵਾ ਸਫਰ ਜਦੋਂ ਗੁਜ਼ਰ ਗਿਆ ਨਾ ਤੇ ਉਹ ਉੱਤੋਂ ਆਵਾਜ਼ ਮਾਰ ਕੇ ਵਿਚਲੀ ਸਵਾਰੀ ਨੂੰ ਪੁੱਛਦਾ ਅਖੇ ਕਿੱਧਰ ਨੂੰ ਜਾ ਰਹੇ ਤੁਸੀਂ ਉਹ ਕਹਿੰਦਾ ਅਸੀਂ ਤਾਂ ਮੰਡੀ ਬਾਉਦੀਨ ਜਾ ਰਹੇ ਹਾਂ ਤੇ ਉਹ ਫਿਰ ਛਾਤੇ ਉੱਤੇ ਨਾਲ ਦੇ ਨੂੰ ਕਹਿੰਦਾ ਵੇ ਕਹਿੰਦਾ ਕੈਸਾ ਦੌਰ ਆ ਗਿਆ ਵਿਚਲੇ ਮੰਡੀ ਬਾਉਦੀਨ ਜਾ ਰਹੇ ਹਾਂ ਤੇ ਉਤਲੇ ਅਖੇ ਪਸ਼ਾਵਰ ਜਾ ਰਹੇ ਐਸਾ ਕੋ ਦੌਰ ਦੇਖ ਆਪਾਂ ਕਿੱਥੇ ਬੈਠੇ ਆਂ ਦੁਨੀਆ ਕਿੱਥੇ ਬੈਠੀ ਸੁਣਦੀ ਤੇ ਫਿਰ ਪਿਆਰ ਕਰਦੀ ਹਾਂ ਬਿਲਕੁਲ ਬਿਲਕੁਲ ਅੱਲਾ ਸਭ ਨੂੰ ਸਲਾਮਤ ਰੱਖੇ ਅੱਲਾ ਤੈਨੂੰ ਵੀ ਸਲਾਮਤ ਰੱਖੇ ਅੱਲਾ ਤੈਨੂੰ ਹਿੰਮਤ ਦੇਵੇ ਹਾਂ ਬਹੁਤ ਵਧੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਕੰਮ ਕਰ ਰਹੇ ਆਂ ਅੱਲਾ ਤੈਨੂੰ ਹਿੰਮਤ ਦੇਵੇ ਬਹੁਤ ਅੱਛਾ ਜਿਹੜਾ ਤੇਰਾ ਉਹ ਦੂਸਰਾ ਕੰਮ ਆ ਨਾ ਜਿਹੜਾ ਤੂੰ ਉਹ ਵਿਛੜਿਆ ਨੂੰ ਮਿਲਾਨਾ ਹਾਂ ਆਏ ਹਾਏ ਕੀ ਬਾਤ ਹੈ ਇਹ ਤਾਂ ਬਹੁਤ ਆਲਾ ਕੰਮ ਆ ਅੱਲਾ ਤੈਨੂੰ ਹਿੰਮਤ ਦੇਵੇ ਇਸ ਦੇ ਬਾਰੇ ਚ ਉਹ ਤੇ ਉਹ ਵੇਖੋ ਜੀ ਅਸੀਂ ਆਨੇ ਹੁੰਨੇ ਆਂ ਵੀ ਉਹਰ ਰੱਬੀ ਕੰਮ ਅਸੀਂ ਮੈਂ ਜਦ ਇਸ ਤਰ੍ਹਾਂ ਦੇ ਵੀਡੀਓਜ਼ ਕਰਨ ਜਾਂਣਾ ਸੋਹ ਜਿਹੇ ਗੱਲਾਂ ਹੁੰਦੀਆਂ ਸੀ ਮੈਨੂੰ 8 ਸਾਲ ਹੋ ਗਏ ਮੈਨੂੰ ਤੇ ਲਵਲੀ ਨੂੰ ਕਰਦਿਆ ਹਾਂ ਪੀ ਇਹ ਸੋਚ ਕੇ ਜਾਂਦਾ ਵੀ ਅੱਲਾ ਦੇ ਰਾਹ ਤੇ ਜਾਂਦਾ ਹਾਏ ਹਾਏ ਅੱਲਾ ਦੇ ਰਾਹ ਨੂੰ ਜਾਣੇ ਤੇ ਅੱਲਾ ਰੱਬ تعالی ਸਾਨੂੰ ਸਿੱਧੀਆਂ ਪਾਉਂਦਾ ਤੇ ਸਿੱਧੀਆਂ ਹੀ ਪਾਉਂਦਾ ਮੈਂ ਕਹਿੰਦਾ ਜੀ ਬੜਾ ਵਿਛੋੜੇ ਦਾ ਗਮ ਬੜਾ ਹਾਂ ਬਿਲਕੁਲ ਬਿਲਕੁਲ ਅੱਲਾ ਦੇ ਨਬੀ ਹੋਇਆ ਯੂਸਫ ਅਲੈਹਿਸਲਮ ਨਬੀ ਹੋ ਕੇ ਵੀ ਉਹਨਾਂ ਦੀ ਅੱਖਾਂ ਦਾ ਨੂਰ ਰੋ ਰੋ ਕੇ ਚਲਾ ਗਿਆ ਵਿਛੋੜਾ ਐਸੀ ਸ਼ਾਇਆ ਤੇ ਇਹ ਵਿਛੜਿਆ ਨੂੰ ਮਲਾਣਾ ਇਹ ਤਾਂ ਕੋਈ ਮਾਮੂਲੀ ਗੱਲ ਤਾਂ ਨਹੀਂ ਨਾ ਹੈ ਅੱਲਾ ਤੈਨੂੰ ਇਹਦਾ ਦੁਨੀਆਂ 'ਚ ਵੀ ਅਜਰ ਦੇਊਗਾ ਤੇ ਆਖਰਤ 'ਚ ਵੀ ਅਜਰ ਦੇਊਗਾ ਮੈਂ ਤੇਰੀ ਵੀਡੀਓ ਥੱਲੇ ਇੱਕ ਕਮੈਂਟ ਪੜਨ ਰਿਹਾ ਹਾਂ ਤੂੰ ਵੀਡੀਓ ਲਾਈ ਸੀ ਤੇ ਉਹਨੇ ਉਹ ਤੂੰ ਗੱਲ ਕੋ ਪੰਜਾਬੀ ਦੀ ਕੀਤੀ ਸੀ ਉੱਤੇ ਇੱਕ ਬੰਦੇ ਨੇ ਕਮੈਂਟ ਕੀਤਾ ਨਹੀਂ ਸੌਰੀ ਮਰਦਮ ਸ਼ਮਾਰੀ ਦੀ ਵੀਡੀਓ ਤੁਸੀਂ ਲਾਈ ਸੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮਰਦਮ ਸ਼ਮਾਰੀ ਦੀ ਇੱਕ ਸੈਲਫ ਸੈਂਸਰ ਦੀ ਵੀਡੀਓ ਬਣਾਓ ਹਾਂ ਜੀ ਤੁਸੀਂ ਮੈਨੂੰ ਕਿਹਾ ਹਾਂ ਉਹਨੇ ਥੱਲੇ ਕਮੈਂਟ ਕੀਤਾ ਸੀ ਪੀ ਤੂੰ ਨਾਸਾ ਢਿਲੋਂ ਦੀ ਬੋਲੀ ਬੋਲਣ ਆ ਅਜਾ ਹਾਂ 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 ਉਹ ਗੱਲ ਆ ਗਈ ਨਾ ਹਾਂ ਫੇ ਉਹਦੀ ਬੋਲੀ ਬੋਲਣ ਆ ਤੇ ਇਹ ਤੇ ਮਤਲਬ ਵੀ ਉਧਰਲੇ ਜਿਹੜੇ ਲੋਕ ਆ ਉਹਨਾਂ ਨੂੰ ਬੜਾ ਆਉਂਦੇ ਐ ਕੋ ਪ੍ਰਮੋਟ ਕਰਦੇ ਤੂੰ ਇਹਦੀ ਬੋਲੀ ਨਾ ਬੋਲ ਮੈਂ ਕਹਿੰਨੇ ਵੀ ਯਾਰ ਇਹ ਬੋਲੀ ਕਿਹਦੀ ਬੋਲੀ ਤੂੰ ਮਰਦਮਸ਼ਿਮਾਰੀ ਤੇ ਅਸੀਂ ਆਪਣੇ ਪੰਜਾਬ ਦਾ ਹੱਕ ਮੰਗਿਆ ਵੀ ਆਪਣੇ ਤੁਸੀਂ ਯਾਰ ਆਪਣੇ ਆਪ ਨੂੰ ਪੰਜਾਬੀ ਰਜਿਸਟਰਡ ਕਰਾਓ ਤੇ ਹੈਗਾ ਟੋਬਾ ਟੇਕ ਸਿੰਘ ਦਾ ਸੀ ਟੋਬਾ ਟੇਕ ਸਿੰਘ ਦਾ ਨਾਂ ਜਿਹੜਾ ਉਹ ਬੰਦਾ ਜੱਟ ਕਰਕੇ ਸੀ ਉਹ ਨਾਮ ਦਾ ਨਾ ਰਾਨ ਜੱਟ ਰਾਨ ਜੱਟ ਉਹਦੀ ਆਈਡੀ ਸੀ ਵੀ ਟੋਬਾ ਟੇਕ ਸਿੰਘ ਦੇ ਵਿੱਚ ਤੋਂ ਰਹਿੰਦਾ ਪਹਿਲਾਂ ਆਪਣਾ ਦਾ ਨਾਮ ਵੇਖ ਵੀ ਟੋਬਾ ਟੇਕ ਸਿੰਘ ਹੈ ਕੀ ਹੈ ਹਾਂ ਟੋਬਾ ਟੇਕ ਸਿੰਘ ਵਸਾਇਆ ਕਿਨੇ ਵਸਾਇਆ ਟੋਬਾ ਟੇਕ ਸਿੰਘ ਦੇ ਵਿੱਚ ਟੋਬਾ ਕਿਨੇ ਬਣਾਇਆ ਸਿਰ ਤੂੰ ਆ ਕੇ ਇੱਥੇ ਰਿਹਾ ਹਾਂ ਠੀਕ ਹੈ ਭਾਵੇਂ ਟੋਬੇ ਦੇ ਭਾਵੇਂ ਜਿੱਥੇ ਦਾ ਵੀ ਆ ਮਤਲਬ ਜਿਹੜੇ ਵੀ ਮਜ਼ਬਦ ਦਾ ਦੀ ਗੱਲ ਕਰਦੇ ਆ ਵੀ ਜਿੰਨੇ ਟੋਬਾ ਟੇਕ ਸਿੰਘ ਵਸਾਇਆ ਤੂੰ ਉੱਥੇ ਰਹਿਣਾ ਉੱਥੇ ਦਾ ਪਾਣੀ ਪਾਨਣਾ ਉੱਥੇ ਦਾ ਖਾਂਦਾ ਪੀਣਾ ਤੇ ਜਿਹਦਾ ਖਾਂਦਾ ਪੀਣਾ ਉਹਨਾਂ ਨੂੰ ਹਾਂ ਨਿਤਾੜਦਾ ਇਹ ਗੱਲ ਨਹੀਂ ਵਿਨੋ ਨੇ ਥੱਲੇ ਕਮੈਂਟ ਕੀਤਾ ਤੇਰੀ ਵੀਡੀਓ ਥੱਲੇ ਵੀ ਤੂੰ ਉਹਦੀ ਬੋਲੀ ਬੋਲਦਾ ਨਾ ਸਿੱਖਾਂ ਦੀ ਬੋਲੀ ਬੋਲਦਾ ਹਾਂ ਸੋ ਮੈਂ ਨਾ ਮੈਂ ਨਾ ਹਰਾਣ ਹੁਣ ਲੋਕਾਂ ਦੀ ਨਾ ਮੈਂਟੈਲਿਟੀ ਤੋਂ ਹਰਾਣ ਹੁਣ ਵੀ ਕਿੱਦਾਂ ਯਾਰ ਆਪਣੇ ਆਪ ਦੇ ਹੱਕ ਲੈਣ ਨੂੰ ਅਸੀਂ ਉਹ ਨਿਸਾਨੀਅ ਚ ਆਖ ਦਿੰਨੇ ਆ ਅਸੀਂ ਦੂਜੇ ਮਜ਼ਮ ਨਾਲ ਜੋੜ ਦਿੰਨੇ ਆ ਨਹੀਂ ਨਹੀਂ ਤੂੰ ਹੌਸਲਾ ਨਾ ਹਾਰੀ ਇਹ ਢਿੱਲੂ ਸਾਹਿਬ ਨਾਲ ਪੰਜ ਉਂਗਲਾ ਬਰਾਬਰ ਨਹੀਂ ਹੁੰਦੀਆਂ ਕੋਈ ਇੱਕ ਵਿੱਚੋਂ ਮਾੜਾ ਕਹਿੰਦਾ 100 ਚੰਗਾ ਵੀ ਤਾਂ ਕਹਿੰਦਾ ਹਾਂਜੀ ਹਾਂਜੀ ਬਿਲਕੁਲ ਇਹ ਵੀ ਤਾਂ ਦੇਖ ਨਾ ਬਿਲਕੁਲ ਬਿਲਕੁਲ ਹਾਂ ਲੋਕ ਤੇਰਾ ਜ਼ਿਕਰ ਕਰ ਸਰਦਾਰ ਦਾ ਫੋਨ ਆਇਆ ਤੇਰਾ ਜ਼ਿਕਰ ਹੋਇਆ ਤੇ ਉਹਦੀ ਅੱਖਾਂ ਚੋਂ ਅਥਰੂ ਆ ਗਏ ਇੰਨਾ ਪਿਆਰ ਕਰਨ ਵਾਲੇ ਤੈਨੂੰ ਬੰਦੇ ਚਾਹੀਦੇ ਤੂੰ ਇੱਕ ਅਦ ਦੇ ਵਿੱਚੋਂ ਗੈਣੀ ਨਾ ਨਹੀਂ ਨਹੀਂ ਆਪਾਂ ਤੇ ਗਣੀਦਾ ਹੀ ਨਹੀਂ ਕੋਈ ਗੱਲ ਨਹੀਂ ਆਪਾਂ ਆਪਣੇ ਜਦੋਂ ਆਪਣੇ ਰਾਹ ਤੇ ਜਾਈਏ ਨਾ ਕਿਸ ਰਾਤ ਮੰਦਲ ਤੇ ਪਹੁੰਚਣਾ ਹੋਵੇ ਹਾਂ ਤੇ ਰਾਹ ਜਾਂਦਿਆਂ ਨੂੰ ਜੇ ਆਪਾਂ ਮੋੜ-ਮੋੜ ਕੇ ਉਹਨਾਂ ਨੂੰ ਵੱਟੇ ਮਾਰ ਲਾਂਗੇ ਨਾ ਕੋ ਪਹੁੰਚਣ ਵਾਲਿਆਂ ਨੂੰ ਵੱਟੇ ਮਾਰਾਂਗੇ ਨਾ ਤੇ ਰਾਹ ਪਹੁੰਚਿਆ ਨਹੀਂ ਜਾਂਦਾ ਫਿਰ ਤੇ ਪਹੁੰਚ ਲਿਆ ਤੂੰ ਫਿਰ ਪਹੁੰਚਿਆ ਨਹੀਂ ਜਾਂਦਾ ਹਾਂ ਸੋ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀ ਮੁਹੱਬਤ ਦਾ ਸ਼ੁਕਰੀਆ ਨਹੀਂ ਮੁਹੱਬਤ ਤੇਰੀ ਤੁਹਾਡੇ ਐਡੇ ਸੋਹਣੇ ਮੈਸੇਜ ਦਾ ਸ਼ੁਕਰੀਆ ਤੇ ਇਸੇ ਪੋਡਕਾਸਟ ਕੰਟੀਨਿਊ ਰੱਖਾਂਗੇ ਇਸ ਤਰ੍ਹਾਂ ਦੇ ਕਿਸੇ ਵੀ ਟੌਪਿਕ ਤੇ ਆਪਾਂ ਕਰ ਸਕਦੇ ਆ ਜਿਹੜੇ ਸਾਡੇ ਜ਼ਮੀਨ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਸਾਡੇ ਪੰਜਾਬ ਨੂੰ ਲੈ ਕੇ ਕੋਈ ਵੀ ਟੌਪਿਕ ਆਉਣਗੇ ਉੱਤੇ ਆਪਾਂ ਗੱਲਬਾਤ ਕਰਦੇ ਰਵਾਂਗੇ ਸੋ ਇਸ ਤਰ੍ਹਾਂ ਦੇ ਪੋਡਕਾਸਟ ਜਿਹੜੇ ਆ ਤੁਹਾਡੇ ਰੂਬਰੂ ਕਰਦੇ ਰਵਾਂਗੇ ਅਗਲੇ ਪ੍ਰੋਗਰਾਮ ਤੱਕ ਲਈ ਨਾਸਟ ਲੰਦਾ ਇਜਾਜ਼ਤ ਮਿਲਾਂਗੇ ਫਿਰ ਅਲਾਪਰਾਕ